सगल पवन के नायक एक शिन दर्श दिखाए जी मलन भई मत माधवा तेरी गत लखी न जाए मलन भई मत माधवा तेरी गत लखी न जाए जेता समुंद सागर नीर भया तेते औगण हमारे दया करहो किश मेहर उपावहो डुबदे पत्थर तारे जियड़ा अगन बराबर तपाए पीतर वगै काती प्राणवत नानक हुकम पछाण सुख होवै दिन राती जेता जियो पिंड सब तेरा तू अंतर जामी पुरख भगवान दासन दास कह जन नानक जेहा तू कराए तेहा हौ करी बख्यान दासन दास कह जन नानक जेहा तू कराए तेहा हौ करी बख्यान तिलंग महला पहला कर तीजा एक ओंकार सतगुर प्रसाद एहो तन माया पाया प्यारे लीतया लब रंगाए मेरे कतना पावे चुलड़ा प्यारे क्यों तन से जाए एहो तन माया पाया प्यारे लीतया साहिब ऐसा रंग ना दी
ਪਤਿਤ ਪਾਵਨ ਭਗਤ ਵੈਸ਼ਨ ਕਰੁਣਾ ਨਿਧਾਨ ਅੰਤਰ ਜਾਮੇ ਸਤਿਗੁਰੂ ਮਿਹਰਾਂ ਦੇ ਦਾਤੇ ਜਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਹੁਤ ਹੀ ਕਿਰਪਾਲਤਾ ਦਿਆਲਤਾ ਤਰਸ ਹੋਇਆ ਜੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾਲਤਾ ਕਰਦਿਆਂ ਹੋਇਆ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨ ਦਾ ਬਹੁਤ ਹੀ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਨੇ ਤਰਸ ਕਰਦਿਆਂ ਸੰਧਿਆ ਦੇ ਸਮੇਂ ਸੋ ਦਾ ਰਹਿਰਾਜ ਸਾਹਿਬ ਜੀ ਦੇ ਨਿਤਨੇਮ ਉਪਰੰਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰੂ ਕੀ ਜਸ ਵਡਿਆਈ ਕੀਰਤੀ ਕੀਰਤਨ ਦੇ ਰੂਪ ਵਿੱਚ ਕੀਰਤਨ ਨਿਰਮੋਲਕ ਹੀਰਾ ਅਨਹਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਗੁਰਮੁਖਾਂ ਪਿਆਰਿਆਂ ਦੀ ਰਸਨ ਤੋਂ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਆਓ ਕੁਝ ਸਮੇਂ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਰੂਪ ਬਚਨ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਲੰਗ ਰਾਗ ਦੇ ਅੰਦਰ ਕਿਰਪਾਲਤਾ ਕੀਤੀ ਹੈ ਕੁਝ ਸਮੇਂ ਵਾਸਤੇ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕਰਕੇ ਲਾਹਾ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ ਜਿਸ ਕਰਕੇ ਸਾਡਾ ਮਨੁੱਖਾ ਸਰੀਰ ਦੇਹ ਜਿਹੜੀ ਹੈ ਉਹ ਸਫਲ ਹੋ ਸਕੇ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਿਰਪਾਲਤਾ ਕਰਦੇ ਹਨ। ਆਓ ਕੁਝ ਸਮੇਂ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਤਿਲੰਗ ਮਹਲਾ ਪਹਿਲਾ ਘਰ ਤੀਜਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਬਾਬਤ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ ਕਿ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਾਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਪਰਮੇਸ਼ਰ ਦਾ ਸਰੂਪ ਜਿਨ੍ਹਾਂ ਨੇ ਕਿਰਪਾਲਤਾ ਕੀਤੀ ਆਜ ਸੰਸਾਰ 'ਤੇ ਆ ਕਰਕੇ ਭੱਟਾਂ ਨੇ ਬਚਨ ਕਹੇ ਆਪਣੀ ਸੁੰਦਰ ਰਸਨਾ ਤੋਂ ਕਿ ਨਾਰਾਇਣ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਬਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਧਰ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਮਾਤਰਨ ਦੇ ਨਾਲ ਮਨੁੱਖ ਕਦੇ ਵਾਸਤੇ ਦੁਬਾਰਾ ਮਾਤਾ ਦੇ ਉਦਰ ਵਿੱਚ ਨਹੀਂ ਆ ਸਕਦਾ। ਮਹਾਰਾਜ ਸਾਹਿਬ ਜੀ ਦਾ ਜਿਹਨੇ ਦਰਸ਼ਨ ਵੇਖ ਲਿਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਦੇ ਵਾਸਤੇ ਦੁਬਾਰਾ ਮਾਤਾ ਦੇ ਉਦਰ ਵਿੱਚ ਨਹੀਂ ਆ ਸਕਦਾ। ਆਪਾਂ ਬਚਨ ਪੜ੍ਹਦੇ ਨਾ ਜਦੋਂ ਮਹਾਰਾਜ ਸਾਹਿਬ ਜੀ ਦੇ ਕਿ ਗਿਆਨ ਇਹ ਇੱਕ ਤਾਂ ਬਚਨ ਮਹਾਰਾਜ ਸਾਹਿਬ ਜੀ ਨੇ ਸੂਹੀ ਰਾਗ ਵਿੱਚ ਆਖਿਆ ਅਤੇ ਇੱਕ ਮਹਾਰਾਜ ਜੀ ਨੇ ਬਚਨ ਆਖਿਆ ਜਿਹੜਾ ਆਪਾਂ ਬਚਨ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਜੀ ਦਾ ਸੋਠ ਰਾਗ ਵਿੱਚੋਂ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ
ਪ੍ਰਤਪਾਲੈ ਨਿਤਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਲੰਬਾ ਹੈ ਸ਼ਬਦ ਮਹਾਰਾਜ ਜੀ ਕਹਿੰਦੇ, ਹਰ ਜੀਓ ਨਾਮ ਪਰਿਓ ਰਾਮਦਾਸ, ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾਂ ਭਰਪੂਰੀ ਰੇ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਹਰ ਬੇਅੰਤ ਹੋ ਮਿਤ ਕਰ ਵਰਣੋ ਕਿਆ ਜਾਨਾ ਹੋਈ ਕੈਸੋ ਰੇ। ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦਿਹ ਉਪਦੇਸੋ ਰੇ। ਫਿਰ ਮਹਾਰਾਜ ਜੀ ਕਹਿੰਦੇ ਕੀ ਹੋਵੇਗਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ। ਆਪਾਂ ਮਹਾਰਾਜ ਜੀ ਨੂੰ ਵੇਖ ਵੀ ਰਹੇ ਹਾਂ ਅਤੇ ਸੁਣ ਵੀ ਰਹੇ ਹਾਂ। ਸਾਡਾ ਕਦੇ ਵੀ ਇਹ ਮਨ 'ਚ ਖਿਆਲ ਨਹੀਂ ਰੱਖਣਾ ਚਾਹੀਦਾ ਸਾਡਾ ਉਧਾਰ ਨਾ ਹੋਵੇਗਾ, ਜ਼ਰੂਰ ਹੋਵੇਗਾ। ਪਰ ਰਤਾ ਕੋ ਅੱਗੇ ਚੱਲ ਕੇ ਕੁਝ ਬਚਨ ਕਰਦੇ ਹਾਂ, ਪਰ ਇਹ ਪ੍ਰਤੀਤ ਸਾਡੇ ਪਹਿਲਾਂ ਭਰੋਸਾ ਆ ਜਾਏ ਮਨ 'ਚ ਕਿ ਮਹਾਰਾਜ ਨੂੰ ਆਪਾਂ ਸੁਣ ਵੀ ਰਹੇ ਹਾਂ ਅਤੇ ਵੇਖ ਵੀ ਰਹੇ ਹਾਂ। ਦੋ ਕਰਮ ਹੁਣ ਇਕੱਠੇ ਕਰ ਰਹੇ ਹਾਂ। ਉਦਾਂ ਤਾਂ ਸ਼ਾਇਦ ਆਪਾਂ ਮਹਾਰਾਜ ਜੀ ਦਾ ਦਰਸ਼ਨ ਕਰਨ ਵਾਸਤੇ ਆਈਏ, ਮੱਥਾ ਟੇਕੀਏ, ਮਹਾਰਾਜ ਜੀ ਨੂੰ ਪਰਿਕਰਮਾ ਕਰੀਏ, ਪ੍ਰਸ਼ਾਦ ਲਈਏ ਅਤੇ ਚਲੇ ਜਾਈਏ। ਅਤੇ ਮਹਾਰਾਜ ਜੀ ਦਾ ਦਰਸ਼ਨ ਹੋਇਆ, ਕਿਉਂਕਿ ਕਈਆਂ ਦਾ ਕੁਝ ਭੁਲੇਖਾ ਬਹੁਤ ਹੈ ਅਤੇ ਆਦਿਕ ਕੁਝ ਕੁ ਉਹ ਬਚਨ ਵੀ ਕਰਦਾ ਆਪ ਜੀ ਦੇ ਨਾਲ ਸਾਂਝੇ। ਪਰ ਤਾਂ ਕੁਛ ਆਪਾਂ ਜਿੰਨੇ ਸਰੀਰ ਬੈਠੇ ਹਾਂ, ਸਾਡੇ ਹਿਰਦੇ 'ਚ ਭਰੋਸਾ ਪ੍ਰਤੀਤ ਆ ਜਾਏ ਕਿ ਜਿਸ ਨੂੰ ਵੇਖਣ ਆਏ ਹੈ, ਜਿਸ ਨੂੰ ਸੁਣਨ ਆਏ ਹੈ, ਕਰੇਗਾ ਕੀ, ਉਵੇਂ ਆ ਗਏ ਹੈ ਜਾਂ ਆ ਕੇ ਚਲੇ ਜਾਵਾਂਗੇ, ਕੁਝ ਪ੍ਰਾਪਤ ਹੋਇਆ। ਮਹਾਰਾਜ ਜੀ ਕਹਿੰਦੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ, ਹੁਣ ਕੋਟ ਤੋਂ ਭਾਵ ਤਾਂ ਕਰੋੜਾਂ, ਕਰੋੜਾਂ ਅਪਰਾਧ ਕਰਨ ਵਾਲਾ ਮਹਾਰਾਜ ਕਹਿੰਦੇ ਤਾਂ ਜਾਵੇਗਾ, ਆਪਾਂ ਤਾਂ ਸ਼ਾਇਦ ਅਜੇ ਕੀਤੇ ਨਾ ਹੋਣ। ਸਾਰੇ ਜਨਮਾਂ ਦੇ ਰਲਾ ਕੇ ਹੋ ਜਾਣ ਤਾਂ ਕੋਈ ਆਖਿਆ ਨਹੀਂ ਜਾ ਸਕਦਾ, ਪਰ ਇਸ ਜਨਮ ਨੂੰ ਰਤਕ ਧਿਆਨ ਵੇਖੀਏ ਅਤੇ ਮਹਾਰਾਜ ਜੀ ਕਿਰਪਾ ਕਰਨਗੇ, ਸ਼ਾਇਦ ਕਰੋੜਾਂ ਤੋਂ ਅਜੇ ਗਿਣਤੀ ਨਾ ਲੰਘੀ ਹੋਵੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਮਹਾਰਾਜ ਕਹਿੰਦੇ, ਉਹ ਮਾਤਾ ਦੇ ਉਦਰ ਵਿੱਚ ਦੁਬਾਰਾ ਨਹੀਂ ਆ ਸਕਦਾ, ਉਹਨੂੰ ਜੰਮਣ ਅਤੇ ਮਰਨ ਨਹੀਂ ਹੋ ਸਕਦਾ ਦੁਬਾਰਾ, ਜਿਹਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਲਿਆ ਅਤੇ ਸੁਣ ਲਿਆ। ਅਤੇ ਸਤਿਗੁਰੂ ਜੀ ਕਿਰਪਾਲਤਾ ਕਰਨ, ਐਸੇ ਸਤਿਗੁਰੂ ਜੀ ਦੇ ਮੈਂ ਆਰੰਭਤਾ ਅਤੇ ਤਾਂ ਬਚਨ ਰਤਕ ਆਰੰਭ ਕਰ ਦਿੱਤੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਹੈ। ਤਲੰਗ ਰਾਗ ਮਹਾਰਾਜ ਜੀ ਕਥਨ ਕਰਦੇ ਹੈ, ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ 'ਤੇ ਸਾਨੂੰ ਕਿੰਨਾ ਕੁ ਭਰੋਸਾ। ਜਿਹੜੇ ਮਹਾਰਾਜ ਜੀ ਧੰਨ ਗੁਰੂ ਅਰਜਨ ਸਾਹਿਬ ਕਹਿ ਰਹੇ ਹੈ ਕਿ ਇੱਕ ਤਾਂ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ। ਆਪਾਂ ਤਾਂ ਸ਼ਾਇਦ ਉਰੇ ਬੈਠ ਜਾਵਾਂਗੇ ਜੇ ਇਹ ਬਚਨ ਸੁਣੀਏ, ਤਾਂ ਸ਼ਾਇਦ ਆਪਾਂ ਆਪਣੇ 'ਤੇ ਟੁਕਾ ਕੇ ਵੇਖ ਲਾਂਗੇ ਕਿ ਮੈਂ ਆਇਆ ਅਤੇ ਮੇਰੇ ਆਉਣ ਕਰਕੇ ਮੇਰਾ ਭਲਾ ਹੋ ਜਾਵੇਗਾ। ਪਰ ਗੁਰੂ ਅਰਜਨ ਸਾਹਿਬ ਜੀ ਜਿਸ ਵੇਲੇ 20 ਸਵਈਏ ਭੱਟਾਂ ਦੇ ਸਵਈਆਂ ਤੋਂ ਪਹਿਲਾਂ ਉਚਾਰਦੇ ਹੈ, ਉਹ 'ਤੇ ਨੌਵਾਂ ਸਵਈਆ ਜਦੋਂ ਕਥਨ ਕਰਦੇ ਅਤੇ ਇਹ ਬਚਨ ਕਹਿੰਦੇ ਹੈ ਕਿ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਾਲ ਉਧਰੀ। ਸਾਰੀ ਕਲਯੁਗ ਦੀ ਇਹ ਲੁਕਾਈ ਉਧਰ ਜਾਵੇਗੀ, ਸਾਰੀ ਦਾ ਉਧਾਰ ਹੋ ਜਾਵੇਗਾ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਐਸੇ ਸਤਿਗੁਰੂ ਜੀ ਦੇ ਬਚਨ ਰਤਾ ਕੋ ਪ੍ਰਤੀਤ ਭਰੋਸਾ ਰੱਖ ਕੇ ਸੁਣੀਏ। ਹੋਰ ਬਚਨ ਪੜ੍ਹੀਏ ਅਤੇ ਭੱਟਾਂ ਨੇ ਮਹਾਰਾਜ ਜੀ ਦੇ ਬਚਨਾਂ ਨੂੰ ਬਹੁਤ ਪ੍ਰਪੱਕਤਾ ਦਿੰਦੇ ਆ। ਬਚਨ ਆਖਿਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਸ ਕਿਹਨੇ ਨਹੀਂ ਗਾਇਆ। ਕੋਈ ਐਸਾ ਸੰਸਾਰ 'ਤੇ ਜੀਵ ਹੈ ਹੀ ਨਹੀਂ ਜਿਸ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਸ ਨਾ ਗਾਇਆ ਹੋਵੇ। ਅਤੇ ਭੱਟਾਂ ਨੇ ਬਚਨ ਕਹੇ, ਉਹਨਾਂ ਨੇ ਤਾਂ ਬਹੁਤ ਸਾਰੇ ਸਵਈਏ ਕਹੇ ਮਹਾਰਾਜ ਜੀ ਦੀ ਉਸਤਤ ਵਿੱਚ। ਮੈਂ ਦੋ ਕੁ ਆਪ ਜੀ ਦੇ ਕਥਨ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ। ਇੱਕ ਤਾਂ ਮਹਾਰਾਜ ਜੀ ਦੇ ਸੰਬੰਧ ਵਿੱਚ ਬਚਨ ਕਰਦੇ ਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕੌਣ ਕੌਣ ਗਾ ਰਿਹਾ, ਕਿਉਂਕਿ ਅੱਜ ਤਾਂ ਕਿਉਂਕਿ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਬਹੁਤ ਖੁਸ਼ਕ ਬੁੱਧੀ ਵਾਲਿਆਂ ਦਾ ਹੋ ਗਿਆ। ਅੱਜ ਦਾ ਜਿਹੜਾ ਸਾਡਾ ਯੁੱਗ ਹੈ, ਐਂ ਕਹਿ ਲਈਏ ਕਿ ਗੁਰੂ ਦੇ ਕੋਲ ਬੈਠਿਆਂ ਵੀ ਸਾਡੀ ਬੁੱਧੀ ਜਿਹੜੀ ਹੈ ਖੁਸ਼ਕ ਪਾਸਾ ਅਖਤਿਆਰ ਕਰ ਰਹੀ ਹੈ, ਗੁਰੂ ਸਾਹਿਬ ਜੀ 'ਤੇ ਭਰੋਸਾ ਬਹੁਤ ਘੱਟ ਕਰ ਰਹੀ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ 'ਚ ਕੁਦਰਤੀ ਬਚਨ ਆ ਗਏ ਅਤੇ ਮਹਾਰਾਜ ਜੀ ਕਿਰਪਾਲਤਾ ਕਰਨ, ਆਪਾਂ ਨੂੰ ਰਤਕ ਪ੍ਰਤੀਤ ਆ ਸਕੇ ਵੀ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਆ ਕੇ, ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕੌਣ ਕੌਣ ਗਾ ਰਿਹਾ, ਕਿਉਂਕਿ ਅੱਜ ਜਿਹੜਾ ਸਾਡਾ ਬੋਲਣ ਵਾਲਾ ਪੱਖ ਉੱਥੇ ਕਾ ਕੇ ਟਿਕ ਗਿਆ ਜੀ ਕਿ ਆਹ ਵੀ ਹੈ ਨਹੀਂ, ਦੂਜੇ ਪੱਖੋਂ ਕਿਹਾ ਜਾਂਦਾ ਇਹ ਵੀ ਹੈ ਨਹੀਂ, ਤੀਸਰੀ ਵਾਰ ਗੱਲ ਸਾਨੂੰ ਸੁਣਨ ਨੂੰ ਮਿਲ ਜਾਂਦੀ ਹੈ ਕਿ ਅਸੀਂ ਜੀ ਇਹ ਇਤਿਹਾਸਕ ਪਾਤਰ ਕਿਉਂ ਕਹਿ ਕੇ ਦੱਸਦੇ ਹਾਂ, ਇਹਨਾਂ ਦੀ ਸਾਡੇ ਨਾਲ ਕੀ ਜ਼ਰੂਰਤ, ਕੀ ਸਾਂਝ ਹੈ।
ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆ, ਜਿੰਨੇ ਕੁ ਸਰੀਰ ਆਪਾਂ ਬੈਠੇ ਹਾਂ ਰਤਾ ਕੋਈ ਪਰਪੱਕਤਾ ਸਾਡੇ ਅੰਦਰ ਆਵੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਲੋਕਾਂ ਨੇ ਕੀ ਆਖਿਆ ਅਤੇ ਕੀ ਕਿਹਾ, ਕਿੰਨਾ ਕੁ ਭਰੋਸਾ ਕੀਤਾ। ਸਿੱਖਾਂ ਦਾ ਭਰੋਸਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ 'ਤੇ ਉਹਨਾਂ ਕੋ? ਜਾਂ ਜਿਹੜੇ ਸਾਡੇ ਅੱਜ ਲੋਕ ਬੋਲਣ ਵਾਲੇ ਇਹ ਕਹਿਣ ਲੱਗ ਪਏ ਆ ਕਿ ਕਿਸੇ ਇਤਿਹਾਸਕ ਪੱਖ ਨੂੰ ਦੱਸਣਾ ਹੀ ਨਹੀਂ, ਇਹ ਪਾਪ ਹੈ, ਅਤੇ ਜਿਹੜੇ ਫਿਰ ਭੱਟਾਂ ਦੇ ਸਵਈਏ ਆ, ਕਿਉਂਕਿ ਗੱਲ ਇੱਥੋਂ ਅੱਗੇ ਲੰਘ ਗਈ, ਉਹ ਕਹਿੰਦੇ ਹੈ ਹੀ ਨਹੀਂ। ਰਤਾ ਕੋ ਆਪ ਜੀ ਦਾ ਧਿਆਨ ਮੈਂ ਇੱਕ ਵਾਰੀ ਫਿਰ ਇਸ ਪਾਸੇ ਦਵਾਉਣਾ ਚਾਹੁੰਦਾ, ਕਿਉਂਕਿ ਜੇ ਹੈ ਨਹੀਂ ਤਾਂ ਫਿਰ ਜਿਸ ਗੁਰੂ ਨੂੰ ਆ ਕੇ ਮੱਥਾ ਟੇਕਦੇ ਹਾਂ ਗੁਰੂ ਪੂਰਾ ਨਹੀਂ। ਜੇ ਉਹਨਾਂ ਦੀ ਗੱਲ ਮੰਨ ਲਈਏ, ਉਹਨਾਂ ਦੇ ਮੁਤਾਬਕ ਜੇ ਗੱਲ ਮੰਨੀਏ, ਜਿਸ ਗੁਰੂ ਨੂੰ ਆ ਕੇ ਮੱਥਾ ਟੇਕਦੇ ਹਾਂ, ਭੇਟਾਵਾਂ ਰੱਖਦੇ ਹਾਂ, ਪ੍ਰਕਰਮਾ ਕਰਦੇ ਹਾਂ, ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਾਉਂਦੇ, ਫਿਰ ਇਹ ਗੁਰੂ ਪੂਰਾ ਨਹੀਂ। ਫਿਰ ਆਪਾਂ ਨੂੰ ਪ੍ਰਤੀਤ ਕਰ ਲੈਣੀ ਚਾਹੀਦੀ ਹੈ ਜਿਸ ਗੁਰੂ ਕੋਲ ਆਉਂਦੇ ਹਾਂ, ਇਸ ਗੁਰੂ ਵਿੱਚ ਕੁਝ ਵੱਧ ਘੱਟ ਵੀ ਹੈ, ਕਿਉਂਕਿ ਜਦੋਂ ਇਹ ਬਚਨ ਆਪ ਹੀ ਦਿੱਤਾ ਜਾਵੇ ਮੁੱਖ ਤੋਂ ਅਸੀਂ ਮੰਨਦੇ ਨਹੀਂ। ਅਤੇ ਜਿਹੜੀ ਪ੍ਰਮਾਣਿਕ ਗੱਲ ਹੈ, ਜਿਸ ਗੱਲ ਨੂੰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਦਰਜ ਕਰਵਾ ਦਿੱਤਾ, ਜਿਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਮਨੀ ਸਿੰਘ ਸਾਹਿਬ ਜੀ ਤੋਂ ਦਰਜ ਕਰਵਾ ਦਿੱਤਾ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਪਿਤਾ ਨੇ ਆਪ ਗੁਰੂ ਕੀ ਹਜ਼ੂਰੀ ਤਾਬਿਆ ਬੈਠ ਕਰਕੇ ਬਾਬਾ ਮਨੀ ਸਿੰਘ ਸਾਹਿਬ ਤੋਂ ਪਾਠ ਕਰਵਾ ਕੇ ਅਰਥ ਕਰਾ ਦਿੱਤਾ ਇਸ ਬਾਣੀ ਦੇ, ਫਿਰ ਉਸ ਗੁਰੂ ਨੂੰ ਆ ਕੇ ਜੇ ਮੱਥਾ ਟੇਕੀਏ, ਉਹਨਾਂ ਦੀ ਗੱਲ ਵੀ ਕਿਤੇ ਸੁਣ ਲਈਏ, ਸੁਣ ਕੇ ਕਹੀਏ, ਹੋ ਸਕਦਾ ਇੱਦਾਂ ਵੀ ਹੋਵੇ। ਫਿਰ ਆਪਾਂ ਨੂੰ ਰਤਾ ਕੋਈ ਧਿਆਨ ਕਰ ਲੈਣਾ ਚਾਹੀਦਾ, ਜਿਸ ਗੁਰੂ ਨੂੰ ਆ ਕੇ ਮੱਥਾ ਟੇਕਦੇ ਗੁਰੂ ਪੂਰਾ ਨਹੀਂ, ਗੁਰੂ ਪੂਰਾ ਹੈ। ਉਵੇਂ ਮੈਂ ਖਿਮਾ ਚਾਹੁੰਦਾ ਮਹਾਰਾਜ ਜੀ ਦੇ ਚਰਨਾਂ 'ਚੋਂ ਕਿ ਦੋ ਤਿੰਨ ਵਾਰ ਇਹ ਬਚਨ ਕਹਿ ਦਿੱਤਾ, ਇਸ ਗੁਰੂ ਵਰਗਾ ਪੂਰਾ ਗੁਰੂ ਕੋਈ ਨਹੀਂ। ਜਿੰਨੇ ਧਰਮ ਗ੍ਰੰਥ ਹੈ ਉਹਨਾਂ ਨੂੰ ਉਂਗਲਾਂ 'ਤੇ ਗਿਣਿਆ ਜਾ ਸਕਦਾ, ਉਂਗਲਾਂ 'ਤੇ ਗਿਣ ਕੇ ਉਹਨਾਂ ਦੇ ਨਾਂ ਦੱਸੇ ਜਾ ਸਕਦੇ, ਉਹਨਾਂ ਦੇ ਰਹਿਬਰਾਂ ਦੇ ਨਾਂ ਦੱਸੇ ਜਾ ਸਕਦੇ, ਉਹਨਾਂ ਨੂੰ ਕਹਿਣ ਵਾਲਿਆਂ ਦੇ ਨਾਂ ਦੱਸੇ ਜਾ ਸਕਦੇ ਹੈ, ਉਹਨਾਂ ਦੀਆਂ ਡੇਟਾਂ ਦੱਸੀਆਂ ਜਾ ਸਕਦੀਆਂ, ਪਰ ਜ਼ਰੂਰ ਦੱਸਿਆ ਜਾ ਸਕਦਾ ਉਹਨਾਂ ਦੇ ਸਮੇਂ 'ਚ ਨਹੀਂ ਲਿਖੇ ਗਏ ਕੋਈ ਵੀ ਧਾਰਮਿਕ ਗ੍ਰੰਥ। ਕੇਵਲ ਅਤੇ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰੂਪ, ਜਾਂ ਜੋ ਸਾਡੇ ਕੋਲ ਸਾਹਿਤ ਹੈ, ਜਿੰਨਾ ਸਾਡੇ ਪੰਥ ਕੋਲ ਖਜ਼ਾਨਾ ਹੈ, ਮਹਾਰਾਜ ਜੀ ਨੇ ਆਪਣੀ ਨਜ਼ਰ ਦੇ ਵਿੱਚ ਦੀ ਕੱਢ ਕੇ ਸਿੱਖਾਂ ਨੂੰ ਦਿੱਤਾ, ਉਵੇਂ ਨਹੀਂ। ਇਹ ਸਿੱਖਾਂ ਦੀ ਬਦਕਿਸਮਤੀ ਹੈ ਕਿ ਸਿੱਖ ਪੂਰੇ ਗੁਰੂ 'ਤੇ ਸ਼ੰਕਾ ਕਰੀ ਬੈਠੇ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕੌਣ ਕੌਣ ਗਾ ਰਹੇ ਹੈ? ਆਪਾਂ ਤਾਂ ਕਹਿ ਦੇਵਾਂਗੇ ਨਾ, ਬਹੁਤ ਸੌਖਾ, ਇਹ ਮਿਥਿਹਾਸਕ ਪਾਤਰ ਹੈ, ਇਹਨਾਂ ਦਾ ਨਾਂ ਲੈਣ ਦਾ ਮਤਲਬ ਨਹੀਂ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਮਾਣਿਕਤਾ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾਲਤਾ ਕਿੱਥੇ ਕਿੱਥੇ ਵਰਤੀ, ਅਤੇ ਭੱਟਾਂ ਨੇ ਗਾ ਕਰਕੇ ਆਪਣੇ ਮੁੱਖ ਤੋਂ ਕਹਿ ਕੇ ਦੱਸੀ ਕਿ ਗੁਣ ਗਾਵੈ ਪਿਆਲ ਭਗਤ ਨਾ ਗਾਦ ਭਯੰਗਮ, ਭਾਵ ਕਿ ਜੋ ਪਤਾਲ ਵਿੱਚ ਜੀਵ ਵੱਸਦੇ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਨੂੰ ਗਾ ਰਹੇ ਹੈ। ਪਤਾਲ ਵਿੱਚ ਵਸਣ ਵਾਲਾ ਸ਼ੇਸ਼ਨਾਗ ਮੰਨਿਆ ਗਿਆ, ਮਹਾਰਾਜ ਜੀ ਨੇ ਬਾਣੀ 'ਚ ਲਿਖਿਆ, ਮਹਾਰਾਜ ਜੀ ਕਹਿੰਦੇ ਉਹ ਵੀ ਉਹਦਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਸ ਨੂੰ ਗਾ ਰਿਹਾ। ਫਿਰ ਮਹਾਰਾਜ ਜੀ ਕਹਿੰਦੇ ਗੁਣ ਗਾਵੈ ਪਿਆਲ ਭਗਤ ਨਾਗਾਦ ਭਯੰਗਮ, ਇੱਥੋਂ ਮਹਾਰਾਜ ਜੀ ਨੇ ਕਿਰਪਾਲਤਾ ਕੀਤੀ। ਅਗਲੇ ਸਵਈਏ ਵਿੱਚ ਭੱਟ ਕਹਿੰਦੇ ਆ ਕਿ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਲੋਚਨ, ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ। ਫਿਰ ਮਹਾਰਾਜ ਜੀ ਨੇ ਉਹ ਭੱਟਾਂ ਨੇ ਸਾਰੇ ਗਿਣੇ, ਕੋਈ ਨਹੀਂ ਛੱਡਿਆ, ਉਹਨਾਂ ਤੱਕ ਗੁਣ ਗਾਵੈ ਗੁਣ ਗਾਵੈ ਮਹਾਦਿਓ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਹੁਣ ਸ਼ਿਵ ਜੀ ਪਤਾ ਨਹੀਂ ਕਦੋਂ ਪਹਿਲਾਂ ਹੋਇਆ, ਆਪਾਂ ਜਦੋਂ ਆਖਾਂਗੇ ਕਹਿਣਾ ਇਹਦਾ ਨਾਂ ਨਹੀਂ ਲੈਣਾ, ਅਤੇ ਪਰ ਗੁਰਬਾਣੀ ਸਾਨੂੰ ਕਹਿ ਰਹੀ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਸਾਰੇ ਗਾ ਰਹੇ, ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਿਤੇ ਸੰਸਾਰ ਤੋਂ ਲੁਕੀ ਛਿਪੀ ਰਹੀ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਡੰਕੇ ਦੀ ਚੋਟ 'ਤੇ ਆਖਿਆ ਕਿ ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਹੁਣ ਜੇ ਸਿੱਖ ਹੀ ਇਹ ਗੱਲ ਆਖੇ ਕਿ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾਲਤਾ ਤਾਂ ਕੀਤੀ, ਪਰ ਜਿਹੜੇ ਇਹ ਕੁਝ ਬਚਨ ਹੈ ਸਾਡੇ ਮੰਨਣ 'ਚ ਨਹੀਂ ਆਉਂਦੇ, ਇਹਨਾਂ 'ਚ ਕੁਝ ਐਸਾ ਪੱਖ ਹੈ ਜਿਹੜਾ ਅਸਲ ਵਿੱਚ ਬ੍ਰਾਹਮਣਵਾਦ ਵਾਲੇ ਪਾਸੇ ਲੈ ਕੇ ਜਾਂਦਾ, ਰਹੋ ਵਿਚਾਰ ਇੰਨੇ ਕੁ ਨਾਲ ਸ਼ਾਇਦ ਸਾਡੇ ਅੰਦਰ ਪ੍ਰਤੀਤ ਬਣੇਗੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਸ ਪ੍ਰਕਾਰ ਦੇ ਗੁਰੂ ਹੈ, ਉਹਨਾਂ ਦੀ ਕਿੱਡੀ ਕੁ ਸਮਰੱਥਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਉਸ ਨੂੰ ਹੱਦ ਮੁਕਾ ਦਿੱਤੀ, ਕਹਿੰਦਿਆਂ ਉਹਨਾਂ ਨੇ ਇਹ ਬਚਨ ਕਹੇ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ,
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਫਿਰ ਹੁਣ ਕਿਉਂਕਿ ਭਾਈ ਗੁਰਦਾਸ ਸਾਹਿਬ ਜੀ 'ਤੇ ਵੀ ਕਿੰਤੂ ਉੱਠ ਪਿਆ। ਉਹ ਉੱਠਿਆ ਕਿਉਂ? ਕਿਉਂਕਿ ਅਸਲ 'ਚ ਜਿਹੜੇ ਅਸੀਂ ਸਿੱਖ ਹਾਂ, ਸਾਡਾ ਜਿਹੜਾ ਧਿਆਨ ਹੈ ਗੁਰਬਾਣੀ ਦਾ, ਅਜੇ 8 ਅੰਗ ਤੱਕ ਜਪਜੀ ਸਾਹਿਬ ਦਾ ਪਾਠ ਹੈ, 13 ਅੰਗ ਤੱਕ 3 ਬਾਣੀਆਂ, ਰਹਿ ਰਾਸ ਸਾਹਿਬ, ਕੀਰਤਨ 16। ਸ਼ਾਇਦ ਮੇਰਾ ਖਿਆਲ ਕਈ ਵਾਰੀ ਇਉਂ ਦੀ ਪ੍ਰਤੀਤ ਹੁੰਦਾ ਕਿ ਇਹ ਸਾਰਾ ਨਹੀਂ, ਪਰ ਆਪਾਂ ਮੈਨੂੰ ਲੱਗਦਾ ਕਈ ਵਾਰੀ 8 ਅੰਗ ਤੋਂ ਵੀ ਅੱਗੇ ਨਹੀਂ ਟੱਪੇ ਅਜੇ। ਜਦੋਂ 8 ਅੰਗਾਂ ਤੋਂ ਅੱਗੇ ਨਾ ਟੱਪਾਂਗੇ, ਫਿਰ ਜੋ ਕੋਈ ਆ ਕੇ ਆਖੇਗਾ, ਜੋ ਜਿੱਥੇ ਕੋਈ ਬੋਲੇਗਾ, ਸਾਨੂੰ ਉਹ ਚੰਗਾ ਹੀ ਲੱਗੇਗਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਰਪਾਲਤਾ ਕੀਤੀ, ਉਹਨਾਂ ਨੇ ਬਚਨ ਕਹੇ ਇੱਕ, ਇਹ ਕਹਿ ਕਰਕੇ ਆਪਾਂ ਚੱਲਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੈ ਅਤੇ ਏਡੇ ਸਮਰੱਥ ਮਾਲਕ ਦਾਤੇ ਹੈ। ਰਤਾ ਕੁ ਸਾਡੇ ਇੱਧਰ ਪਹਿਲਾਂ ਇਹ ਤਾਂ ਪ੍ਰਤੀਤ ਬਣ ਜਾਏ ਕਿ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਜਾਣਦੇ ਹਾਂ, ਕੀ ਮੰਨਦੇ ਹਾਂ, ਕਿਉਂਕਿ ਅੱਜ ਗੱਲ ਇੱਥੇ ਆ ਗਈ ਹੈ ਕਿ ਬਾਬਾ ਅਰਜਨ ਦੇਵ ਜੀ, ਬਾਬਾ ਨਾਨਕ ਦੇਵ ਜੀ, ਉਹ ਗੱਲ ਕਿਉਂ ਇੱਥੇ ਆਈ ਹੈ? ਕਿਉਂਕਿ ਅੱਜ ਖੁਸ਼ਕ ਬੁੱਧੀ ਵਾਲੇ ਕੀ ਕਹਿਣ ਲੱਗੇ ਆ? ਉਹ ਕਹਿੰਦੇ ਆ ਜੀ, ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੀ, ਉਹ ਇੱਕ ਚੰਗੇ ਇਨਸਾਨ ਸੀ। ਉਹਨਾਂ ਦੀ ਜਿਹੜੀ ਸਾਡੇ ਨਾਲੋਂ ਸਮਝ ਸੀ ਉਹ ਕੁਝ ਜ਼ਿਆਦਾ ਸੀ, ਅਤੇ ਜਿਹੜੇ ਸਾਇੰਸ ਨੂੰ ਮੰਨਣ ਵਾਲੇ ਉਹ ਤਾਂ ਇੱਥੋਂ ਕਹਿਣ ਲੱਗ ਪਏ ਕਿ ਉਹ ਸਾਇੰਸਦਾਨ ਸੀ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਖ ਜਗਤ ਕੀ ਮੰਨਦਾ? ਸਾਰੇ ਨਹੀਂ, ਜਿਹਨਾਂ ਨੂੰ ਪ੍ਰਤੀਤ ਭਰੋਸਾ ਉਹ ਮਰ ਤਾਂ ਜਾਣਗੇ, ਪਰ ਕਦੇ ਇਹ ਨਾ ਆਖਣਗੇ ਗੁਰੂ ਨਾਨਕ ਸਾਹਿਬ ਨੂੰ ਅੱਜ ਕੋਈ ਬਾਬਾ ਆਖਣ ਲੱਗ ਪਏ। ਕੋਈ ਗੱਲ ਨਹੀਂ, ਮਹਾਰਾਜ ਜੀ ਨੇ ਕਿਰਪਾਲਤਾ ਕੀਤੀ, ਬਾਬਾ ਆਖਿਆ ਭਾਈ ਗੁਰਦਾਸ ਸਾਹਿਬ ਜੀ ਨੇ, ਇੱਕ ਬਾਬਾ ਅਕਾਲ ਰੂਪ, ਪਰ ਉਹਨਾਂ ਨੇ ਬਾਬਾ ਅਕਾਲ ਰੂਪ ਕਹਿ ਕੇ ਸੰਬੋਧਨ ਕੀਤਾ, ਦੂਜਾ ਰਬਾਬੀ ਮਰਦਾਨਾ। ਪਰ ਭਾਈ ਗੁਰਦਾਸ ਸਾਹਿਬ ਜੀ ਨੇ ਜਿੱਡੀ ਵੱਡੀ ਗੱਲ ਆਖ ਦਿੱਤੀ, ਉਹਨਾਂ ਨੇ ਜੋ ਕਿਰਪਾਲਤਾ ਕੀਤੀ, ਜਦੋਂ ਆਪਾਂ ਕਿਤੇ ਸਾਡੇ ਧਿਆਨ ਗੋਚਰੇ ਗੱਲ ਆਵੇਗੀ ਸਾਡੇ ਸਾਹਮਣੇ ਬਗਦਾਦ ਵਾਲੇ ਪੀਰ ਦੇ ਨਾਲ ਮਹਾਰਾਜ ਜੀ ਦੀ ਗੋਸ਼ਟ ਹੋਣ ਦੀ, ਜਦੋਂ ਉਹ ਬਗਦਾਦ ਵਾਲੇ ਪੀਰ ਨਾਲ ਗੋਸ਼ਟ ਹੋਣ ਦੀ ਗੱਲ ਆਉਂਦੀ ਹੈ, ਉੱਥੇ ਜਦੋਂ ਮਹਾਰਾਜ ਜੀ ਗਏ ਤਾਂ ਆਪਾਂ ਨੂੰ ਪਤਾ ਹੈ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਫਿਰ ਮਹਾਰਾਜ ਜੀ ਕਿਰਪਾਲਤਾ ਕਰਦੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਫਿਰ ਕਹਿੰਦੇ ਪੁੱਛਿਆ ਫਿਰ ਕੇ ਦਸਤਗੀਰ, ਕੌਣ ਫਕੀਰ ਕਿਸਕਾ ਕਰਹਾਨਾ। ਅਤੇ ਅੱਗਿਓਂ ਜਵਾਬ ਦਿੱਤਾ, ਕਹਿੰਦੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਹ ਤਾਂ ਅਕਾਲ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਇੱਥੇ ਆ ਗਏ। ਫਿਰ ਜਦੋਂ ਇਹ ਸੱਦ ਲਾਈ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਕੋੜ ਕੋੜ ਕਪਾਲ ਥੱਕੇ ਬੇਦ ਕਹਿਣ ਇੱਕ ਬਾਤ, ਜਦੋਂ ਇੱਥੇ ਗੱਲ ਆਈ, ਉਹਨਾਂ ਨੇ ਫਿਰ ਅਸਲ ਵਿੱਚ ਇਹ ਯਤਨ ਕੀਤਾ ਕਿ ਇਹਨਾਂ ਨੂੰ ਮਾਰਿਆ ਜਾਵੇ, ਇਹ ਗਲਤ ਬੋਲ ਰਹੇ, ਕੁਫਰ ਤੋਲ ਰਹੇ ਹੈ। ਜਿਸ ਵੇਲੇ ਸਾਰਾ ਕੁਛ ਸੁਣ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ, ਜਦੋਂ ਹੈਰਾਨ ਹੋ ਗਿਆ ਕਿ ਇਹ ਤਾਂ ਸਾਰਾ ਕੁਝ ਸੁਣ ਹੋ ਗਿਆ, ਹੁਣ ਰੁਕਿਆ ਇੱਕ ਥਾਈ, ਟਕਾਅ ਵਿੱਚ ਆ ਗਿਆ ਸਾਰਾ ਕੁਝ, ਫਿਰ ਉਹ ਆ ਕਰਕੇ ਪੈਰਾਂ 'ਤੇ ਡਿੱਗਾ, ਉਹਨੇ ਬੇਨਤੀ ਕੀਤੀ ਕਿਰਪਾ ਕਰੋ ਫਿਰ ਮੈਨੂੰ ਵਿਖਾਓ। ਜਦੋਂ ਵਿਖਾਉਣ ਦੀ ਗੱਲ ਆਈ ਤਾਂ ਮਹਾਰਾਜ ਜੀ ਕਹਿੰਦੇ ਚੱਲ ਵਿਖਾਉਂਦੇ ਹਾਂ। ਦਸਤਗੀਰ ਪੀਰ ਕਹਿੰਦਾ ਨਹੀਂ ਜੀ, ਮੈਂ ਅਸਲ ਵਿੱਚ ਸਿਆਣਾ, ਆਹ ਮੇਰਾ ਬੇਟਾ ਹੈ, ਇਹਨੂੰ ਲੈ ਜਾਓ, ਇਹਨੂੰ ਵਿਖਾਓ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖੇ ਉਹ ਬਚਨ ਕਿ ਜਿਸ ਵੇਲੇ ਫਿਰ ਉਸ ਪੀਰ ਨੂੰ ਮਹਾਰਾਜ ਜੀ ਨੇ ਕਿਰਪਾਲਤਾ ਕੀਤੀ, ਲੱਖ ਪਾਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਅਤੇ ਹੋਇਆ ਕਿ ਕਹਿੰਦੇ ਨਾਲ ਲੇਤਾ, ਨਾਲ ਲੈ ਲਿਆ ਕਹਿੰਦੇ ਪੀਰ ਦੇ ਬੇਟੇ ਨੂੰ, ਨਾਲ ਲੇਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਕੀਤਾ ਕੀ ਫਿਰ? ਕੀ ਪ੍ਰਤੱਖ ਵੀ ਵਿਖਾ ਲਿਆ। ਮਹਾਰਾਜ ਜੀ ਕਹਿੰਦੇ ਆ ਕਿ ਧੁਰੋਂ ਭਰ ਕਚਕੌਲ ਪ੍ਰਸ਼ਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ। ਅਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਾਹਰ ਕਲਾ ਨਾ ਛਪੈ ਛਪਾਈ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਜਾਹਰ ਕਲਾ ਨੂੰ ਕੌਣ ਰੋਕ ਸਕਦਾ, ਮਿਟ ਸਕਦਾ? ਉਹ ਤਾਂ ਕਦੇ ਵਾਸਤੇ ਛੁੱਪ ਨਹੀਂ ਸਕਦੀ, ਲੋਕਾਂ ਨੇ ਯਤਨ ਕੀਤਾ। ਪਰ ਐਸੇ ਧੰਨ ਗੁਰੂ ਨਾਨਕ ਸਾਹਿਬ ਜਿਹਨਾਂ ਦੇ ਬਚਨ ਆ ਗਏ ਕੁਦਰਤੀ, ਅਤੇ ਮੇਰੇ ਚਿੱਤ ਵਿੱਚ ਕਿ ਸਾਡੇ ਅੰਦਰ ਕੋਈ ਪ੍ਰਤੀਤ ਦੀ ਗੰਢ ਵੱਜ ਜਾਏ, ਅਸੀਂ ਕੁਝ ਲੈ ਕੇ ਜਾ ਸਕੀਏ ਇੱਥੋਂ, ਜਿਸ ਗੁਰੂ ਦੇ ਚਰਨਾਂ ਵਿੱਚ ਆ ਕਰਕੇ ਬੈਠੇ ਹੋ, ਕਿੱਡੇ ਕੁ
ਕਿਰਪਾ ਦਾ ਮਾਲਕ ਹੈ। ਉਹ ਕੀ ਕਰ ਸਕਦਾ ਹੈ? ਉਹ ਅੱਖ ਦੇ ਫਰਾਕੇ ਨਾਲ ਕੀ ਬਣਾ ਸਕਦਾ ਹੈ? ਉਹਨੇ ਕਿੰਨੇ ਕੁ ਬਣਾਏ? ਆਪਾਂ ਤਾਂ ਅੱਜ ਕਹਿੰਦੇ ਹਾਂ ਨਾ ਕਿ ਗੁਰੂ ਨੂੰ ਬਾਬਾ ਆਖੀਏ, ਗੁਰੂ ਨੂੰ ਸੰਤ ਆਖੀਏ, ਅਤੇ ਜਿਹੜੇ ਗੁਰੂ ਨੇ ਸੰਤ ਬਣਾ ਦਿੱਤੇ ਉਹਨਾਂ ਨੂੰ ਕੀ ਆਖਾਂਗੇ? ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ ਆਪਾਂ ਸੁਖਨੀ ਸਾਹਿਬ ਵਿੱਚੋਂ। ਮਹਾਰਾਜ ਜੀ ਕਹਿੰਦੇ ਪੂਰਾ ਗੁਰ ਅਖਿਓ ਜਾਕਾ ਮੰਤਰ। ਕੀ ਹੋ ਜਾਂਦਾ ਗੁਰੂ ਦੇ ਦੇਖਣ ਨਾਲ ਹੀ? ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਮਹਾਰਾਜ ਜੀ ਕਹਿੰਦੇ ਜਿਹੜੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਤੱਕਣੀ ਭਰ ਕੇ ਵੇਖਿਆ ਉਹ ਸੰਤ ਬਣ ਗਿਆ, ਸੱਜਣ ਬਣਿਆ, ਭੂਮੀਆਂ ਚੋਰ ਬਣਿਆ, ਕੌਡਾ ਰਾਕਸ਼ ਬਣਿਆ, ਹਜ਼ਾਰਾਂ ਬਣੇ, ਇੱਕ ਦਾ ਨਾਂ ਲਈਏ ਅੱਜ ਬਣ ਰਹੇ। ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਦਾ ਸਰੂਪ, ਜਿਨ੍ਹਾਂ ਦੇ ਬਾਬਤ ਮਹਾਰਾਜ ਜੀ ਨੇ ਆਪ ਵੀ ਆਪਣੀ ਰਸਨਾ ਤੋਂ ਬਚਨ ਕਹੇ ਕਿ ਸੋਹੰਗ ਤਤ ਨਿਰੰਜਨ ਜੋਤ ਸੁਭਾਈ, ਸੋਹੰਗ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਇਹ ਸੋਠ ਰਾਗ ਵਿੱਚ ਮਹਾਰਾਜ ਗੁਰੂ ਅਰਜਨ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਪ ਦੇ ਬਚਨ ਹੈ। ਤਤ ਨਿਰੰਜਨ ਜੋਤ ਸੁਭਾਈ, ਸੋਹੰਗ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਬਾਬਤ ਅੱਜ ਤਾਂ ਸਾਡੀ ਖੁਸ਼ਕ ਬੁੱਧੀ ਉਂਗਲ ਚੱਕਣ ਲੱਗੀ, ਇੱਕ ਸੈਕਿੰਡ ਨਹੀਂ ਲਾਉਂਦੀ। ਉਹ ਕਹਿੰਦੇ ਆ ਕਿ ਮੱਕਾ ਨਹੀਂ ਫਿਰਿਆ, ਮਨ ਫੇਰ ਦਿੱਤੇ। ਅਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਅਤੇ ਉਹਨਾਂ ਨੇ ਕਹਿੰਦੇ ਬਲ ਬਲ ਪੈਰ ਕਰ ਮਹਿਰਾਬੇ ਵੱਲ, ਕਿਹੜਾ ਸੁੱਤਾ ਕੁਫਰ ਕੁਫਾਰੀ। ਅਤੇ ਭਾਈ ਮਹਾਰਾਜ ਜੀ ਕਹਿੰਦੇ ਜਿੱਧਰ ਹੈ ਨਹੀਂ ਤੇਰਾ ਕਾਬਾ ਉੱਧਰ ਕਰ ਦੇ। ਅਤੇ ਮਹਾਰਾਜ ਜੀ ਕਹਿੰਦੇ ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਟੰਗੋਂ ਪਕੜ ਘਸੀਟਿਆ। ਲੱਤ ਫੜ ਲਈ ਮਹਾਰਾਜ ਜੀ ਦੀ ਇੱਕ ਉਸਨੇ। ਭਾਈ ਗੁਰਦਾਸ ਜੀ ਕਹਿੰਦੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਕਹਿੰਦੇ ਕਲਾ ਵਿਖਾਲ ਕਰਕੇ ਕਿਰਪਾਲਤਾ ਕੀਤੀ, ਜਦੋਂ ਹਰ ਪਾਸੇ ਮੱਕਾ ਦਿਸਣ ਲੱਗ ਪਿਆ। ਇੱਕ ਆਪਣੇ ਪੰਥ ਦਾ ਬਹੁਤ ਸਰਮੋਰ ਕਥਾਵਾਚ ਹੋਇਆ ਗਿਆਨੀ ਮਾਨ ਸਿੰਘ ਝੌਰ, ਉਸਨੇ ਗੱਲ ਆਖੀ। ਕਹਿੰਦਾ ਮੇਰੀ ਜਦੋਂ ਡਿਊਟੀ, ਉਹ ਕਰਦਾ ਸੀ ਜੋਬ ਸੁਪਰਵਾਈਜ਼ਰ ਦੀ, ਕਹਿੰਦਾ ਜਦੋਂ ਮੇਰੀ ਪੋਸਟ ਹੋਈ ਤਾਂ ਮੇਰੇ ਨਾਲ ਇੱਕ ਮੁਸਲਮਾਨ ਸੀ। ਕਹਿੰਦਾ ਜਦੋਂ ਮੈਂ ਪੱਛਮ ਵਾਲੇ ਪਾਸੇ ਕਰਕੇ ਮੰਜੇ ਦੇ ਪੈਰ ਕਰਨੇ ਨਾ, ਉਸਨੇ ਕਹਿਣਾ ਤੂੰ ਇੱਧਰ ਨੂੰ ਕਰਕੇ ਪੈਰ ਨਾ ਸੌਂਇਆ ਕਰ। ਕਹਿੰਦੇ ਮੈਂ ਉਹਨੂੰ ਆਖਣਾ ਕੋਈ ਨਹੀਂ, ਮੈਂ ਇੱਧਰ ਨੂੰ ਨਹੀਂ ਸੌਂਦਾ। ਕਹਿੰਦਾ ਇੱਕ ਦਿਨ ਜਦੋਂ ਮੈਂ ਸੁੱਤਾ ਤਾਂ ਉਹਨੂੰ ਫਿਰ ਆਖ ਦਿੱਤਾ ਵੀ ਮਾਨਸਿਆ ਇਸ ਪਾਸੇ ਨੂੰ ਪੈਰ ਕਰਕੇ ਨਾ ਸੌਂ, ਇੱਧਰ ਸਾਡਾ ਮੱਕਾ। ਕਹਿੰਦਾ ਮੈਂ ਉੱਠ ਕੇ ਖੜਾ ਹੋ ਗਿਆ, ਮੈਂ ਕਿਹਾ ਗੱਲ ਸੁਣ, ਇਹ ਇੱਕ ਪਾਸੇ ਵੱਲ ਪੈਰ ਕਰਕੇ ਤੂੰ ਇਕੱਲਾ ਸੌਂ ਸਕਦਾ, ਅਸੀਂ ਤਿੰਨਾਂ ਪਾਸਿਆਂ ਵੱਲ ਕਰਕੇ ਸੌਂ ਸਕਦੇ, ਤੂੰ ਜਿੱਧਰ ਨੂੰ ਮਰਜ਼ੀ ਕਰਕੇ ਸੌਂ ਜਾਂਦਾ, ਸਾਡਾ ਤਾਂ ਸਾਰੇ ਪਾਸੇ ਹੀ ਹੈ। ਮਹਾਰਾਜ ਜੀ ਨੇ ਕਿਰਪਾਲਤਾ ਕੀਤੀ, ਉਹਨਾਂ ਦੇ ਪਖੰਡ ਦਾ ਖੰਡਨ ਕੀਤਾ। ਉੱਥੇ ਉੱਥੇ ਮਹਾਰਾਜ ਜੀ ਗਏ ਜਿੱਥੇ ਕੋਈ ਨਹੀਂ ਜਾ ਸਕਦਾ ਸੀ, ਜਿੱਥੇ ਸਿੱਧਾਂ 'ਤੇ ਕਿਰਪਾ ਕੀਤੀ। ਸਿੱਧ ਆਸ਼ਾਸ਼ਕਾਰ ਉੱਠੇ ਕਿ ਨਾਨਕ ਆਖਿਆ ਭੰਗਰਨਾਥ ਪਹਿਲਾਂ। ਮਹਾਰਾਜ ਜੀ ਕਹਿੰਦੇ ਤੇਰੀ ਤਾਂ ਮਾਂ ਕਚੱਜੀ ਹੈ, ਪਰ ਉਹ ਹੀ ਭੰਗਰਨਾਥ ਕੀ ਕਹਿੰਦਾ? ਉਹ ਕਹਿੰਦਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲਯੁੱਗ ਅੰਦਰ ਜੋਤ ਜਗਾਈ। ਹੁਣ ਇੰਨਾ ਕੁਝ ਪ੍ਰਾਪਤ ਕਰਕੇ, ਇੰਨੇ ਬਚਨ ਸੁਣ ਕੇ ਵੀ ਸਾਡੇ ਅੰਦਰ ਇਹ ਭਰੋਸਾ ਨਾ ਆਵੇ ਗੁਰੂ ਨਾਨਕ ਸਾਹਿਬ ਗੁਰੂ ਹੈ, ਉਹ ਰੱਬ ਹੈ, ਉਦੋਂ ਹੀ ਸਾਡੇ ਲੋਕ ਫਿਰ ਆਖ ਦੇਣ ਕਿ ਬਾਬਾ ਨਾਨਕ ਆਖ ਦੇਣਾ ਚਾਹੀਦਾ, ਗੁਰੂ ਨਹੀਂ ਆਖਣਾ ਚਾਹੀਦਾ, ਗੁਰੂ ਗੁਰਬਾਣੀ ਹੈ। ਬਿਲਕੁਲ ਗੁਰਬਾਣੀ ਗੁਰੂ, ਕੋਈ ਗੱਲ ਫਰਕ ਨਹੀਂ ਇਸ 'ਚ, ਪਰ ਗੁਰੂ ਨਾਨਕ ਸਾਹਿਬ 'ਚ ਅਤੇ ਗੁਰਬਾਣੀ 'ਚ ਫਰਕ ਕੀ ਹੈ? ਕਿਉਂਕਿ ਸਮਝਣ ਵਾਲੀ ਬਾਤ, ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਰਹੋ ਵਿਚਾਰ, ਕਿਉਂਕਿ ਬਹੁਤ ਕੁਝ ਐਸਾ ਬੋਲਣ ਵਾਲਾ। ਕਿਉਂਕਿ ਅੱਜ ਸਾਡੇ ਅੰਦਰ ਕੋਈ ਸ਼ੱਕ ਸੁਭਾ, ਕੋਈ ਐਸੀ ਗੱਲ ਪਾ ਕਰਕੇ ਕੋਈ ਯਤਨ ਨਹੀਂ ਚੱਲਿਆ, ਜਦੋਂ ਇੱਕੋ ਹੀ ਇੱਕ ਹੁਣੇ ਯਤਨ ਰਹਿ ਗਿਆ, ਸਾਨੂੰ ਲੜਾਉਣ ਦਾ ਹੋਰ ਕੋਈ ਯਤਨ ਨਹੀਂ ਚੱਲਿਆ, ਇੱਕੋ ਹੀ ਇੱਕ ਗੁਰਮੁਖ ਹੋਏ ਯਤਨ ਰਹਿ ਗਿਆ, ਉਹ ਯਤਨ ਉਹਨਾਂ ਦਾ ਕਾਰਗਰ ਸਿੱਧ ਹੋ ਰਿਹਾ ਸਾਡੇ 'ਤੇ। ਸਾਨੂੰ ਪੂਰੇ ਗੁਰੂ 'ਤੇ ਭਰੋਸਾ ਨਹੀਂ ਰਿਹਾ, ਜਿਹਨੂੰ ਮਹਾਰਾਜ ਜੀ ਕਹਿੰਦੇ ਆ ਪੂਰੇ ਕਾ ਕੀਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾ ਹੈ। ਆਪਾਂ ਸੋਚ ਕਰਕੇ ਵੇਖ ਲਈਏ ਰਤਾ ਕੂ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਦਸਾਂ ਸਰੂਪਾਂ ਤੱਕ
ਕੋਈ ਇੱਕ ਵੀ ਸਮਾਂ ਐਸਾ ਬਣਿਆ ਜਦੋਂ ਮਹਾਰਾਜ ਜੀ ਨੇ ਪੰਥ ਦੀ ਅਗਵਾਈ ਵਿੱਚ ਕੋਈ ਫਰਕ ਪਾਇਆ ਹੋਵੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾਲਤਾ ਕੀਤੀ, ਜੇ ਉਹਨਾਂ ਨੇ ਅੰਮ੍ਰਿਤ ਦੀ ਮਰਿਆਦਾ ਤੋਰੀ ਅਤੇ ਚਰਣਾ ਅੰਮ੍ਰਿਤ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਕਿ ਚਰਨ ਧੋਏ ਰਹਿਰਾਸ ਕਰ ਚਰਣਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਫਿਰ ਮਹਾਰਾਜ ਜੀ ਨੇ ਕਿਰਪਾਲਤਾ ਕੀਤੀ, ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਉਹਦੇ ਵਿੱਚ ਕਿਤੇ ਰੰਚਕ ਮਾਤਰ ਵੀ ਕਿਤੇ ਸ਼ੱਕ ਵਾਲੀ ਗੱਲ ਹੈ? ਸੂਰਜ ਵਾਂਗੂ ਚਮਕਦਾ ਇਤਿਹਾਸ ਹੈ ਸਿੱਧਾ ਸਾਧਾ, ਅਤੇ ਸਾਡੇ ਸਾਹਮਣੇ ਹੈ, ਅਤੇ ਬਹੁਤ ਸਾਲ ਨਹੀਂ ਹੋਏ, 550 ਸਾਲ ਹੋਇਆ, ਹਜ਼ਾਰਾਂ ਸਾਲਾਂ ਦਾ ਲੋਕਾਂ ਦਾ ਇਤਿਹਾਸ ਹੈ। ਹਜ਼ਾਰਾਂ ਸਾਲਾਂ ਦੇ ਲੋਕਾਂ ਦੇ ਇਤਿਹਾਸ ਨੇ ਆਪਣੇ ਇਤਿਹਾਸ 'ਤੇ ਕਿੰਤੂ ਨਹੀਂ ਕੀਤਾ। ਹਜ਼ਾਰਾਂ ਸਾਲਾਂ ਦੇ ਇਤਿਹਾਸ 'ਤੇ ਕਦੀ ਬੰਦੇ ਨੂੰ ਸਿਰ ਲੱਗ ਸਕਦਾ ਗਣੇਸ਼ ਦਾ? ਜਿਹੜਾ ਗੁਰੂ ਡਾਂਕੇ ਦੀ ਚੋਟ 'ਤੇ ਆਖ ਰਿਹਾ ਹੋਵੇ ਮੈਂ ਨਾ ਗਣੇਸ਼ਾ ਪ੍ਰਥਮ ਮਨਾਊ, ਕਿਸਨ ਬਿਸਨ ਕਬ ਹੂੰ ਨਹਿ ਧਿਆਊ, ਕਾਨ ਸੁਣੇ ਪਹਿਚਾਨ ਨਾ ਤਿੰਨ ਸੌ, ਲਿਵ ਲਾਗੀ ਮੋਰੀ ਪੱਗ ਇਨ ਸੌ। ਉਸ ਗੁਰੂ 'ਤੇ ਵੀ ਅੱਜ ਕਿੰਤੂ, ਕਿਉਂ ਕਿੰਤੂ? ਆਪਾਂ ਸੋਚ ਕੇ ਵੇਖੀਏ, ਕਦੇ ਬੰਦੇ ਦੇ ਸਿਰ 'ਤੇ ਹਾਥੀ ਦਾ ਸਿਰ ਲੱਗ ਜਾਵੇਗਾ? ਕਿਤੇ ਮੇਲ ਜੋਲ ਹੋ ਸਕਦਾ? ਬੰਦੇ ਦਾ ਧਾੜ ਇੰਨਾ ਕੁ, ਹਾਥੀ ਦਾ ਐਡਾ ਵੱਡਾ? ਪਰ ਆਪਾਂ ਵੇਖਦੇ ਹਾਂ ਹਜ਼ਾਰਾਂ ਲੱਖਾਂ ਲੋਕ ਉਹ ਗਣੇਸ਼ ਨੂੰ ਚੱਕੀ ਫਿਰਦੇ ਆ, ਉਹਦੀ ਪੂਜਾ ਕਰਦੇ ਆ, ਇੱਕ ਬੰਦਾ ਨਹੀਂ ਕਹਿੰਦਾ ਉਹਦੇ ਵਿੱਚ ਕੋਈ ਨੁਕਸ ਹੈ। ਸਾਡਾ ਆਏ ਦਿਨ ਹੀ ਬੰਦਾ ਉੱਠਦਾ ਜਿਹੜਾ ਚਾਰ ਅੱਖਰ ਪੜ੍ਹ ਕੇ ਆਉਂਦਾ, ਉਹ ਕਹਿੰਦਾ ਨਹੀਂ ਜੀ ਸਾਡਾ ਹੇਮਕੁੰਡ ਸਾਹਿਬ 'ਤੇ ਕੀ ਹੈ। ਉਹ ਆਉਂਦਾ ਕਹਿੰਦਾ ਇੱਕ ਗੱਲ, ਅੱਗੇ ਹੋਰ ਕਹਿੰਦਾ ਸਾਡਾ ਜਿਹੜੀਆਂ ਅੰਮ੍ਰਿਤ ਦੀਆਂ ਬਾਣੀਆਂ ਕੀ ਪਤਾ ਉਦੋਂ ਕਿਹੜੀਆਂ ਪੜ੍ਹੀਆਂ, ਜਿਹੜੀਆਂ ਪੜ੍ਹੀਆਂ ਆਪਾਂ ਨੂੰ ਪ੍ਰਤੱਖ ਦਿਸਦੀਆਂ ਉਹਨਾਂ ਨੂੰ ਪੜ੍ਹੀਆਂ ਤੋਂ ਅੰਮ੍ਰਿਤ ਛੱਕ ਕੇ ਸਿਰ ਤਲੀ 'ਤੇ ਰੱਖ ਕੇ ਲੜ ਗਏ। ਉਹਨਾਂ ਅੰਮ੍ਰਿਤ ਦੀਆਂ ਬਾਣੀਆਂ ਨਾਲ ਅੰਮ੍ਰਿਤ ਛੱਕ ਕੇ ਇੱਥੋਂ ਸ਼ੁਰੂ ਕਰਦੇ ਆ ਪੋਟਾ ਵੱਢਣਾ। 70 ਤੋਂ ਵੱਧ ਵਾਰ ਹੁੰਦੇ ਆ ਭਾਈ ਮਨੀ ਸਿੰਘ ਸਾਹਿਬ 'ਤੇ, ਇੱਕ ਵਾਰ ਸੀ ਨਹੀਂ ਆਖਦੇ। ਉਸੇ ਅੰਮ੍ਰਿਤ ਨੂੰ ਛੱਕ ਕੇ ਉਹਨਾਂ ਬਾਣੀਆਂ ਨਾਲ, ਪੰਜਾਂ ਨਾਲ ਭਾਈ ਤਾਰੂ ਸਿੰਘ ਇੱਦਾਂ ਬਹਿ ਜਾਂਦਾ ਹੈ ਹੱਥ ਕਰਕੇ, ਆ ਕਰਕੇ ਖੋਪਰੀ ਲਾਉਣ ਵਾਲਾ ਜਲਾਦ ਖੋਪਰੀ ਲਾਉਣੀ ਸ਼ੁਰੂ ਕਰਦਾ, ਸਾਰੀ ਖੋਪਰੀ ਲਾ ਲੈਂਦਾ, 22 ਦਿਨ ਗੁਰੂ ਕਾ ਸਿੱਖ ਬੈਠਾ ਰਹਿੰਦਾ, ਕੋਈ ਫਰਕ ਨਹੀਂ ਪੈਂਦਾ। ਅੱਜ ਜਿਹੜੇ ਨੇ ਕੀਤਾ ਕੁਝ ਨਹੀਂ, ਉਹ ਸਾਨੂੰ ਆ ਕੇ ਦੱਸਣ ਲੱਗਦਾ ਕਿ ਇਹ ਬਾਣੀਆਂ ਅੰਮ੍ਰਿਤ ਦੀਆਂ ਬਾਣੀਆਂ ਨਹੀਂ, 3 ਬਾਣੀਆਂ, ਜਾਂ ਉੱਥੋਂ ਵੀ ਉਰੇ ਆ ਗਈ ਗੱਲ ਵੀ 2 ਹੀ ਪੜ੍ਹਨੀਆਂ ਗੁਰੂ ਗ੍ਰੰਥ ਸਾਹਿਬ 'ਚੋਂ, ਹੋਰ ਬਾਣੀ ਹੈ ਨਹੀਂ ਸਾਡੀ ਕੋਈ। ਇਹ ਤਾਂ ਆਪਾਂ ਨੂੰ ਰਤਕ ਸੋਚਣਾ ਪਵੇਗਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਜਾਣਦੇ ਕੀ ਹਾਂ, ਕੀ ਕਿਰਪਾ ਕੀਤੀ। ਆਪਾਂ ਵੇਖਦੇ ਹਾਂ ਕਿ ਅੰਮ੍ਰਿਤ ਦੀ ਰਹਿਤ ਮਹਾਰਾਜ ਜੀ ਨੇ ਚਲਾਈ, ਖੰਡੇ ਦੀ ਵਾਹਿਗੁਰੂ ਪੈਰਾਂ ਦੇ ਚਰਨਾਮ੍ਰਿਤ ਤੋਂ, ਚਰਨਾਮ੍ਰਿਤ ਤੋਂ ਖੰਡੇ ਦੀ ਪਹੁਲ ਬਦਲ ਗਈ। ਖੰਡੇ ਦੀ ਪਹੁਲ ਤੋਂ ਆਪਾਂ ਨੂੰ ਪਤਾ ਲੱਗਾ ਕਿ ਮਹਾਰਾਜ ਜੀ ਨੇ 5 ਪਿਆਰਿਆਂ ਨੂੰ ਪ੍ਰਧਾਨਤਾ ਦੇ ਦਿੱਤੀ, ਪ੍ਰਧਾਨਤਾ ਦੇ ਕੇ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ, ਲੜ ਲਾ ਕੇ ਮਹਾਰਾਜ ਜੀ ਨੇ ਰਹਿਣੀ ਬਹਿਣੀ ਸਹਿਣੀ ਸਾਰਾ ਕੁਛ ਸਿਖਾ ਦਿੱਤਾ। ਇਸ ਗੁਰੂ ਨੇ ਪੂਰਾ ਕੁਝ ਦੇ ਦਿੱਤਾ, ਪਰ ਪੂਰਾ ਕੁਝ ਲੈ ਕਰਕੇ ਵੀ ਕਹਿੰਦੇ ਨਹੀਂ ਸਾਡਾ ਨਹੀਂ, ਕਿਉਂ? ਕਿਉਂਕਿ ਕੋਈ ਵੀ ਜਿਹੜੀ ਕਾਰਗਰ ਇਹ 'ਤੇ ਕੋਈ ਵਾਰ ਨਹੀਂ ਹੋਇਆ। ਰਤਕੂ ਫਿਰ ਦੁਹਰਾ ਲਈਏ ਕਿ ਪੈਰ ਤੋਂ ਲੈ ਕਰਕੇ ਸਿਰ ਤੱਕ ਸਿੱਖ ਕੱਟਿਆ, ਸਿੱਖ ਦਾ ਕਲੇਜਾ ਪਾੜ ਕਰਕੇ, ਬੱਚੇ ਦਾ ਕਲੇਜਾ ਪਾੜ ਕੱਢ ਕੇ ਦਿਲ ਕੱਢ ਲਿਆ, ਸਿੱਖ ਨੂੰ ਜਮੂਰਾਂ ਨਾਲ ਨੋਚਿਆ, ਸਿੱਖ ਨੂੰ ਤੋਪਾਂ ਦੇ ਮੂਹਰੇ ਖੜਾ ਕੇ ਉਡਾ ਦਿੱਤਾ। ਸਿੱਖ ਲੱਖਾਂ ਨਾਲ ਲੜ ਗਿਆ, ਅੱਜ ਵੀ ਸਿੱਖ ਡੋਲਿਆ ਨਹੀਂ। ਪਰ ਅਤੇ ਜਦੋਂ ਗੱਲ ਇੱਥੇ ਆਈ ਕਿ ਇਹ ਤਾਂ ਕਿਸੇ ਪ੍ਰਕਾਰ ਨਹੀਂ ਮਰਦੇ, ਨਾ ਇਹ ਮਰੇ ਹੈ ਕਿਸੇ ਡੰਡ ਦੇਣ ਨਾਲ, ਖਰੀਦੇ ਇਹ ਜਾ ਨਹੀਂ ਸਕਦੇ, ਆਚਰਣ ਤੋਂ ਵੀ ਇਹ ਡਿੱਗਦੇ ਨਹੀਂ, ਕੋਈ ਕੋਈ ਕਿਹੜਾ ਤਰੀਕਾ ਇਹਨਾਂ ਨੂੰ ਮਾਰਨ ਦਾ? ਇੱਕੋ ਹੀ ਇੱਕ ਗੁਰਮੁਖੋ ਤਰੀਕਾ ਉਹਨਾਂ ਕੋਲ ਕਾਰਗਰ ਸਾਬਤ ਹੋਇਆ ਸਾਡੇ 'ਤੇ ਅੱਜ ਜਿਹੜਾ ਹੋ ਰਿਹਾ। ਆਪਾਂ ਜਦੋਂ ਆਉਂਦੇ ਹਾਂ ਇਹ ਗੱਲ ਕਹਿੰਦੇ ਹਾਂ ਜੀ ਇਹ ਹੈਗਾ ਕਿ ਨਹੀਂ, ਇਹ ਗੱਲ ਦੱਸੋ ਇੱਦਾਂ ਹੋਈ ਕਿ ਨਹੀਂ, ਇਹ ਬਾਣੀ ਬਾਣੀ ਹੈ ਕਿ ਨਹੀਂ। ਮਹਾਰਾਜ ਜੀ ਕਿਰਪਾਲਤਾ ਕਰਨ ਹਜ਼ੂਰ ਸਾਹਿਬ ਕੁਝ ਸਮਾਂ ਕਥਾ ਕਰਨ ਦਾ ਮਿਲਿਆ, ਕਥਾ ਕਰਕੇ ਜੇ ਬਾਹਰ ਬਾਅਦ 'ਚ ਨਿਕਲਿਆ ਸੀ, ਆਉਂਦਿਆਂ ਪਹਿਲਾਂ ਇੱਕ ਗੁਰਮੁਖ ਮਿਲ ਪਿਆ, ਕਹਿੰਦੇ ਜੀ ਜਿਹੜੀ ਇਹ ਪੰਗਤੀ ਪੜ੍ਹੀ ਕਿੱਥੇ ਹੈ? ਮੈਂ ਬਚਨ ਪੜ੍ਹਿਆ ਸੀ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ, ਰਾਵਣ ਹੋਤੇ ਨਾ ਸੋਹ ਰੰਕ ਨਾ ਹੈ ਜਿਨਸਰ ਦੀਨੇ ਕਾਟ। ਮੈਨੂੰ ਕਹਿੰਦਾ ਜੀ ਇਹ ਪੰਗਤੀ ਤੁਸੀਂ ਪੜ੍ਹ ਦਿੱਤੀ ਕਿੱਥੇ ਹੈ ਇਹ? ਮੈਂ ਕਿਹਾ ਜੀ ਗੁਰਮੁਖੋ ਗੁਰੂ ਗ੍ਰੰਥ ਸਾਹਿਬ 'ਚ। ਕਹਿੰਦਾ ਜੀ ਬਸ। ਮੈਂ ਕਿਹਾ ਜੀ ਹੋਰ ਕੁਛ? ਕਹਿੰਦਾ ਇੰਨਾ ਹੀ ਪੁੱਛਣਾ ਸੀ। ਕਿਉਂ? ਕਿਉਂਕਿ ਭਰੋਸਾ ਨਹੀਂ, ਜਦੋਂ ਇਹ ਬਚਨ ਨੂੰ ਰਤਕ ਖੋਲਾਂਗੇ ਨਾ ਕਿ ਰਾਵਣ ਹੋਤੇ ਸੋ ਰੰਕ ਨਾ ਹੈ
ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਨ ਹੈ, ਚੌ ਬੋਲੇ ਬਾਣੀ ਹੈ। ਇੱਥੋਂ ਹੀ ਸ਼ੁਰੂ ਹੁੰਦੀ ਹੈ ਪੰਕਤੀ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨਾ ਹੈ ਜਿਨ ਸਿਰ ਦੀਨੇ ਕਾਟ। ਮਹਾਰਾਜ ਜੀ ਕਹਿੰਦੇ ਸੰਮਣਾ ਇੱਕ ਸਿਰ ਵੱਢ ਕਰਕੇ ਸੇਵਾ ਕੀਤੀ ਗੁਰੂ ਘਰ ਦੀ, ਵੇਖੀ ਕਿਤੇ ਹੰਕਾਰ ਨਾ ਕਰ ਜਾਈ, ਕੰਗਾਲ ਨਹੀਂ ਰਾਵਣ। ਲੰਕਾ ਗੜ੍ਹ ਸੋਇਨੇ ਕਾ ਭਾਇਆ, ਮੂਰਖ ਰਾਵਣ ਕਿਆ ਲੈ ਗਿਆ। ਏਡਾ ਵੱਡਾ ਲੰਕਾ ਪਤੀ ਮਾਲਕ ਸੀ, ਸੋਨੇ ਦੀ ਲੰਕਾ ਸੀ ਜਿਹਦੀ, 10 ਵਾਰ ਸਿਰ ਵੱਢ ਕੇ ਕਹਿੰਦੇ ਉਹਨੇ ਭੇਟਾ ਕੀਤਾ ਸ਼ਿਵਜੀ ਨੂੰ। ਕਿਉਂ? ਕਿਉਂਕਿ ਅਸਲ 'ਚ ਸਾਡੇ ਪਕੜ 'ਚ ਨਹੀਂ ਗੱਲ ਆਈ। ਜਦੋਂ ਪਕੜ 'ਚ ਨਹੀਂ ਆਵੇਗੀ, ਭਰੋਸਾ ਨਾ ਆਵੇਗਾ, ਉਦੋਂ ਕਹਾਂਗੇ ਇੱਦਾਂ ਨਹੀਂ ਹੋ ਸਕਦੀ। ਰਹੋ ਵਿਚਾਰ, ਗੁਰੂ ਸਾਹਿਬ ਕਿਰਪਾਲਤਾ ਕਰਨ, ਜੋ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆਪਾਂ ਗੁਰਮੁਖ ਉਹਦੇ 'ਤੇ ਪਹਿਰਾ ਦਈਏ, ਨਹੀਂ ਤਾਂ ਕੋਈ ਬਹੁਤਾ ਸਮਾਂ ਨਹੀਂ ਜਿੱਦਣ ਆਪਾਂ ਲੜ ਲੜ ਕੇ ਮਰ ਜਾਂਗੇ। ਕਿਉਂ ਮਰ ਜਾਂਗੇ? ਕਿਉਂਕਿ ਦੋ ਗੱਲਾਂ ਆਪਣੇ ਕੋਲ ਰਹਿ ਗਈਆਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਉਸ ਤੋਂ ਜਿੰਨੀ ਕਰੀ ਜਾਈਏ ਮੁੱਕ ਨਹੀਂ ਸਕਦੀ। ਦੋ ਗੱਲਾਂ ਗੁਰਮੁਖੋਂ ਆਪਣੇ ਕੋਲ ਰਹਿ ਗਈਆਂ, ਕੀ ਗੱਲ? ਜਦੋਂ ਤਾਂ ਆਪਾਂ ਆਪਣੇ ਇਸ ਆਹ ਸਰੂਪ ਦਾ, ਇਹ ਸਰੂਪ ਆਪਾਂ ਕਿੱਥੋਂ ਲਵਾਂਗੇ? ਆਹ ਕਿਰਪਾਨ ਕਿੱਥੋਂ ਆਈ? ਆਹ ਜਿਹੜਾ ਕਕਾਰ ਕਿੱਥੋਂ ਆਇਆ? ਕੰਘਾ ਕੇਸਾਂ 'ਚ ਕਿੱਥੋਂ ਆਇਆ? ਆਹ ਜਿਹੜੀ ਮਹਾਰਾਜ ਜੀ ਨੇ ਸੀਲ ਜਤ ਸਾਡੇ ਪੁਆ ਦਿੱਤੀ ਲੱਕ 'ਤੇ, ਇਹ ਕਿੱਥੋਂ ਆਈ? ਕਿਹਨੇ ਦਿੱਤੀ ਸਾਨੂੰ? ਪਹਿਲਾਂ ਹੈ ਸੀ? ਜੇ ਸਾਰਾ ਕੁਝ ਪ੍ਰਤੱਖ ਹੁੰਦਿਆਂ ਵੀ ਆ ਜੁੰਗਲ ਚੁੱਕਣ ਲੱਗ ਪਏ ਹੈ, ਉਹ ਦਿਨ ਦੂਰ ਨਹੀਂ ਜਿੱਦਣ ਸਾਡਾ ਕੋਈ ਨਹੀਂ ਭਲਾ ਕਰ ਸਕੇਗਾ। ਕਿੱਥੋਂ ਭਲਾ ਕਰਨ, ਕਿਹਨੂੰ ਲੈ ਕੇ ਆਵਾਂਗੇ ਭਲਾ ਕਰਨ ਲਈ? ਜਿਸ ਗੁਰੂ 'ਤੇ ਭਰੋਸਾ ਕਰਦਿਆਂ ਸਿੱਖ ਨੇ ਆਉਂਦਿਆਂ ਇਹ ਬਚਨ ਕਹੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਕਿਹਦੇ ਬਚਨ? ਧੰਨ ਗੁਰੂ ਨਾਨਕ ਸਾਹਿਬ ਜੀ ਦੇ। ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਅਤੇ ਐਸੇ ਗੁਰੂ ਸਾਹਿਬ ਜੀ ਦੇ ਬਚਨਾਂ 'ਤੇ ਸਾਨੂੰ ਭਰੋਸਾ ਨਾ ਆਵੇ, ਉਹ ਦਿਨ ਫਿਰ ਦੂਰ ਨੇ ਜਿੱਦਣ ਸਾਡਾ ਕੋਈ ਭਲਾ ਨਹੀਂ ਕਰ ਸਕੂਗਾ। ਇੱਕ ਬਚਨ ਕਹਿ ਕਰਕੇ ਅੱਗੇ ਮਹਾਰਾਜ ਜੀ ਕਿਰਪਾਲਤਾ ਕਰਨ ਕੁਝ ਪ੍ਰਮਾਣ ਦੇਵਾਂਗਾ, ਕਿਉਂਕਿ ਅੱਜ ਇੱਕ ਗੱਲ ਚੱਲ ਪਈ ਹੈ, ਜਦੋਂ ਕਿਸੇ ਚੀਜ਼ ਨੂੰ ਖੰਡਿਤ ਕਰਨਾ ਹੋਵੇ ਉਹਦੇ ਵਿੱਚ ਦੋਸ਼ ਆਰੋਪਿਆ ਜਾਂਦਾ, ਹੋਰ ਕੋਈ ਤਰੀਕਾ ਨਹੀਂ। ਉਹਦੇ 'ਚ ਦੋਸ਼ ਆਰੋਪ ਕੇ ਦੱਸਿਆ ਜਾਂਦਾ ਇਹਦੇ ਵਿੱਚ ਆਹ ਦੋਸ਼ ਹੈ, ਇਸ ਕਰਕੇ ਨਹੀਂ ਮੰਨਣਾ। ਇਹ ਤਾਂ ਗੱਲ ਪੱਕੀ ਹੈ ਕਿ ਜੇ ਕਿਸੇ ਹੋਰ 'ਤੇ ਦੋਸ਼ ਆਰੋਪੀਏ ਤਾਂ ਕਿਤੇ ਕੋਈ ਗੱਲ ਮੰਨ ਲਈਏ, ਪਰ ਮੰਨਦੇ ਨਹੀਂ ਅਸੀਂ। ਪਰ ਜਿੱਦਣ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਆਖਦਾ ਇਹ ਬਾਹਮਣਾਂ ਦੀ ਬਾਣੀ ਹੈ, ਉਦਣ ਕੀ ਕਰਾਂਗੇ? ਕੀ ਹੱਲ ਲੱਭਾਂਗੇ ਉਹਦਾ? ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਬੈਠ ਗਿਆ ਉਹ ਵੀ ਬ੍ਰਾਹਮਣ ਹੀ ਹੈ। ਚਾਰ ਬ੍ਰਾਹਮਣ ਬੈਠੇ ਉਵੇਂ ਮਹਾਰਾਜ ਜੀ ਵਾਹਿਗੁਰੂ, ਭੱਟਾਂ ਨੂੰ ਤਾਂ 17 ਨੂੰ ਗਿਣ ਲਈਏ, ਭਗਤਾਂ 'ਚੋਂ 3 ਬ੍ਰਾਹਮਣ ਬੈਠੇ ਆ, ਭਗਤ ਜੈਦੇਵ ਜੀ, ਭਗਤ ਪਰਮਾਨੰਦ ਜੀ ਅਤੇ ਭਗਤ ਪਰਮਾਨੰਦ ਜੀ, ਅਤੇ ਭਗਤ ਜਦੋਂ ਰਾਮਾਨੰਦ ਜੀ ਨੂੰ ਪੜ੍ਹਦੇ ਨਾ, ਭਗਤ ਰਾਮਾਨੰਦ ਜੀ ਕਹਿੰਦੇ ਆ ਕਿ ਆਪਣੇ ਵੱਲ ਧਿਆਨ ਮਾਰ ਕੇ ਦੇਖ, ਕਾਮ ਨਹੀਂ ਵਿਸਰਿਓ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁੱਖ 'ਤੇ ਨਹੀਂ ਵਿਸਰੀ, ਨਿਫਲ ਭਈ ਸਭ ਸੇਵਾ। ਇਹ ਰਾਮਾਨੰਦ ਜੀ ਕਹਿੰਦੇ ਆ, ਅਤੇ ਭੱਟਾਂ ਦੇ ਵਚਨ ਆਪਾਂ ਸਰਵਣ ਕਰ ਹੀ ਲਏ ਹੈ। ਪਰ ਕਿਉਂਕਿ ਜੇ ਕਿਸੇ ਚੀਜ਼ 'ਚ ਦੋਸ਼ ਆਰੋਪਣਾ ਹੋਵੇ ਉਹ ਤੋਂ ਅਗਲਾ ਦੋਸ਼ ਹੈ ਗੁਰਮੁਖੋ, ਇੱਕੋ ਹੀ ਗੱਲ 'ਚ ਉਹ ਇਹ ਕਿਹਾ ਜਾਂਦਾ ਹੈ ਕਿ ਦਸਮ ਦੀ ਬਾਣੀ ਨਹੀਂ ਪੜ੍ਹਨੀ। ਕਿਉਂ ਨਹੀਂ ਪੜ੍ਹਨੀ? ਕਿਉਂਕਿ ਉਹ 'ਚ ਇਸਤਰੀ ਦਾ ਅਪਮਾਨ ਕੀਤਾ। ਕੱਲ੍ਹ ਨੂੰ ਰਤਾ ਕੋ ਵਿਚਾਰ ਕਰਾਂਗੇ ਇਹਦੇ ਸੰਬੰਧ 'ਚ ਕਿ ਮਹਾਰਾਜ ਜੀ ਨੇ ਕੀ ਕਿਰਪਾਲਤਾ ਕੀਤੀ, ਅਤੇ ਕੁਝ ਆਪਾਂ ਪ੍ਰਮਾਣ ਹੁਣ ਵੀ ਲਵਾਂਗੇ ਮਹਾਰਾਜ ਜੀ ਦੇ ਬਚਨਾਂ ਵਿੱਚੋਂ ਆ ਜਾਣਗੇ ਸਾਹਮਣੇ। ਸਤਿਗੁਰੂ ਜੀ ਕਿਰਪਾਲਤਾ ਕਰਨ, ਧੰਨ ਗੁਰੂ ਨਾਨਕ ਸਾਹਿਬ ਜੀ 'ਤੇ ਸਾਨੂੰ ਇੰਨਾ ਭਰੋਸਾ ਆਵੇ, ਪ੍ਰਤੱਖ ਰੱਬ ਦਾ ਰੂਪ ਹੈ ਧੰਨ ਗੁਰੂ ਨਾਨਕ ਸਾਹਿਬ ਜੀ। ਆਪਾਂ ਜਦੋਂ ਕਿਤੇ ਅੰਦੌਰ ਸ਼ਹਿਰ ਜਾਈਏ ਨਾ, ਅੰਦੌਰ ਉੱਥੇ ਇੱਕ ਅਸਥਾਨ ਹੈ ਇਮਲੀ ਸਾਹਿਬ, ਉਹ ਜਿਹੜਾ ਇਮਲੀ ਸਾਹਿਬ ਅਸਥਾਨ ਹੈ, ਇਮਲੀ ਦਾ ਬੂਟਾ ਤਾਂ ਪੱਟ ਦਿੱਤਾ, ਉੱਥੋਂ ਕੱਟ ਦਿੱਤਾ ਕਿਉਂਕਿ ਗੁਰਦੁਆਰਾ ਸਾਹਿਬ ਬਣਾ ਦਿੱਤਾ, ਗੁਰਦੁਆਰਾ ਸਾਹਿਬ ਬਣਾ ਕੇ ਅੰਦਰ ਉਹਨਾਂ ਨੇ ਕੁਰਸੀਆਂ ਲਾ ਲਈਆਂ ਹੋਈਆਂ, ਇਮਲੀ ਦਾ ਬੂਟਾ ਨਹੀਂ ਪਰ ਰਹਿਣ ਦਿੱਤਾ। ਦੱਖਣੀ ਓਅੰਕਾਰ ਦੀ ਬਾਣੀ ਮਹਾਰਾਜ ਜੀ ਨੇ ਉੱਥੇ ਉਚਾਰੀ, ਅਤੇ ਬੇਨਤੀ ਅਸਲ 'ਚ ਤਾਂ ਕਿਉਂਕਿ ਪ੍ਰਕਰਨ ਗੁਰੂ ਨਾਨਕ ਸਾਹਿਬ ਜੀ ਦਾ, ਤਾਂ ਮੈਂ ਬੇਨਤੀ ਕਰਨ ਲੱਗਾ। ਧੰਨ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਉਸ ਅਸਥਾਨ 'ਤੇ ਗਏ ਅਤੇ ਉੱਥੇ ਬਹੁਤ ਇੱਕ ਭਲਾ ਨਾਮ ਹੈ ਉਸ ਪੰਡਿਤ ਦਾ, ਮੇਰੇ ਯਾਦ ਆ ਗਿਆ ਤਾਂ ਆਪ ਜੀ ਦੇ ਨਾਲ ਸਾਂਝਾ ਕਰ ਲੈਂਦਾ। ਮਹਾਰਾਜ ਜੀ ਦੇ ਚਰਨਾਂ 'ਚ ਆ ਬੈਠਾ, ਹੋਰ ਸੰਗਤ ਵੀ ਆਈ, ਮਹਾਰਾਜ ਜੀ ਦੇ ਨਾਲ ਸਵਾਲ ਜਵਾਬ ਹੋਏ, ਮਹਾਰਾਜ ਜੀ ਨੇ ਬਾਣੀ ਉੱਥੇ ਉਚਾਰਨ ਕੀਤੀ, ਦੱਖਣੀ ਓਅੰਕਾਰ, ਓਅੰਕਾਰ ਬ੍ਰਹਮਾ ਉਤਪਾਤ, ਓਅੰਕਾਰ ਕੀਆ ਜਿਨ ਚੇਤ, ਓਅੰਕਾਰ ਸੈਲ ਯੁਗ ਭਏ,
ओंकार वेद नरमय ये बचन महाराज जी ने उचारे। पर जो उस पंडित को श्रद्धा आई महाराज जी तो महाराज जी ने कहा महाराज जी तुम परमेश्वर का स्वरूप कथन करके दसिया मैनू प्रतीत होंगे तुम रब हो तुम स्वरूप रब का धार के बैठे हो पर मैनू तुहाडा स्वरूप नज़र आता तो मैं तुहाडे चरणों में हथ लाउणा। जिस वेले वो पंडित महाराज जी के चरणों में हथ लाउण लगा तो महाराज जी के चरण जदों पकड़ता चरण हथ च नहीं आते। इस प्रकार कला महाराज जी ने बरताई जदों हजूर साहब सचखंड महाराज जी प्याना करन लगे जिस वेले सिखा ने कहा आ करके बेनती की कलगीधर पातशाह जी नूं इह जिहड़ा पंथ है इसका हुण की बनेगा महाराज जी नूं किहदे लड़ ला के चले हो। महाराज जी के चरण पकड़े सिखा ने जदों चरण पकड़े महाराज जी के चरण हथ नहीं आते। जदों हथ नहीं आते तो सिखा ने महाराज जी को बेनती की महाराज जी ये की कौतक महाराज जी कहते तीन रूप है मोहिक है कहो नंद चित लाए। एक सवाल भाई नंद लाल जी ने भी किया निर्गुण सरगुण गुर शब्द कहो तोए समझाए। नंद लाल कहते तीन स्वरूप है साढ़े एक सरगुण स्वरूप एक निर्गुण स्वरूप जिहड़ा नज़र नहीं आता सरगुण स्वरूप जिहड़ा महाराज जी धार के आए ते तीसरा महाराज जी कहते गुर शब्द यह साडा स्वरूप। जदों चरण पकड़दे महाराज जी के चरण उन्हां नूं हथ च नहीं आते प्रतीत होंदे चरण दिसदे है पर हथ च नहीं आते। धन गुरु नानक साहब जी के चरण पकड़े उस पंडित ने महाराज जी के चरण हथ च नहीं आते। महाराज जी ने उसनूं दसना किया कि वह परमेश्वर अकाल पुरख का स्वरूप धार के असीं धरती ते आए हैं यह साडा स्वरूप असल में निज स्वरूप नहीं असीं जदों टिकांगे शब्द स्वरूप टिकांगे। महाराज जी ने कृपालता की इस शब्द स्वरूप सानू बख्शिश किया इस ते सानू भरोसा आता पर भरोसा क्यों नहीं आता क्योंकि सानू धन गुरु नानक साहब सच्चे पातशाह जी बाबत सिर्फ इन्ना कु तां पता लग सकया कि महाराज जी ने राय भोए की तलवंडी ननकाणा साहब अवतार धारिया पर धन गुरु नानक साहब जी ने किया की ये बाबत बहुत घट पता। ऐसे धन गुरु नानक साहब सच्चे पातशाह जिन्होंने ऐसा कौतक उस अस्थान ते करके विखाया उत्थे उन्होंने इमली का बूटा तो नहीं छड़िया क्योंकि उसका नाम इमली साहब अस्थान है 1984 तो पहला उत्थे अटैक होया सी पहले ही उस अस्थान को साड़ दिता सी। महापुरखों दी कितें कैसतां सुणियो बोलते हैं बिच कि इमली साहब अस्थान जिहड़ा उन्होंने लोगों ने अग लाई है उन्होंने मैं वार्निंग दिना कि इस काम तो हट जाओ। धन गुरु नानक साहब सच्चे पातशाह जिथे भी गए अपन पता है उन्होंने उस अकाल का हुक्का दिता उस अकाल पुरख नाल जोड़िया जोड़ करके महाराज साहब जी ने पखंड का खंडन किया। इस शब्द महाराज साहब जी मनुख नूं जीव रूप स्त्री नूं इस आत्मा नूं उपदेश दिंदिया होया कृपालता तीजे घर सुरताल विच करदे हन एक जो अद्वैत रूप ब्रह्म जिहदे वर्गा कोई होर नहीं ना कितों लभणा नहीं पवेगा आपां नूं होर उहदे वर्गा है ही नहीं। जिन्ना मर्जी कोई जतन करके वेख लईए आपां वेखीए कि संसार के बहुत वस्तुआं किसी चीज अपने मेल खा सकदियां पर परमेश्वर वर्गा महाराज जी कहिंदे जैसा तू तैसा तू ही क्या उपमा दीजा कहिंदे किहदी बराबरी करके तुहानू दस दईए कि तुसीं किहदे वर्गे हो वह एक ऐसा है ओंकार वह सारिआं दा प्रकाशक है। बहुत सौखा समझण लई इह जिन्ना सारा प्रकाश आ रहा उहदे एक बचन तो उहदी कृपा तो आ रहा है सत वह सदा रहण वाला है गुर वो चेतन स्वरूप है उहदे विच हनेरा नहीं मनुखां दा हनेरा वह दूर करन वाला है गुर गो दा भाव है हनेरा रूह दा भाव है प्रकाश वह ऐसा अकाल पुरख परमेश्वर स्वरूप है जिहड़ा सारिआं दे अंदरों हनेरा चक के रूह प्रकाश करन वाला है। पर प्राप्त किदां हुंदा है प्रसाद गुरु की कृपा तो बिना वह परमेश्वर पता नहीं लग सकता। बहुत लोगों ने आ करके यतन किया आपां वचन पढ़े ना हुणे गुरमुखां ने आपां नूं सरवण कराए सी कि कोई बोले राम राम कोई खुदाए धन गुरु अर्जन साहब जी का राम कली राग दा वचन है ते धन कलगीधर पातशाह जी ने कमाल कर दिती। महाराज जी कहिंदे आ कि कोई भायो मुंडिया सन्यासी कोई जोगी भायो कोई ब्रह्मचारी कोई जतुई अनमानव ते महाराज जी अखीर च आके की कहिंदे आ कि मानस की जात सब है एक है पहचानवो एक है क्यों आई एक तो है ये जिहड़ी वरड वंड सारी आपां पाई है। महाराज जी कहिंदे आई तो एक तो है
ਉਸ ਇੱਕ ਦਾ ਮਹਾਰਾਜ ਜੀ ਨੇ ਕਥਨ ਕਰਕੇ ਦੱਸਿਆ। ਬਹੁਤ ਲੋਕਾਂ ਨੇ ਆ ਕਰਕੇ ਕਿਰਪਾਲਤਾ ਕੀਤੀ, ਲੋਕਾਂ ਨੇ ਦੱਸਣਾ ਕੀਤਾ ਉਹ ਰੱਬ ਇਸ ਪ੍ਰਕਾਰ ਦਾ ਹੈ, ਸਾਡਾ ਰੱਬ ਇੱਥੇ ਰਹਿੰਦਾ, ਕੋਈ ਸੱਤਵੇਂ ਪਤਾਲ 'ਤੇ ਕਹਿੰਦਾ, ਕੋਈ ਸੱਤਵੇਂ ਆਕਾਸ਼ 'ਚ ਕਹਿੰਦਾ, ਕੋਈ ਕੁਝ ਕਹਿੰਦਾ। ਪਰ ਮਹਾਰਾਜ ਜੀ ਕਹਿੰਦੇ ਉਹ ਤਾਂ ਤ੍ਰੈਈ ਕਾਲ ਆਵਾਦ ਰੂਪ ਹੈ, ਉਹ 'ਤੇ ਸਮੇਂ ਦਾ ਕੋਈ ਚੱਕਰ ਨਹੀਂ। ਉਹ ਐਸਾ ਜਿਹੜਾ ਸਰੂਪ ਹੈ ਕੇਵਲ ਪ੍ਰਾਪਤ ਗੁਰੂ ਤੋਂ ਬਿਨਾਂ ਨਹੀਂ ਹੁੰਦਾ। ਅਤੇ ਗੁਰੂ ਅਤੇ ਪਰਮੇਸ਼ਰ ਦੀ ਸੰਧੀ, ਆਪਾਂ ਬਚਨ ਪੜ੍ਹਦੇ ਹਾਂ ਕਿਤੇ ਭੁਲੇਖੇ 'ਚ ਨਾ ਪੈ ਜਾਈਏ ਕਿ ਗੁਰੂ ਅਤੇ ਪਰਮੇਸ਼ਰ 'ਚ ਕੁਝ ਫਰਕ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਗੌੜੀ ਰਾਵ ਦਾ ਇੱਕ ਸ਼ਬਦ ਕਿਹਾ, ਮਹਾਰਾਜ ਜੀ ਕਹਿੰਦੇ ਆ, ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ, ਸਤਿਗੁਰ ਦਾਤਾ ਜੀ ਕਾ ਸਭ ਸਾ ਦੇ ਆਧਾਰ, ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਰ ਸਭ ਛਾਰ, ਮੇਰੇ ਸਾਜਨ ਹਰ ਹਰ ਨਾਮ ਸੰਭਾਲ। ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ। ਕਿੱਦਾਂ ਦਾ ਗੁਰੂ ਹੁੰਦਾ? ਗੁਰ ਸਮਰੱਥ ਅਪਾਰ ਗੁਰ, ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ, ਗੁਰ ਜੇਵੜ ਅਵਰ ਨਾ ਕੋਏ, ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ। ਅਤੇ ਮਹਾਰਾਜ ਜੀ ਕਹਿੰਦੇ ਕਿੱਦਾਂ ਦਾ ਹੁੰਦਾ ਗੁਰੂ ਅਤੇ ਪਰਮੇਸ਼ਰ? ਕੀ ਚੀਜ਼ ਹੈ? ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥਾ ਕਥਨਹਾਰ। ਕੀ ਕਹਿੰਦੇ? ਕੋਈ ਕਹਿ ਕੇ ਦੱਸ ਦੇਗਾ ਗੁਰੂ ਦੇ ਪਰਮੇਸ਼ਰ ਦੀ ਮਹਿਮਾ, ਪਰ ਪ੍ਰਾਪਤ ਆਪਾਂ ਨੂੰ ਨਹੀਂ ਹੋ ਸਕਦਾ ਸੀ ਉਹ ਪਰਮੇਸ਼ਰ ਜੇ ਗੁਰੂ ਸਾਹਿਬ ਸੰਸਾਰ 'ਤੇ ਨਾ ਆਉਂਦੇ। ਪਰਮੇਸ਼ਰ ਨੇ ਆਪ ਕਿਰਪਾ ਕੀਤੀ, ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਉਹ ਪਰਮੇਸ਼ਰ ਦੀ ਆਪਾਂ ਨੂੰ ਗਿਆਤ ਹੋਈ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੋਂ ਹੁਣ ਅੱਗੇ ਉਪਦੇਸ਼ ਕਿਰਪਾਲਤਾ ਕਰਕੇ ਬਖਸ਼ਿਸ਼ ਕਰਦੇ ਹੈ ਕਿ ਜਿਹੜਾ ਇਹ ਜੀਵ ਦਾ ਚੋਲਾ ਹੈ ਉਹ ਭਾਵੇਂ ਇਸਤਰੀ ਜੀਵ ਹੈ ਅਤੇ ਭਾਵੇਂ ਪੁਰਸ਼ ਹੈ, ਪਰ ਮਹਾਰਾਜ ਜੀ ਨੇ ਅਲੰਕਾਰ ਇਸਤਰੀ ਦਾ ਵਰਤਿਆ। ਮਹਾਰਾਜ ਜੀ ਕਿਰਪਾਲਤਾ ਕਰਦੇ ਕਹਿੰਦੇ ਜਿਹੜਾ ਇਹ ਚੋਲਾ ਹੈ ਇਹ ਮਾਇਆ ਪਾਹਿਆ, ਪਾਹਿਆ ਦਾ ਅਰਥ ਇਹਦੇ ਪਾਇਆ ਨਹੀਂ ਹੈ। ਇਹ ਨਹੀਂ ਕਿਤੇ ਖਿਆਲ ਕਰ ਲੈਣਾ ਕਿ ਇਸ ਅਸਲ 'ਚ ਮਾਇਆ ਦਾ ਚੋਲਾ ਆਪਾਂ ਨੂੰ ਪ੍ਰਾਪਤ ਹੋ ਗਿਆ, ਨਹੀਂ। ਪਾਹਿਆ ਤੋਂ ਭਾਵ ਇਹਨੂੰ ਪਾਹ ਚੜ੍ਹ ਗਿਆ, ਇਹਨੂੰ ਰੰਗ ਚੜ੍ਹ ਗਿਆ ਮਾਇਆ ਦਾ। ਹੁਣ ਆਪਾਂ ਸੋਚ ਕੇ ਵੇਖੀਏ ਮਾਇਆ ਦਾ ਰੰਗ ਕਿਸ ਪ੍ਰਕਾਰ ਚੜ੍ਹਿਆ। ਮਾਇਆ ਦਾ ਰੰਗ ਤਾਂ ਐਸਾ ਹੈ ਇਹ ਜੀਵ ਨੂੰ ਸੰਸਾਰ 'ਤੇ ਆਉਣ ਤੋਂ ਪਹਿਲਾਂ ਵੀ ਲੱਗਾ ਹੋਇਆ, ਜਦੋਂ ਸੰਸਾਰ 'ਤੇ ਆਇਆ ਉਦੋਂ ਵੀ ਲੱਗਾ ਹੋਇਆ। ਸੰਸਾਰ 'ਤੇ ਆਉਂਦਿਆਂ ਮਾਇਆ ਚਿੰਬੜ ਗਈ, ਜਦੋਂ ਮਾਇਆ ਚਿੰਬੜੀ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਭੁੱਲ ਗਿਆ। ਮਹਾਰਾਜ ਜੀ ਕਹਿੰਦੇ ਇਹੋ ਤਾਨ ਮਾਇਆ ਪਾਹਿਆ ਪਿਆਰੇ, ਕਹਿੰਦੇ ਇਹ ਜਿਹੜਾ ਤੇਰਾ ਤਨ ਹੈ ਉਸ ਮਾਇਆ ਦੇ ਪਾਹ ਨਾਲ, ਮਾਇਆ ਦੇ ਰੰਗ ਨਾਲ ਰੰਗਿਆ ਗਿਆ। ਕਿਸ ਪ੍ਰਕਾਰ ਰੰਗਿਆ ਗਿਆ? ਸੰਸਾਰ 'ਤੇ ਆਪਾਂ ਆਏ, ਸੰਸਾਰ 'ਤੇ ਆਉਂਦਿਆਂ ਕੁਝ ਸਮਾਂ ਬਤੀਤ ਹੋਇਆ ਅਤੇ ਆਪਾਂ ਨੂੰ ਇਹ ਮਾਇਆ ਜਿਹੜੀ ਸੰਸਾਰ ਦੀ ਚੰਬੜ ਗਈ। ਮਹਾਰਾਜ ਜੀ ਨੇ ਕਿਰਪਾਲਤਾ ਕੀਤੀ, ਕੁਝ ਸਮਾਂ ਹੀ ਬਤੀਤ ਹੁੰਦਾ ਜਦੋਂ ਇਹ ਮਨੁੱਖ ਮਾਇਆ ਵਿੱਚ ਫਸ ਜਾਂਦਾ, ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਤੋਂ ਪਹਿਲਾਂ ਭੁੱਲਦਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸ੍ਰੀ ਰਾਗ ਚੋਂ ਰਤਾ ਕੋ ਆਪਾਂ ਪੜ੍ਹ ਲੈਣੇ ਹੈ। ਮਹਾਰਾਜ ਜੀ ਕਹਿੰਦੇ ਆ, ਪਹਿਲੇ ਪਹਿਰਾ ਰੈਣਕੈ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਧ ਤਪ ਅੰਤਰ ਕਰੈ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ। ਕੀ ਕਰਦਾ? ਕਹਿੰਦੇ ਖਸਮ ਸੇਤੀ ਅਰਦਾਸ ਵਖਾਣਾ, ਪੁੱਠਾ ਲਮਕਦਾ ਹੋਇਆ ਵੀ ਕੀ ਕਹਿੰਦਾ? ਖਸਮ ਸੇਤੀ ਅਰਦਾਸ ਵਗਾਣਾ, ਉਰਧ ਧਿਆਨ ਲਿਵ ਲਾਗਾ ਨਾ ਮਰਜਾਦ ਆਇਆ ਕਲ ਭੀਤਰ। ਕਹਿੰਦੇ ਕਿਸੇ ਮਰਜਾਦਾ 'ਚ ਨਹੀਂ ਸੀ ਤੂੰ ਜਦੋਂ ਸੰਸਾਰ 'ਤੇ ਆਇਆ। ਨਾ ਮਰਜਾਦ ਆਇਆ ਕਲ ਭੀਤਰ ਬਹੁੜ ਜਾਸੀ ਨੰਗਾ, ਜੈਸੀ ਕਲਮ ਲਿਖੀ ਹੈ ਮਸਤਕ ਤੈਸੀ ਜੀਅੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹੁਕਮ ਭਇਆ ਗਰਭਾਸ। ਹੁਣ ਆਪਾਂ ਰਤਾ ਕੁ ਸੋਚ ਕੇ ਵੇਖ ਲਈਏ, ਆਪਾਂ ਨੂੰ ਕਿਸੇ ਦੇ ਵੱਲ ਧਿਆਨ ਦੇਣ ਦੀ ਬਹੁਤੀ ਲੋੜ ਨਹੀਂ ਅੱਜ, ਕਿਉਂਕਿ ਧਿਆਨ ਲੋਕਾਂ 'ਤੇ ਕੇਂਦਰਿਤ ਹੋ ਗਿਆ। ਲੋਕਾਂ ਵੱਲ ਵੇਖੀ ਜਾਂਦੇ ਆ, ਇਹਨੂੰ ਮਾਇਆ ਚਿੰਬੜੀ, ਮੈਨੂੰ ਨਹੀਂ ਚਿੰਬੜੀ। ਮੇਰੇ ਵਰਗਾ ਪ੍ਰਚਾਰਕ ਵੀ ਇੱਦਾਂ ਕਹੀ ਜਾਂਦਾ, ਲੋਕਾਂ ਨੂੰ ਚਿੰਬੜ ਗਈ ਮੈਨੂੰ ਨਹੀਂ ਚਿੰਬੜੀ। ਹੋ ਗਿਆ ਅਸਲ 'ਚ ਇਹਤੋਂ ਕੰਮ ਉਲਟ ਬਿਲਕੁਲ। ਗੁਰੂ ਸਾਹਿਬ ਕਿਰਪਾਲਤਾ ਕਰਨ ਇਸ ਮਾਇਆ ਤੋਂ ਬਚਾਲਣ, ਚਿੰਬੜ ਗਈ ਸਾਰਿਆਂ ਨੂੰ। ਜੇ ਨਾ ਚਿੰਬੜੀ ਹੁੰਦੀ ਤਾਂ ਕੁਝ ਪੰਥ ਦਾ ਭਲਾ ਜ਼ਰੂਰ ਲੋਕ ਕਰਦੇ, ਜਿਨ੍ਹਾਂ ਨੂੰ ਨਹੀਂ ਚਿੰਬੜੀ ਸੀ ਉਹਨਾਂ ਨੇ ਪੰਥ ਦਾ ਭਲਾ ਕੀਤਾ। ਉਹਨਾਂ ਵੱਲ ਦੇਖਣਾ ਪਊਗਾ ਕਿ ਉਹਨਾਂ ਨੂੰ ਮਾਇਆ ਚਿੰਬੜੀ।
ਜਿਨ੍ਹਾਂ ਨੂੰ ਮਾਇਆ ਨਹੀਂ ਚੰਬੜੀ ਉਹਨੇ ਪੰਥ ਦਾ ਏਡਾ ਭਲਾ ਕੀਤਾ, ਅੱਜ ਵੀ ਉਹਨਾਂ ਦੀ ਪੰਥ ਵਿੱਚ ਜੈ ਜੈਕਾਰ ਹੈ, ਸਦਾ ਤੱਕ ਰਹੇਗੀ। ਪਰ ਭੁਲੇਖਾ ਜੇ ਉਹ ਪੈ ਗਿਆ, ਕਿਉਂ ਪੈ ਗਿਆ? ਕਿਉਂਕਿ ਆ ਕਰਕੇ ਸੰਸਾਰ 'ਤੇ ਜਿੱਥੇ ਉਰਦ ਧਿਆਨ ਲੱਗਾ ਹੋਇਆ ਸੀ, ਜਿੱਥਾਂ ਮਾਤਾ ਦੇ ਉਦਰ ਵਿੱਚ ਪੁੱਠਾ ਲਟਕਦਾ ਵੀ ਰੱਬ ਰੱਬ ਕਰੀ ਜਾਂਦਾ ਸੀ ਦਿਨ ਰਾਤ, ਸਵਾਸ ਸਵਾਸ, ਅਤੇ ਮਹਾਰਾਜ ਜੀ ਕਹਿੰਦੇ ਸੰਸਾਰ 'ਤੇ ਆਉਂਦਿਆਂ ਕੀ ਹੋਇਆ? ਦੂਜੇ ਪਹਿਰੇ ਰਹਿਣਕੈ ਬਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਮਹਾਰਾਜ ਜੀ ਕਹਿੰਦੇ ਜਦੋਂ ਦੂਜਾ ਪਹਿਰ ਤੇਰੀ ਜ਼ਿੰਦਗੀ ਦਾ ਸ਼ੁਰੂ ਹੋਇਆ ਨਾ, ਤੇਰਾ ਜਿਹੜਾ ਧਿਆਨ ਉਹ ਪਰਮੇਸ਼ਰ ਤੋਂ ਭੁੱਲ ਗਿਆ, ਤੈਨੂੰ ਮਾਇਆ ਨੇ ਗ੍ਰਸ ਲਿਆ। ਅਤੇ ਸਤਿਗੁਰੂ ਜੀ ਕਿਰਪਾਲਤਾ ਕਰਨ, ਮਨੁੱਖ ਆਇਆ ਤਾਂ ਕੁਝ ਕਰਮ ਸੀ ਇੱਥੇ, ਪਰ ਆ ਕੇ ਮਾਇਆ ਵਿੱਚ ਗ੍ਰਸ ਗਿਆ, ਚੰਬੜਿਆ ਗਿਆ। ਹੁਣ ਤੱਕ ਉਹ ਧਿਆਨ ਕਰੀਏ, ਆਨੰਦ ਸਾਹਿਬ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਮਹਾਰਾਜ ਜੀ ਨੇ ਸਰੀਰ ਦੇ ਪ੍ਰਥਾਏ ਦੋ ਪੌੜੀਆਂ ਚਾਰੀਆਂ, ਅੱਖਾਂ ਦੇ ਪ੍ਰਥਾਏ ਚਾਰੀ ਹੈ, ਕੰਨਾਂ ਦੇ ਪ੍ਰਥਾਏ ਚਾਰੀ ਹੈ, ਜੀਭ ਦੇ ਪ੍ਰਥਾਏ ਚਾਰੀ ਹੈ, ਨਾਸਕਾਂ ਦੇ ਪ੍ਰਥਾਏ ਚਾਰੀ ਹੈ, ਪਰ ਆਪਾਂ ਦੋ ਪੌੜੀਆਂ 'ਤੇ ਰਤਾ ਕੋ ਧਿਆਨ ਕੇਂਦਰਿਤ ਕਰਕੇ ਵੇਖੀਏ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸਰੀਰਾ ਮੇਰਿਆ, ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਕਹਿੰਦੇ ਅਸਲ ਵਿੱਚ ਜੇ ਉਹਨੇ ਤੇਰੇ ਵਿੱਚ ਜੋਤ ਟਿਕਾਈ ਤਾਂ ਤੂੰ ਸੰਸਾਰ 'ਤੇ ਆਇਆ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਪਰ ਕਹਿੰਦੇ ਫਿਰ ਕੀਤਾ ਕੀ ਇੱਥੇ ਆ ਕੇ? ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ। ਆਪਾਂ ਸਾਰੇ ਵੇਖ ਲਈਏ ਹੁਣ ਆਪਣੇ ਵੱਲ ਧਿਆਨ ਕਰਕੇ, ਜਿਹਨੇ ਸਾਨੂੰ ਬਣਾਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪਣਵਾਣ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਫਿਰ ਮਹਾਰਾਜ ਦੀ ਕਿਰਪਾਲਤਾ ਕਰਨ, ਹੁਣ ਆਪਾਂ ਸੋਚ ਕੇ ਵੇਖੀਏ, ਜਿਹਨੇ ਰਚਨ ਰਚਿਆ ਉਹ ਤਾਂ ਆਪਾਂ ਨੂੰ ਭੁੱਲ ਗਿਆ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਭੁੱਲਣ ਦਾ ਤੈਨੂੰ ਫਿਰ ਦੋਸ਼ ਲੱਗੇਗਾ। ਅਤੇ ਮਹਾਰਾਜ ਜੀ ਨੇ ਇੱਕ ਬਚਨ ਆਖਿਆ, ਸਤਿਗੁਰੂ ਜੀ ਸੋਠ ਰਾਗ 'ਚ ਕਹਿੰਦੇ ਹੈ ਕਿ ਮਾਤ ਗਰਭ, ਜਿਹੜਾ ਮਾਤਾ ਦਾ ਉਦਰ ਸੀ ਉਹ ਤਾਂ ਦੁੱਖਾਂ ਦਾ ਅਸਲ 'ਚ ਸਾਗਰ ਹੈ, ਸੰਸਾਰ 'ਤੇ ਆਇਆ ਪਰ ਰੱਬ ਨੂੰ ਭੁਲਾ ਦਿੱਤਾ। ਮਾਤ ਗਰਭ ਦੁੱਖ ਸਾਗਰੋ ਪਿਆਰੇ, ਤਹਿ ਆਪਣਾ ਨਾਮ ਜਪਾਇਆ ਬਾਹਰ ਕਾਢ। ਕਹਿੰਦੇ ਜਦੋਂ ਸੰਸਾਰ 'ਤੇ ਆਇਆ, ਬਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ। ਕਹਿੰਦੇ ਪਰ ਉਹ ਮਾਇਆ ਜਿਹੜੀ ਸੰਸਾਰ ਦੀ ਤੈਨੂੰ ਚਿੰਬੜ ਗਈ, ਇਸ ਕਰਕੇ ਤੇਰਾ ਉਹ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਤੋਂ ਧਿਆਨ ਜਿਹੜਾ ਉਹ ਟੁੱਟ ਗਿਆ। ਸੰਸਾਰ 'ਤੇ ਆ ਕੇ ਆਪਾਂ ਨੂੰ ਵੇਖੀਏ, ਆਪਾਂ ਨੂੰ ਅੱਜ ਜੇ ਕੋਈ ਖਿਆਲ ਹੈ ਤਾਂ ਕੇਵਲ ਅਤੇ ਕੇਵਲ ਸੰਸਾਰ ਦਾ। ਜਦੋਂ ਕੇਵਲ ਅਤੇ ਕੇਵਲ ਸੰਸਾਰ ਦਾ ਖਿਆਲ ਹੈ ਉਦੋਂ ਪਰਮੇਸ਼ਰ ਨਹੀਂ ਚੇਤੇ ਆ ਸਕਦਾ। ਹਾਂ ਮਹਾਰਾਜ ਜੀ ਇਹ ਕਿਰਪਾਲਤਾ ਕਰ ਦੇਣ ਕਿ ਦਇਆ ਕਰ ਦੇਣ ਅਤੇ ਮਾਇਆ ਵਿੱਚ ਸਾਨੂੰ ਚੇਤੇ ਰਹਿ ਜਾਏ। ਜਿਨ੍ਹਾਂ ਨੂੰ ਚੇਤੇ ਰਿਹਾ ਉਹ ਫਿਰ ਅਸਲ 'ਚ ਗੁਰਮੁਖ ਅਖਵਾਏ। ਪਰ ਮਹਾਰਾਜ ਜੀ ਕਹਿੰਦੇ ਇਹੋ ਤਾਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਕਹਿੰਦੇ ਜਿਹੜਾ ਤੂੰ ਅਸਲ 'ਚ ਚੋਲਾ ਸੀ ਤੇਰਾ, ਇਹ ਕੇਵਲ ਮਾਇਆ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਪਰ ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਉਹ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਜੀ ਨੂੰ ਤੇਰਾ ਜਿਹੜਾ ਚੋਲਾ ਉਹ ਮਾਇਆ ਵਿੱਚ ਰੰਗਿਆ ਚੰਗਾ ਨਹੀਂ ਲੱਗਦਾ। ਤੈਨੂੰ ਤਾਂ ਉਹ ਜਿਹੜਾ ਚੋਲਾ ਮਹਾਰਾਜ ਜੀ ਕਹਿੰਦੇ ਜਿੱਦਾਂ ਦਾ ਦਿੱਤਾ ਨਾ ਉਦਾਂ ਦਾ ਉਹਨੂੰ ਚੰਗਾ ਲੱਗਦਾ। ਭਗਤ ਕਬੀਰ ਸਾਹਿਬ ਜੀ ਦੇ ਇੱਕ ਬਚਨ ਹੈ, ਆਪਾਂ ਪੜ੍ਹਦੇ ਸਲੋਕ ਕਿ ਕਬੀਰ ਜੈਸੀ ਉਪਜੀ ਪੇੜ 'ਤੇ ਸੋ ਤੈਸੀ ਨਿਭ ਹੈ ਓੜ, ਹੀਰਾ ਕਿਸਕਾ ਵਾਪਰਾ ਪੁੱਜਾ ਨਾ ਰਤਨ ਕਰੋੜ। ਹੁਣ ਆਪਾਂ ਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਅਸਲ ਵਿੱਚ ਜਿਹੜਾ ਪਾਉਂਦਾ ਹੈ ਤੇਰਾ ਚੋਲਾ ਉਹ ਤਾਂ ਪਾਉਂਦਾ ਸੀ ਜਿੱਦਾਂ ਦਾ ਉਹਨੇ ਤੈਨੂੰ ਦਿੱਤਾ ਅਤੇ ਮਾਇਆ ਤੋਂ ਰਹਿਤ। ਪਰ ਆਪਾਂ ਤਾਂ ਵੇਖੀਏ ਸਾਨੂੰ ਸਿਰ ਪੈਰ ਤੋਂ ਲੈ ਕਰਕੇ ਸਿਰ ਦੀ ਚੋਟੀ ਤੱਕ ਜਿਹੜੀ ਆ ਸੰਸਾਰ ਦੀ ਮਾਇਆ ਹੀ ਗ੍ਰਸੀ ਹੋਈ ਹੈ, ਮਾਇਆ ਹੀ ਚੰਬੜੀ ਹੋਈ ਹੈ, ਮਾਇਆ ਨੇ ਫੜਿਆ ਹੋਇਆ। ਅਤੇ ਪਰਮੇਸ਼ਰ ਤਾਂ ਅਸਲ ਵਿੱਚ ਸਾਨੂੰ ਕਿਤੇ ਸ਼ਾਇਦ ਹੀ ਭੁੱਲ ਕੇ ਚੇਤੇ ਆ ਜਾਏ, ਨਹੀਂ ਤਾਂ ਬਿਲਕੁਲ ਹੀ ਭੁੱਲ ਚੁੱਕਾ। ਖਾਸ ਕਰ ਬੇਨਤੀ ਕਰਾਂ, ਸਾਰਿਆਂ ਨੂੰ ਤਾਂ ਨਹੀਂ ਪਰ ਸਿੱਖਾਂ ਨੂੰ ਬਹੁਤਾਤ ਵਿੱਚ, ਜਿਹੜਾ ਸਾਡਾ ਸਮਾਜ ਹੈ
ਉਸ ਨੂੰ ਜਿਹੜਾ ਅਸਲ ਵਿੱਚ ਪਰਮੇਸ਼ਰ ਵਾਹਿਗੁਰੂ ਹੈ ਸਭ ਤੋਂ ਵੱਧ ਭੁੱਲਾ। ਅਤੇ ਮੈਂ ਬੇਨਤੀ ਕਰਾਂ, ਜੇ ਨਾ ਭੁੱਲਾ ਹੁੰਦਾ, ਜੇ ਚੇਤਾ ਹੁੰਦਾ ਤਾਂ ਅਸੀਂ ਅਸਲ 'ਚ ਕਦੇ ਸਿਰ ਨੂੰ ਹੱਥ ਨਾ ਲਾਉਂਦੇ, ਅਸੀਂ ਦਾੜ੍ਹੇ ਨੂੰ ਕਦੇ ਨਾ ਹੱਥ ਲਾਉਂਦੇ। ਜੇ ਸਾਨੂੰ ਚੇਤਾ ਹੁੰਦਾ ਤਾਂ ਸਾਡੀਆਂ ਬੀਬੀਆਂ ਕਦੇ ਭਰਵੱਟਿਆਂ ਵੱਲ ਨੂੰ ਖਿਆਲ ਨਾ ਕਰਦੀਆਂ। ਇਹ ਮੈਂ ਤਾਂ ਬੇਨਤੀ ਕਰਦਾ, ਇਹ ਸਾਰੀ ਮਾਇਆ ਹੈ, ਇਹ ਸਾਰੀ ਚੰਬੜੀ ਹੋਈ ਸਾਨੂੰ। ਮਤਾ ਕਿਤੇ ਖਿਆਲ ਕਰੀਏ ਆਪਾਂ ਪਰਮੇਸ਼ਰ ਨੂੰ ਭਾ ਜਾਵਾਂਗੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨੂੰ ਉਹ ਚੰਗਾ ਲੱਗਦਾ ਕਬੀਰ ਜੈਸੀ ਉਪਜੀ ਪੇਟ 'ਤੇ, ਜਿੱਦਾਂ ਦਾ ਪੈਦਾ ਉਹਨੇ ਕਰਕੇ ਭੇਜਿਆ ਉੱਦਾਂ ਦਾ ਉਹਨੂੰ ਚੰਗਾ ਲੱਗਦਾ, ਹੋਰ ਤਰ੍ਹਾਂ ਦਾ ਨਹੀਂ। ਫਿਰ ਤਾਂ ਕੁ ਸਮਝਣ ਵਾਸਤੇ ਬੇਨਤੀ ਕਰਾਂ, ਆਪਾਂ ਕਿਸੇ ਨੂੰ ਆਪਣਾ ਮਕਾਨ ਦੇ ਦਈਏ, ਕਿਰਾਏ 'ਤੇ ਮਕਾਨ ਦਿੱਤਾ ਹੋਵੇ, ਉਸ ਮਕਾਨ ਨੂੰ ਬਹੁਤ ਸਾਜਿਆ ਅਤੇ ਸਵਾਰਿਆ ਹੋਵੇ, ਜਦੋਂ ਆਪਾਂ ਉਤੋਂ ਵਾਪਸ ਚਾਬੀ ਲਈਏ ਤਾਂ ਉਸ ਜਿਹੜੇ ਸਾਜੋ ਸਮਾਨ ਆਪਣਾ ਅੰਦਰ ਲੱਗਾ ਹੋਵੇ ਉਹਦੇ 'ਚੋਂ ਕੁਝ ਵੀ ਚੰਗਾ ਨਾ ਨਿਕਲੇ, ਆਪਾਂ ਉਹਨੂੰ ਕੁਝ ਤਾਂ ਆਖਾਂਗੇ ਨਾ ਕਿ ਤੈਨੂੰ ਅਸੀਂ ਕਿਰਾਏ 'ਤੇ ਮਕਾਨ ਦਿੱਤਾ, ਇਹ ਮਕਾਨ ਦੀ ਕੀ ਹਾਲਤ ਹੈ, ਇਹਨੂੰ ਰਿਪੇਅਰ ਕਰਾ ਕੇ ਦੇ। ਇੱਥੋਂ ਤੱਕ ਕਿ ਆਪਾਂ ਪਤਾ ਇੱਥੇ ਮਕਾਨ ਲੈਂਦੇ ਹਾਂ, ਪਹਿਲਾਂ ਕੁਝ ਪੈਸੇ ਵਾਧੂ ਦੇਣੇ ਪੈਂਦੇ ਆ, ਫਿਰ ਉਹ ਆਪਾਂ ਨੂੰ ਵਾਪਸ ਨਹੀਂ ਕਰਦੇ ਜੇ ਕੋਈ ਤੋੜ ਭੰਨ ਕਰਦੇ ਹਾਂ। ਅਤੇ ਮਹਾਰਾਜ ਜੀ ਕਹਿੰਦੇ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗ ਦਿਖਾਇਆ। ਫਿਰ ਜਿੱਦਾਂ ਦਾ ਉਹਨੇ ਦਿੱਤਾ ਦਿੱਤਾ ਤਾਂ ਕਿਰਪਾ ਕਰਕੇ ਹੈ, ਅਤੇ ਸਾਡੇ ਕੋਲ ਉਹਦਾ ਕੁਝ ਵੀ ਨਾ ਹੋਵੇ। ਮਹਾਰਾਜ ਜੀ ਕਹਿੰਦੇ ਫਿਰ ਇਸ ਪ੍ਰਕਾਰ ਦਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਕੰਤ ਨੂੰ ਪਤੀ ਨੂੰ ਪਾਉਂਦਾ ਨਹੀਂ, ਇਸ ਤਰ੍ਹਾਂ ਦਾ ਇਹ ਚੋਲਾ। ਹਾਂਜੀ, ਇਹ ਪੰਕਤੀ ਦੁਬਾਰਾ ਪੜਿਓ ਜੀ। ਮਹਾਰਾਜ ਜੀ ਕਹਿੰਦੇ ਫਿਰ ਅਸਲ ਵਿੱਚ ਕੁਝ ਮਹਾਰਾਜ ਜੀ ਨੇ ਉਹ ਬਚਨ ਸਾਨੂੰ ਕੌੜੇ ਆਖੇ ਕਿ ਉਹ ਕੰਤ ਪਤੀ ਮਾਲਕ ਨੂੰ ਅਸਲ ਵਿੱਚ ਕਦੇ ਵਾਸਤੇ ਇਹ ਜੀਵ ਰੂਪ ਆਤਮਾ ਪ੍ਰਾਪਤ ਨਹੀਂ ਕਰ ਸਕਦੀ, ਕਦੇ ਇਹਦੀ ਸੇਜਾ 'ਤੇ ਉਹ ਵਾਹਿਗੁਰੂ ਦਾ ਆਨੰਦ ਨਹੀਂ ਆ ਸਕਦਾ ਜਦੋਂ ਤੱਕ ਇਹ ਨਿਰਮਲ ਨਹੀਂ, ਜਦੋਂ ਤੱਕ ਇਹਦਾ ਆਚਰਣ ਚੰਗਾ ਨਹੀਂ। ਆਪਾਂ ਵੇਖੀਏ ਸੰਸਾਰ 'ਤੇ, ਆਪਾਂ ਮਹਾਰਾਜ ਜੀ ਨੇ ਕੁਝ ਐਸੀਆਂ ਉਦਾਹਰਣਾਂ ਦਿੱਤੀਆਂ ਗੁਰਬਾਣੀ ਵਿੱਚ। ਮਹਾਰਾਜ ਜੀ ਨੇ ਕਿਹਾ ਜਿਹੜੀ ਇਸਤਰੀ ਆਪਣੇ ਪਤੀ ਦੇ ਅਨੁਸਾਰ ਨਹੀਂ ਚੱਲ ਸਕਦੀ ਉਹ ਇਸਤਰੀ ਨੂੰ ਕੋਈ ਚੰਗੀ ਨਹੀਂ ਆਖਦਾ, ਕਿਵੇਂ ਉਹ ਆਪਣੇ ਕੰਤ ਨੂੰ ਮਾਲਕ ਨੂੰ ਭਾ ਜਾਵੇਗੀ, ਉਹਦਾ ਕੰਤ ਮਾਲਕ ਕਦੇ ਵਾਸਤੇ ਉਹਨੂੰ ਪਸੰਦ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਕਿਉਂ ਧਨ ਸੇਜਿਆ ਜਾਏ, ਧਨ ਦਾ ਅਰਥ ਇੱਥੇ ਇਸਤਰੀ ਹੈ, ਕਹਿੰਦੇ ਉਹ ਜਿਹੜੀ ਇਸਤਰੀ ਜਿਹਦਾ ਅਸਲ ਵਿੱਚ ਆਪ ਦਾ ਆਚਰਣ ਚੰਗਾ ਨਾ ਹੋਵੇ ਉਹਨੂੰ ਪਤੀ ਦੀ ਸੇਜ ਨਹੀਂ ਪ੍ਰਾਪਤ ਹੋ ਸਕਦੀ। ਅਤੇ ਮਹਾਰਾਜ ਜੀ ਨੇ ਕਿਰਪਾਲਤਾ ਕੀਤੀ, ਜਿਨ੍ਹਾਂ ਦਾ ਆਚਰਣ ਨੀਵਾਂ ਉਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਬਚਨ ਆਖੇ, ਜਿਨ੍ਹਾਂ ਦਾ ਚੰਗਾ ਉਹਨਾਂ ਬਾਬਤ ਵੀ ਆਖੇ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਰਾਗ ਆਸਾ ਵਿੱਚ ਬਚਨ ਮਹਾਰਾਜ ਜੀ ਕਹਿੰਦੇ ਹੈ ਕਿ ਲਾਲ ਚੁੱਲਨਾ ਤੈ ਤਨ ਸੋਹਿਆ, ਸੁਰਜਨ ਭਾਨੀ ਤਾਂ ਮਨ ਮੋਹਿਆ, ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਕਹਿੰਦੇ ਅਸਲ ਵਿੱਚ ਤੇਰੇ ਚਿਹਰੇ ਦਾ ਰੰਗ ਲਾਲ, ਤੇਰੇ ਚਿਹਰੇ 'ਤੇ ਮੁਸਕਾਟ ਕਿਸ ਪ੍ਰਕਾਰ, ਅਤੇ ਅੱਗਿਓਂ ਜਵਾਬ ਦਿੰਦੀ ਹੈ ਕਿ ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕਹਿਹੋ ਰੰਗ ਰੱਤੀ। ਕਹਿੰਦੇ ਅਸਲ ਵਿੱਚ ਮੈਂ ਆਪਣੇ ਪ੍ਰੀਤਮ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਨੂੰ ਵੇਖਦੀ ਨਹੀਂ, ਉਹਦੇ ਰੰਗ ਵਿੱਚ ਰੰਗੀ ਹੋਈ ਹਾਂ। ਜਦੋਂ ਉਹਦੇ ਰੰਗ ਵਿੱਚ ਰੰਗੀ ਹੋਈ ਹੈ ਤਾਂ ਫਿਰ ਮਹਾਰਾਜ ਜੀ ਨੇ ਸੰਸਾਰੀ ਉਦਾਹਰਣਾਂ ਦੇ ਕਰਕੇ ਸਮਝਾਇਆ। ਇੱਥੇ ਤਾਂ ਹੁਣ ਕਿਉਂਕਿ ਆਪਾਂ ਨੂੰ ਅੱਜ ਗੱਲ ਲੱਗਣ ਲੱਗ ਪਈ ਇਹ ਸ਼ਲੀਲਤਾ ਦੀ, ਉੱਥੇ ਕੋਈ ਰਤਾ ਮੈਂ ਬਚਨ ਆਪ ਜੀ ਦੇ ਨਾਲ ਸਾਂਝੇ ਦੋਖ ਕਰ ਲੈਂਦਾ ਕਿ ਮਹਾਰਾਜ ਜੀ ਨੇ ਚੰਗਿਆਂ ਨੂੰ ਕੀ ਆਖਿਆ ਅਤੇ ਮਾੜਿਆਂ ਨੂੰ ਕੀ ਆਖਿਆ। ਚਾਰ ਸਲੋਕ ਸਾਰੰਗੀ ਵਾਰ ਦੇ ਵਿੱਚ ਮਹਾਰਾਜ ਜੀ ਨੇ ਆਖੇ ਹੈ। ਦੋ ਸਲੋਕ ਮਹਾਰਾਜ ਜੀ ਨੇ ਆਖੇ ਹੈ ਕਿ ਸਾਵਣ ਆਇਆ ਹੇ ਸਖੀ ਜਲ ਹਰ ਵਰਸਣ ਹਾਰ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਸਾਵਣ ਦਾ ਮਹੀਨਾ ਆਇਆ ਅਤੇ ਜਲ ਵਰਸ ਰਿਹਾ। ਸਾਵਣ ਆਇਆ ਹੇ ਸਖੀ ਜਲ ਹਰ ਵਰਸਣ ਹਾਰ, ਨਾਨਕ ਸੁਖ ਸਭਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਕਹਿੰਦੇ ਜਿਹਨੂੰ ਆਪਣੇ ਪਤੀ ਨਾਲ ਪਿਆਰ ਹੈ ਉਹਦਾ ਸਦੇ ਵਾਸਤੇ ਸੁੱਖ ਬਣਿਆ ਰਹੇਗਾ।
ਭਾਵੇਂ ਕਿ ਮਹਾਰਾਜ ਜੀ ਨੇ ਜੀਵ ਰੂਪ ਆਤਮਾ ਦੀ ਗੱਲ ਕੀਤੀ ਹੈ, ਰਤਾ ਕੋਈ ਪਕੜ ਵਿੱਚ ਗੱਲ ਆ ਜਾਵੇਗੀ ਕਿ ਜਿਹੜਾ ਆਚਰਣ ਹੈ ਮਨੁੱਖ ਦਾ ਵੀ ਓਨਾ ਹੀ ਚੰਗਾ ਚਾਹੀਦਾ ਅਤੇ ਇਸਤਰੀ ਦਾ ਵੀ ਓਨਾ ਹੀ ਚੰਗਾ ਚਾਹੀਦਾ। ਇਹ ਨਹੀਂ ਕਿ ਮਨੁੱਖ 'ਤੇ ਲਾਗੂ ਨਹੀਂ ਹੁੰਦਾ, ਇਸਤਰੀ 'ਤੇ ਲਾਗੂ ਹੁੰਦਾ। ਪਰ ਮਹਾਰਾਜ ਜੀ ਨੇ ਕਿਉਂਕਿ ਸਮਝਾਉਣਾ ਦਾ ਤਰੀਕਾ ਮਹਾਰਾਜ ਜੀ ਦਾ ਕਿ ਸੰਸਾਰ 'ਤੇ ਰਹਿੰਦਿਆਂ ਜੇ ਤੁਹਾਡੀ ਨਹੀਂ ਬਾਣ ਆ ਸਕਦੀ ਫਿਰ ਉਹ ਪਰਮੇਸ਼ੁਰ ਨਾਲ ਕਿੱਦਾਂ ਬਾਣ ਆ ਜਾਏਗੀ। ਮਹਾਰਾਜ ਜੀ ਕਹਿੰਦੇ ਸਾਵਣ ਆਇਆ ਹੇ ਸਖੀ ਜਲ ਹਰ ਬਰਸਣ ਹਾਰ ਨਾਨਕ ਸੁੱਖ ਸਵਨ ਸੁਹਾਗਣੀ ਜਿਨ ਸਹ। ਜਿਹਨੂੰ ਕਹਿੰਦੇ ਆਪਣੇ ਪਤੀ ਨਾਲ ਪਿਆਰ ਹੈ ਉਹ ਆਨੰਦ ਮਾਣੇਗੀ। ਇਸੇ ਪ੍ਰਕਾਰ ਇਸ ਨੂੰ ਰਤਾ ਕੋ ਆਪਾਂ ਖੋਲ੍ਹ ਲਈਏ ਫਿਰ ਅਗਲੇ ਅਰਥ ਕਰਨ ਦੀ ਜ਼ਰੂਰਤ ਨਾ ਪਵੇਗੀ। ਹੁਣ ਜੇ ਤਾਂ ਆਪਾਂ ਨੂੰ ਇਹ ਪਤੀ ਕੰਤ ਚੰਗਾ ਲੱਗਦਾ, ਧੰਨ ਗੁਰੂ ਕਲਗੀਧਰ ਪਾਤਸ਼ਾਹ ਚੰਗੇ ਲੱਗਦੇ ਹੈ, ਫਿਰ ਆਪਾਂ ਨੂੰ ਸੁੱਖ ਅਤੇ ਆਨੰਦ ਹੈ, ਸੁੱਖ ਕਿਤੋਂ ਲੈਣ ਨਹੀਂ ਜਾਣਾ ਪਵੇਗਾ। ਅਤੇ ਜੇ ਅਸਲ ਵਿੱਚ ਇਹ ਪਤੀ ਕੰਤ ਨਹੀਂ ਚੰਗਾ ਲੱਗਦਾ, ਕੀ ਲੱਗਦਾ ਚੰਗਾ? ਕਦੀ ਕੋਈ ਘਰ ਵੇਖ ਲਿਆ, ਕਦੀ ਕੋਈ ਵੇਖ ਲਿਆ, ਅਤੇ ਫਿਰ ਆਪਾਂ ਨੂੰ ਕੀ ਇੱਥੋਂ ਭਰੋਸਾ ਰਹਿ ਜਾਵੇਗਾ? ਮਹਾਰਾਜ ਜੀ ਕੀ ਕਿਰਪਾ ਕਰ ਦੇਣਗੇ ਫਿਰ? ਜਿਹਦਾ ਆਪਣੇ ਇੱਕ ਪਤੀ ਮਾਲਕ 'ਤੇ ਭਰੋਸਾ ਹੀ ਨਾ ਬੱਝਾ। ਅਤੇ ਮਹਾਰਾਜ ਜੀ ਨੇ ਕਿਹਾ ਅਸਰ ਕਿ ਜਾ ਘਰੇ ਦਾ ਵਿਸ਼ਵਾਸ ਪ੍ਰਭ ਆਇਆ ਤਦ ਗਿਆਨ ਅਤੇ ਸਮਾਨ ਪ੍ਰਗਟਾਇਆ। ਕਹਿੰਦੇ ਜਿਹਦੇ ਹਿਰਦੇ 'ਚ ਕੇਵਲ ਵਿਸ਼ਵਾਸ ਆ ਜਾਏ ਨਾ ਕਿ ਜਿਹੜੇ ਗੁਰੂ ਨੂੰ ਆ ਕੇ ਮੱਥਾ ਟੇਕਿਆ ਪੂਰਾ, ਇਹ ਸਾਰਾ ਕੁਝ ਦੇਣ ਦੇ ਸਮਰੱਥ ਹੈ, ਇਹ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਇਹ ਕਿੱਦਾਂ ਦਾ ਗੁਰੂ ਮਹਾਰਾਜ ਜੀ ਕਹਿੰਦੇ ਆ ਕਿ ਐਸਾ ਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਕਿ ਮਨ ਹੈ ਭੈਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਕਹਿੰਦੇ ਇਹਦੇ ਵਰਗਾ ਕੋਈ ਹੋਰ ਹੈ ਨਹੀਂ। ਪਰ ਜੇ ਅਸਲ ਵਿੱਚ ਨਾ ਚੰਗਾ ਹੋਵੇ ਕਰਮ ਤਾਂ ਫਿਰ ਆਪਾਂ ਸੰਸਾਰ ਦੀ ਆਧਾਰਨ ਨੂੰ ਪਹਿਲਾਂ ਮੁੱਖ ਰੱਖਣਾ। ਜਿਹਨਾਂ ਘਰਾਂ ਦੇ ਵਿੱਚ ਪਤੀ ਅਤੇ ਸਤੀ ਦੇ ਨਹੀਂ ਬਣਦੀ ਉਹਨਾਂ ਦਾ ਹਾਲ ਆਪਾਂ ਸਾਹਮਣੇ ਵੇਖ ਸਕਦੇ ਹਾਂ। ਉਹ ਉਦਾਹਰਣ ਦੇ ਕੇ ਮਹਾਰਾਜ ਜੀ ਨੇ ਸਮਝਾਇਆ ਜੇ ਸੰਸਾਰ 'ਤੇ ਰਹਿੰਦਿਆਂ ਨਾ ਬਣ ਆਈ ਉਹ ਰੱਬ ਨਾਲ ਕਿੱਥੋਂ ਬਣ ਆ ਜਾਵੇਗੀ। ਪਰ ਅੱਜ ਕਿਉਂਕਿ ਕੰਮ ਉਲਟ ਚੱਲ ਪਿਆ ਸਾਰਾ ਆਪਾਂ ਵੇਖਦੇ ਹਾਂ, ਬੀਬੀ ਕਹਿੰਦੀ ਹੈ ਕਿ ਮੈਂ ਬਰਾਬਰ ਦਾ ਹੱਕ ਲੈਣਾ ਅਤੇ ਮਨੁੱਖ ਜਿਹੜਾ ਕਹਿੰਦਾ ਹੈ ਕਿ ਮੈਂ ਹੱਕ ਦੇਣਾ ਨਹੀਂ। ਇਸ ਪ੍ਰਕਾਰ ਉਵੇਂ ਹੈ ਨਹੀਂ, ਹੱਕ ਦੀ ਗੱਲ ਨਹੀਂ, ਗੱਲ ਹੈ ਕਿਸੇ ਉਹਦੇ ਵਿੱਚ ਰਹਿਣ ਦੀ, ਸੀਮਾ ਵਿੱਚ ਰਹਿਣ ਦੀ, ਕਿਸੇ ਮਰਯਾਦਾ ਵਿੱਚ ਰਹਿਣ ਦੀ ਗੱਲ ਹੈ, ਹੱਕ ਦੀ ਗੱਲ ਨਹੀਂ। ਜੇ ਹੱਕ ਦੀ ਗੱਲ ਹੁੰਦੀ ਤਾਂ ਫਿਰ ਅਸਲ ਵਿੱਚ ਕੋਈ ਮਹਾਰਾਜ ਜੀ ਨੇ ਐਸੀ ਖੇਡ ਹੀ ਵਰਤਾ ਦੇਣੀ ਸੀ, ਉਸ ਪ੍ਰਕਾਰ ਦਾ ਕੰਮ ਚੱਲਣਾ ਸੀ। ਰਹੋ ਵਿਚਾਰ, ਸਮਾਂ ਦਾ ਤਾਂ ਕੋਈ ਜ਼ਿਆਦਾ ਲੱਗ ਜਾਵੇਗਾ, ਸਮਾਂ ਹੋ ਚੱਲਾ। ਪਰ ਇਸ ਕਿਤੇ ਬਚਨ ਦੀ ਆਪਾਂ ਰਤਾ ਕੋਈ ਗਹਿਰੀ ਵਿਚਾਰ ਕਰ ਲਈਏ ਸ਼ਾਇਦ ਸਾਡੇ ਅੰਦਰ ਕੋਈ ਘੁੱਟਵੀਂ ਪ੍ਰਤੀਤ ਵਾਲੀ ਗੰਢ ਵੱਜ ਜਾਏ। ਪਰ ਵੱਜਦੀ ਕਿਉਂ ਨਹੀਂ? ਕਿਉਂਕਿ ਅਸਲ ਵਿੱਚ ਸਾਨੂੰ ਗੁਰੂ 'ਤੇ ਭਰੋਸਾ ਬਹੁਤ ਘੱਟ ਹੈ। ਜਦੋਂ ਆਪਣੇ ਪਤੀ 'ਤੇ ਭਰੋਸਾ ਨਾ ਹੋਵੇ ਅਤੇ ਆਪਾਂ ਘਰਾਂ ਵਿੱਚ ਵੇਖਦੇ ਹਾਂ ਕੋਈ ਨਾ ਕੋਈ ਲੜਾਈ ਕਿਤੇ ਨਾ ਕਿਤੇ ਪਈ ਹੁੰਦੀ ਹੈ, ਕਿਤੇ ਜਾਣਾ ਪੈ ਜਾਂਦਾ, ਉੱਥੇ ਹੁੰਦਾ ਕੀ ਹੈ? ਜਾ ਕੇ ਸੁਣਨ ਨੂੰ ਕੀ ਮਿਲਦਾ? ਉਹ ਕਹਿੰਦਾ ਕਿ ਇਹ ਮੇਰੇ 'ਤੇ ਭਰੋਸਾ ਨਹੀਂ ਕਰਦੀ। ਅਤੇ ਬੰਦਾ ਕਹਿੰਦਾ, ਉਹ ਬੰਦੇ ਨੂੰ ਆਖਦੀ ਹੈ, ਬੰਦਾ ਆਖਦਾ ਮੈਂ ਇਹਦੇ 'ਤੇ ਭਰੋਸਾ ਨਹੀਂ ਕਰਦਾ। ਹੁਣ ਜਦੋਂ ਮਨੁੱਖ ਗੁਰੂ 'ਤੇ ਆ ਕੇ ਭਰੋਸਾ ਹੀ ਨਾ ਕਰੇ, ਕੀ ਆਖੇ? ਖੁਸ਼ਕ ਬੁੱਧੀ ਆ ਕੇ ਗੁਰੂ ਨੂੰ ਭੋਗ ਨਹੀਂ ਲੱਗਦਾ, ਗੁਰੂ ਨੂੰ ਪੱਖਾ ਲਾਉਣ ਦੀ ਲੋੜ ਨਹੀਂ, ਗੁਰੂ ਸਾਹਿਬ ਜੀ ਨੂੰ ਪ੍ਰਕਰਮਾ ਕਰਨ ਦੀ ਲੋੜ ਨਹੀਂ, ਮੱਥਾ ਟੇਕਣ ਦੀ ਵੀ ਲੋੜ ਨਹੀਂ। ਹੁਣ ਜੇ ਇਸ ਪਤੀ ਨੂੰ ਆਪਣੀ ਪਤਨੀ 'ਤੇ ਭਰੋਸਾ ਨਾ ਹੋਵੇ ਅਤੇ ਪਤਨੀ ਨੂੰ ਆਪਣੇ ਪਤੀ 'ਤੇ ਭਰੋਸਾ ਨਾ ਹੋਵੇ, ਉਹਦਾ ਘਰ ਨਹੀਂ ਚੱਲਦਾ। ਅਤੇ ਜਿਹੜਾ ਆਪਾਂ ਉਹ ਸਰਬ ਉੱਚ ਪਦਵੀ ਪ੍ਰਾਪਤ ਕਰਨੀ ਹੈ ਇਹਦੇ 'ਤੇ ਭਰੋਸਾ ਤਾਂ ਰਤਾ ਮਾਤਰ ਨਾ ਹੋਵੇ, ਇੱਥੋਂ ਕੋਈ ਖੁਸ਼ੀ ਮਿਲ ਜਾਵੇਗੀ? ਸਿੱਧੀਆਂ ਜਿਹੀਆਂ ਗੱਲਾਂ ਅਸਲ ਮੈਂ ਤਾਂ ਕਰਨੀਆਂ ਚਾਹੁੰਦਾ ਕਿਉਂਕਿ ਜਿਹੜੀ ਵਿੰਗ ਵਾਲ ਵਾਲੀ ਗੱਲ ਹੈ ਉਹ ਚੱਲਦੀ ਨਹੀਂ ਅੱਜ। ਅਤੇ ਕੁਝ ਐਸਾ ਵੀ ਹੈ, ਕਈ ਵਾਰ ਕੁਝ ਗੱਲਾਂ ਕਰਨ ਤੋਂ ਅੱਗੇ ਸੰਕੋਚ ਕਰੀਦਾ ਸੀ ਪਰ ਹੁਣ ਕਰਨਾ ਨਹੀਂ ਪੈਣਾ। ਕਿਉਂ? ਕਿਉਂਕਿ ਅਸਲ ਵਿੱਚ ਇਹਦੇ ਵਿੱਚ ਸੱਚ ਅਤੇ ਸੱਚ ਦੱਸਣਾ ਹੀ ਪਵੇਗਾ ਨਾ, ਜੋ ਇੱਧਰ ਲਿਖਿਆ ਉਹ ਦੱਸਣਾ ਹੀ ਪਵੇਗਾ, ਤਾਂ ਹੀ ਸਾਡੇ ਅੰਦਰ ਕੋਈ ਪ੍ਰਤੀਤ ਆਵੇਗੀ ਨਾ। ਅਜੇ ਮੈਂ ਇੱਕ ਸਲੋਕ ਆਪ ਜੀ ਦਾ ਸਾਂਝਾ ਕੀਤਾ, ਤਿੰਨ ਸਲੋਕ ਅਜੇ ਹੋਰ ਹੈ। ਅਤੇ ਹੁਣ ਆਪਾਂ ਜਿੰਨੇ ਸਰੀਰ ਬੈਠੇ ਆਪਾਂ ਭਰੋਸਾ ਰਤਾ ਕੋ ਕਰੀਏ, ਜਿਹੜੇ ਗੁਰੂ ਨੂੰ ਆ ਕੇ ਕੰਤ ਹੈ ਸਾਡਾ ਮਾਲਕ ਹੈ ਪਤੀ ਹੈ ਪਰਮੇਸ਼ਰ ਹੈ ਇਹਨੂੰ ਆ ਕੇ ਭਰੋਸਾ ਹੈ, ਕ੍ਰੰਚਕ ਮਾਤਰ ਵੀ ਨਾ ਕਰੀਏ। ਐਂ ਕਹਿ ਲਈਏ ਕਿ ਮੱਥਾ ਟੇਕ ਕੇ ਕੋਈ ਪ੍ਰਾਹੁਣਾ ਸਾਡੇ ਘਰ ਆ ਜਾਏ ਉਹਦੇ ਕੋਲ 10 ਮਿੰਟ ਬੈਠੀਏ ਨਾ, ਕਵੇਂ ਕਹਿੰਦੇ ਆਪਾਂ ਗੁੱਸੇ ਹੋ ਜਾਏਗਾ। ਆਪਾਂ ਇਹਨੂੰ ਮਿਲਣ ਆਉਂਦੇ ਹਾਂ ਗੁਰੂ ਸਾਹਿਬ ਜੀ ਨੂੰ, ਇਸ ਪਤੀ ਮਾਲਕ ਨੂੰ, ਮੱਥਾ ਟੇਕ ਕੇ 2 ਮਿੰਟਾਂ 'ਚ ਬਾਹਰ ਖੜੋ ਜਾਂਦੇ ਜਾ ਕੇ,
ਇੱਧਰ ਕੋਈ ਗੁੱਸਾ ਨਹੀਂ। ਹਾਂ ਬਿਲਕੁਲ ਠੀਕ ਹੈ, ਗੁੱਸਾ ਕੋਈ ਨਹੀਂ, ਕਿਉਂਕਿ ਇਹ ਦਿਆਲੂ ਬਹੁਤ ਹੈ। ਸੁੱਤ ਅਪਰਾਧ ਕਰਤਾ ਹੈ ਜੇਤੇ ਜੰਨੀ ਚੇਤਨਾ ਰਾਖਸ ਦੇਤੇ। ਮਹਾਰਾਜ ਜੀ ਕਹਿੰਦੇ ਕੋਈ ਨਹੀਂ, ਚਿਰਾਂ ਬਾਅਦ ਵੀ ਆ ਜਾਏਗਾ, ਬਖਸ਼ ਦਿਆਂਗੇ, ਆ ਜਾ। ਪਰ ਬਾਹਾਂ ਬਾਹਾਂ ਅੱਡੀ ਖੜਾ ਮਹਾਰਾਜ, ਇਹਨਾਂ ਦੀ ਕਿਰਪਾ ਕਰਨ ਵਾਲੇ ਆ। ਪਰ ਸਤਿਗੁਰੂ ਜੀ ਕਿਰਪਾਲਤਾ ਕਰਨ, ਭਰੋਸੇ ਤੋਂ ਬਿਨਾਂ, ਪ੍ਰਤੀਤ ਤੋਂ ਬਿਨਾਂ ਗੰਢ ਨਹੀਂ ਵੱਜ ਸਕਦੀ, ਆਨੰਦ ਨਹੀਂ ਆ ਸਕਦਾ, ਖੇੜਾ ਨਹੀਂ ਮਿਲ ਸਕਦਾ। ਅਤੇ ਸਤਿਗੁਰੂ ਜੀ ਅਗਲੇ ਸਲੋਕ 'ਚ ਕਹਿੰਦੇ ਆ, ਮਹਾਰਾਜ ਜੀ ਕਹਿੰਦੇ ਆ ਕਿ ਸਾਵਣ ਆਇਆ ਹੇ ਸਖੀ, ਕੰਤੈ ਚਿੱਤ ਕਰੇ ਹੋ, ਨਾਨਕ ਝੂਰ ਮਰੋ ਦੁਹਾਗਣੀ, ਜਿਨ ਅਵਰੀ ਲੱਗਾ ਨੀਹੋਂ। ਕਹਿੰਦੇ ਜਿਹੜਾ ਹੋਰਨਾ ਨੀਹੋਂ ਲੱਗ ਗਿਆ, ਪਿਆਰ ਲੱਗ ਗਿਆ, ਕਹਿੰਦੇ ਅਸਲ 'ਚ ਝੂਰ ਝੂਰ ਕੇ ਮਰ ਜਾਵੇਗੀ। ਅਤੇ ਅੱਜ ਦਾ ਸਿੱਖ ਇਸ ਗੁਰੂ 'ਤੇ ਭਰੋਸਾ ਨਾ ਕਰਨ ਤੋਂ ਬਿਨਾਂ ਝੂਰ ਝੂਰ ਕੇ ਮਰ ਰਿਹਾ। ਇਸ ਗੁਰੂ ਦੇ ਕੋਲੇ ਆ ਕੇ ਵੀ ਸਿੱਖ ਨੂੰ ਭਰੋਸਾ ਨਹੀਂ। ਸ਼ਾਇਦ ਆਪਾਂ ਪਹਿਲਾਂ ਵੀ ਕਦੇ ਬਚਨ ਸਾਂਝਾ ਕੀਤਾ ਹੋਵੇ, ਭਾਈ ਸਾਹਿਬ ਇੱਥੇ ਆਉਂਦੇ ਰਹਿੰਦੇ ਅਤੇ ਉਹਨਾਂ ਨੇ ਸ਼ਾਇਦ ਸਾਂਝਾ ਕੀਤਾ ਹੋਵੇ। ਮੈਂ ਇੱਕ ਵਾਰੀ ਰਤਾ ਕੋਈ ਪ੍ਰਤੀਤ ਸਾਂਝੀ ਕਰਨ, ਪ੍ਰਤੀਤ ਬਣਨ ਦੇ ਲਈ ਉਹ ਬਚਨ ਸਾਂਝਾ ਕਰ ਲਵਾਂ। ਕਨੇਡਾ ਦੀ ਇਹ ਗੱਲ ਹੈ ਕਿ ਰੇਡੀਓ 'ਤੇ ਟਾਕ ਸ਼ੋਅ ਚੱਲ ਰਿਹਾ ਸੀ, ਭਾਈ ਬਲਵੀਰ ਸਿੰਘ ਹੁਣੀ ਬੈਠੇ ਸੀ ਉੱਥੇ। ਉਸ ਗੁਰਮੁਖ ਨੇ ਰੇਡੀਓ 'ਤੇ ਫੋਨ ਕਰਕੇ ਸਵਾਲ ਕੀਤਾ, ਸ਼ਾਇਦ ਗੱਲ ਸੁਣੀ ਹੋਵੇ, ਮੈਂ ਥੋੜ੍ਹੀ ਕੁ ਟੂਕ ਮਾਤਰ ਜੇ ਨਾ ਪਕੜ 'ਚ ਗੱਲ ਆ ਜਾਏ। ਜਿਹੜੇ ਗੁਰੂ ਦੇ ਕੋਲੇ ਆ ਕੇ ਬਹਿੰਦੇ ਹੈ, ਜਿਹਨੂੰ ਕਹਿੰਦੇ ਆ ਗਿਆ ਭਾਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਹੈ ਕੀ? ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਮਹਾਰਾਜ ਜੀ ਨੇ ਜਿਸ ਵੇਲੇ ਗੁਰਤਾ ਗੱਦੀ ਦਿੱਤੀ, ਮਹਾਰਾਜ ਜੀ ਕਹਿੰਦੇ ਆ ਜੋ ਕੁਝ ਪ੍ਰਾਪਤ ਸਿੱਖ ਕਰਨਾ ਚਾਹੀਏ ਗੁਰੂ ਤੋਂ ਮਿਲ ਜਾਏਗਾ। ਪਰ ਕਿਉਂਕਿ ਹੁਣ ਸਿੱਖ ਕੋਲ ਅਸਲ ਵਿੱਚ ਜਿਹੜੀ ਉਹ ਬੁੱਧੀ ਖੁਸ਼ਕ ਆ ਗਈ, ਅਤੇ ਖੁਸ਼ਕ ਬੁੱਧੀ ਅਸਲ 'ਚ ਗੁਰੂ ਨੂੰ ਫਿਰ ਪਛਾਣਦੀ ਨਹੀਂ। ਫਿਰ ਆਪਾਂ ਸੋਚੀਏ ਕਿਉਂ ਧਨ ਸੇਜਿਆ ਜਾਏ, ਫਿਰ ਆਪਾਂ ਅਸਲ 'ਚ ਸਾਨੂੰ ਸੇਜ ਪ੍ਰਾਪਤ ਹੋ ਜਾਏ, ਕਦੇ ਨਹੀਂ ਹੋਵੇਗੀ। ਅਤੇ ਉਸ ਗੁਰਮੁਖ ਨੇ ਸਵਾਲ ਕੀਤਾ, ਕਹਿੰਦਾ ਜੀ ਤੁਸੀਂ ਦੇਗ ਨੂੰ ਭੋਗ ਲਵਾਉਂਦੇ ਅਤੇ ਆਪਾਂ ਵੀ ਲਵਾਉਂਦੇ, ਇੱਥੇ ਵੀ ਆਪਾਂ ਨੂੰ ਕੋਈ ਕਹਿ ਸਕਦਾ ਇੱਦਾਂ? ਕਿਉਂਕਿ ਕਹਿਣ ਵਾਲਿਆਂ ਦਾ ਸਿਰ ਕੋਈ ਫਿਰ ਗਿਆ ਕਹਿ ਲਈਏ। ਕਹਿੰਦਾ ਜੀ ਤੁਸੀਂ ਦੇਗ ਨੂੰ ਭੋਗ ਲਵਾਉਂਦੇ? ਕਹਿੰਦੇ ਹਾਂ ਲਵਾਉਂਦੇ ਗੁਰਮੁਖਾ। ਕਹਿੰਦਾ ਮਹਾਰਾਜ ਜੀ ਛਕਦੇ ਆ? ਕਹਿੰਦੇ ਗੁਰਮੁਖਾ ਬਿਲਕੁਲ ਛਕਦੇ, ਤਾਂ ਹੀ ਲਵਾਉਂਦੇ, ਸਾਨੂੰ ਕੋਈ ਇਹ ਝੂਠ ਥੋੜ੍ਹੀ ਗੱਲ ਹੈ। ਮਹਾਰਾਜ ਜੀ ਦੇ ਲਿਆ ਕੇ ਦੇਗ ਅਸੀਂ ਹਾਜ਼ਰ ਕਰਦੇ ਹਾਂ, ਸਾਨੂੰ ਭਰੋਸਾ ਗੁਰੂ ਸਾਹਿਬ ਛਕਦੇ ਆ। ਪਰ ਉਹ ਕਹਿੰਦਾ ਜੀ ਮੂੰਹ ਕਿੱਥੇ ਹੈ? ਇਹ ਹੁਣ ਆਪਣੇ ਵੀ ਸਵਾਲ ਆ ਜਾਏਗਾ, ਸਾਰਿਆਂ ਦਾ ਵਿਖਾਓ ਮੂੰਹ। ਜਨਮ ਸਾਖੀ ਵਿੱਚ ਕੁਝ ਬਚਨ ਲਿਖੇ ਮਿਲਦੇ ਅਤੇ ਭਾਈ ਵੀਰ ਸਿੰਘ ਜੀ ਨੇ ਉਹ ਲਿਖੇ ਹੈ। ਭਾਈ ਵੀਰ ਸਿੰਘ ਜੀ ਦੀ ਪ੍ਰਮਾਣਿਕਤਾ ਨੂੰ ਮੈਂ ਅਸਲ ਵਿੱਚ ਹੱਦੋਂ ਦਿਲੋਂ ਪਿਆਰ ਕਰਦਾ, ਜਿਹਨਾਂ ਨੇ ਉਹਨਾਂ ਨੇ ਸ਼ਰਧਾ ਭਰੀ ਹੈ। ਅਤੇ ਮਹਾਰਾਜ ਜੀ ਨੇ ਕਿਰਪਾਲਤਾ ਕੀਤੀ, ਜਿਸ ਵੇਲੇ ਖਡੂਰ ਸਾਹਿਬ ਦੀ ਧਰਤੀ 'ਤੇ ਆਏ ਨਾ ਧੰਨ ਗੁਰੂ ਨਾਨਕ ਸਾਹਿਬ ਜੀ, ਇਹ ਜਨਮ ਸਾਖੀ 'ਚ ਬਚਨ ਲਿਖੇ ਹੋਏ ਅਤੇ ਭਾਈ ਵੀਰ ਸਿੰਘ ਜੀ ਨੇ ਉਹ ਦੁਬਾਰਾ ਅੰਕਿਤ ਕੀਤਾ। ਜਦੋਂ ਮਾਤਾ ਬਰਾਈ ਦੇ ਘਰ ਆ ਗਏ ਨਾ, ਅਤੇ ਮਾਤਾ ਬਰਾਈ ਦੇ ਘਰ ਜਦੋਂ ਪੈਰ ਪਾਏ, ਪੈਰ ਪਾਉਂਦਿਆਂ ਪਤਾ ਲੱਗ ਗਿਆ ਮਾਤਾ ਭਰਾਈ ਆਪਾਂ ਕਹਿੰਦੇ, ਉਦਾਂ ਬਰਾਈ ਨਾਂ ਹੈ ਇਤਿਹਾਸ 'ਚ ਲਿਖਿਆ ਮਿਲਦਾ। ਜਦੋਂ ਮਾਤਾ ਭਰਾਈ ਦੇ ਅੰਦਰ ਚਰਨ ਪਾਏ ਮਾਤਾ ਭਰਾਈ, ਅਤੇ ਇਉਂ ਆਨੰਦ 'ਚ ਆ ਗਈ, ਬੌਰਿਆਂ ਵਾਂਗੂ ਕਰਨ ਲੱਗ ਪਈ, ਮਹਾਰਾਜ ਜੀ ਦੇ ਚਰਨ ਹੀ ਛੱਡਦੀ। ਮਹਾਰਾਜ ਜੀ ਬੈਠੇ ਆ ਅਤੇ ਮਹਾਰਾਜ ਬਹੁਤ ਉਹਦੇ ਅੰਦਰ ਪਿਆਰ ਹੈ, ਉਹਨੇ ਜੌਂ ਸਕਾਏ ਹੋਏ ਆ, ਹੋਰ ਇਤਿਹਾਦਕ ਬੜਾ ਕੋਈ ਤਿਆਰ ਕੀਤਾ ਹੋਇਆ ਕਿ ਜਦੋਂ ਗੁਰੂ ਸਾਹਿਬ ਆਉਣਗੇ ਮੈਂ ਛਕਾਵਾਂਗੀ। ਮਹਾਰਾਜ ਜੀ ਆ ਕਰਕੇ ਸੱਜ ਗਏ। ਮਹਾਰਾਜ ਜੀ ਕਹਿੰਦੇ ਲਿਆ ਬੀਬੀ ਕੁਛ ਛਕਣ ਲਈ। ਹੁਣ ਬਣਾਇਆ ਤਾਂ ਜੇ ਕੁਝ ਨਹੀਂ ਸੀ, ਤਿਆਰੀ ਕਰਦੀ ਸੀ, ਜੌਂਆਂ ਦਾ ਥਾਲ ਮਹਾਰਾਜ ਜੀ ਦੇ ਅੱਗੇ ਲਿਆ ਕੇ ਕਰ ਦਿੱਤਾ। ਮਹਾਰਾਜ ਜੀ ਨੇ ਚਾਰ ਜੌਂ ਚੱਕੇ ਅਤੇ ਛਕ ਲਏ। ਜਦੋਂ ਜੌਂ ਛਕ ਲਿਆ, ਉਹਨੂੰ ਸੁਰਤ ਆਈ, ਸੋਝੀ ਆਈ ਕਿ ਕਮਾਲ ਬਾਤ ਹੋ ਗਈ, ਕੱਚੇ ਜੌਂ ਲਿਆ ਕੇ ਫੜਾਤੇ ਆ। ਇਹ ਭਾਈ ਵੀਰ ਸਿੰਘ ਜੀ ਬਚਨ ਲਿਖਦੇ, ਮੈਂ ਕੋਲੋਂ ਨਹੀਂ ਆਖਦਾ। ਹਾਂ ਇਹ ਗੱਲ ਵੱਖਰੀ ਹੈ, ਕਿਸੇ ਦੀ ਸ਼ਰਧਾ ਕਿੰਨੀ ਹੋਵੇ, ਉਹ ਕਿੱਥੇ ਪਹੁੰਚੇ, ਇਹ ਨਹੀਂ ਮੈਂ ਗਰੰਟੀ ਦਿੰਦਾ। ਜਿਸ ਵੇਲੇ ਗੁਰੂ ਸਾਹਿਬ ਨੇ ਕਿਰਪਾਲਤਾ ਕੀਤੀ, ਜਦੋਂ ਉਹਨੂੰ ਚੇਤਾ ਆਇਆ ਨਾ, ਸੁਰਤ ਆਈ ਕਿ ਮੈਂ ਤਾਂ ਜੌਂਆਂ ਦਾ ਥਾਲ ਅੱਗੇ ਕਰ ਦਿੱਤਾ। ਮਹਾਰਾਜ ਨੇ ਜੌਂ ਚੱਕ ਕੇ ਚਾਰ ਛਕ ਲਏ ਹੈ ਅਤੇ ਇੱਕਦਮ ਮਹਾਰਾਜ ਜੀ ਦੇ ਚਰਨ ਪੜ ਲਿਆ। ਮਹਾਰਾਜ ਜੀ ਕੱਚਾ ਭੋਜਨ? ਮਹਾਰਾਜ ਜੀ ਕਹਿੰਦੇ ਕੱਚਿਆਂ ਤੋਂ ਵੀ ਉੱਪਰ ਹੈ, ਤੇਰੇ ਪਿਆਰ ਨੇ ਸਾਡਾ 12 ਸਾਲ ਬਾਅਦ ਜਿਹੜਾ ਹੈ ਇਹ ਮੂੰਹ ਦਾ ਜਿਹੜਾ ਸੀ ਅਸੀਂ ਅੰਨ ਨਹੀਂ ਛਕਿਆ, ਇਹ ਤੋੜ ਦਿੱਤਾ। ਅਤੇ ਉਦੋਂ ਭਾਈ ਮਾਤਾ ਫਿਰ ਪੁੱਛਦੀ ਹੈ, ਮਹਾਰਾਜ ਜੀ ਤੁਹਾਨੂੰ ਭੁੱਖ ਨਹੀਂ ਲੱਗਦੀ? ਕਹਿੰਦੇ ਲੱਗਦੀ ਹੈ। ਅਤੇ ਮਹਾਰਾਜ ਜੀ ਛਕਦੇ ਕੀ ਹੋ? ਕਹਿੰਦੇ ਜਿਹੜੇ ਪਿਆਰ ਨਾਲ ਸਾਡੇ
ਸਿੱਖਾਂ ਨੂੰ ਛਕਾ ਦਿੰਦੇ ਹੈ, ਜਿਹੜੇ ਸਾਨੂੰ ਚੇਤੇ ਕਰਕੇ ਛਕਦੇ ਹੈ ਉਹ ਸਾਨੂੰ ਛਕਾ ਰਹੇ ਹੈ। ਇੱਕ ਵਾਰ ਨਹੀਂ ਐਵੇਂ ਹੋਇਆ, ਆਪਾਂ ਨੂੰ ਪਤਾ ਨਾ, ਬਹੁਤ ਸਾਹਮਣੇ ਸਾਖੀ ਹੈ ਆਪਣੇ, ਕਿ ਜਿਸ ਵੇਲੇ ਭਾਈ ਕੱਟੂ ਸ਼ਾਹ ਮੰਗਦਾ ਸ਼ਹਿਤ ਅਤੇ ਗੁਰੂ ਉਹ ਦਿੰਦਾ ਨਹੀਂ, ਗੁਰੂ ਕਾ ਸਿੱਖ ਉਹ ਕਹਿੰਦਾ ਮੈਂ ਮਹਾਰਾਜ ਜੀ ਲਈ ਸੋਚਾ ਲੈ ਕੇ ਚੱਲਿਆ। ਮਹਾਰਾਜ ਜੀ ਦੇ ਕੋਲ ਜਾਂਦਾ, ਮਹਾਰਾਜ ਜੀ ਮੈਂ ਸ਼ਹਿਤ ਲੈ ਕੇ ਆਇਆ ਅਤੇ ਬਹੁਤ ਕਮਾਲ ਦਾ ਅਤੇ ਸੁੱਚਾ ਲੈ ਕੇ ਆਇਆ। ਮਹਾਰਾਜ ਜੀ ਕਹਿੰਦੇ ਜਦੋਂ ਮੰਗਿਆ ਉਦੋਂ ਦਿੱਤਾ ਨਹੀਂ ਤੂੰ। ਅਤੇ ਮਹਾਰਾਜ ਜੀ ਕਹਿੰਦੇ ਕਦੋਂ ਮੰਗਿਆ? ਮਹਾਰਾਜ ਜੀ ਨੂੰ ਕਹਿੰਦਾ ਕਦੋਂ ਮੰਗਿਆ? ਕਹਿੰਦੇ ਪਿੱਛੇ ਮੰਗਿਆ ਸੀ। ਕਹਿੰਦੇ ਸ਼ਹਿਦ ਤੇਰਾ ਛਕਣ ਵਾਲਾ ਨਹੀਂ, ਵੇਖ ਇਹਨੂੰ ਚੰਗਾ ਨਹੀਂ ਇਹ, ਤੂੰ ਕਹੀ ਜਾਣਾ ਚੰਗਾ। ਜਦੋਂ ਚੱਕ ਕੇ ਕੱਪੜਾ ਵੇਖਿਆ, ਆਪਾਂ ਸਭ ਨੂੰ ਪਤਾ ਇਤਿਹਾਸ 'ਚੋਂ ਬੜੀ ਵਾਰ ਸੁਣਿਆ ਉਹ 'ਚ ਕੀੜੇ ਸੀ। ਮਹਾਰਾਜ ਜੀ ਕਹਿੰਦੇ ਕੀੜਿਆਂ ਵਾਲਾ ਸਹਿਸ ਕੌਣ ਆ ਗਿਆ? ਮਹਾਰਾਜ ਜੀ ਕਿਰਪਾਲਤਾ ਕਰਨ, ਗੁਰੂ ਕੀ ਗੁਰੂ ਸਿੱਖ ਦੀ ਰਸਨਾ 'ਤੇ ਵੱਸਦਾ, ਸਿੱਖ ਦਾ ਭਰੋਸਾ ਹੋਵੇ ਰਤਾ ਕੋਈ। ਅਤੇ ਉਸ ਗੁਰਮਾ ਨੇ ਕਹਿੰਦਾ ਜੀ ਮੂੰਹ ਵਿਖਾਓ। ਅਤੇ ਗੁਰਮੁਖ ਇਹਨਾਂ ਨੇ ਸਵਾਲ ਕੀਤਾ ਸੀ, ਕਹਿੰਦੇ ਗੁਰਮੁਖਾ ਤੂੰ ਅੰਮ੍ਰਿਤਧਾਰੀ ਗੁਰਸਿੱਖ ਹੈ? ਕਹਿੰਦਾ ਬਿਲਕੁਲ ਜੀ ਮੈਂ ਗੁਰਸਿੱਖ ਹਾਂ। ਅਤੇ ਕਹਿੰਦੇ ਮਹਾਰਾਜ ਜੀ ਨੂੰ ਮੱਥਾ ਟੇਕਦਾ? ਕਹਿੰਦੇ ਬਿਲਕੁਲ। ਕਹਿੰਦੇ ਫਿਰ ਮਹਾਰਾਜ ਜੀ ਨੂੰ ਅਰਦਾਸ ਵੀ ਕਰਦਾ ਹੋਵੇਗਾ? ਕਹਿੰਦੇ ਜੀ ਹਾਂ ਬਿਲਕੁਲ, ਰੋਜ਼ ਕਰਦਾ। ਅਤੇ ਕਹਿੰਦੇ ਫਿਰ ਮਹਾਰਾਜ ਜੀ ਸੁਣਦੇ ਤੇਰੀ ਅਰਦਾਸ? ਕਹਿੰਦੇ ਹਾਂ ਬਿਲਕੁਲ ਸੁਣਦੇ ਆ। ਕਹਿੰਦੇ ਤੈਨੂੰ ਯਕੀਨ ਹੈ ਸੁਣਦੇ? ਕਹਿੰਦਾ ਹਾਂ ਜੀ ਸੁਣਦੇ ਆ। ਕਹਿੰਦੇ ਮਹਾਰਾਜ ਜੀ ਦੇ ਕੰਨ ਵੇਖੇ ਕਦੇ ਤੂੰ? ਉਦੋਂ ਫੋਨ ਕੱਟ ਗਿਆ ਸੀ। ਇਹ ਅਗੰਮੀ ਖੇਡ ਹੈ ਜਿਹੜੀ ਮੈਂ ਪਹਿਲਾਂ ਬਚਨ ਸਿੱਧ ਕੀਤੇ ਹੈ ਕਿ ਸਰੀਰ ਕਰਕੇ ਪੈਰ ਹੈ, ਦੋ ਥਾਵਾਂ 'ਤੇ ਇਤਿਹਾਸ ਬੋਲਦਾ। ਸਰੀਰ ਕਰਕੇ ਚਰਨ ਹੈਗੇ ਹੈ, ਸਿੱਖ ਫੜਦੇ ਹੈ ਹੱਥ 'ਚ ਨਹੀਂ ਆਉਂਦੇ, ਸਰੀਰ ਹੈਗਾ ਹਾਲੇ। ਇਹ ਉੱਥੇ ਇਤਿਹਾਸ ਲਿਖਿਆ ਹੋਇਆ ਇਮਲੀ ਸਾਹਿਬ, ਇੰਦੌਰ 'ਚ ਕਿਸੇ ਨੇ ਜਾ ਕੇ ਪੜ੍ਹਨਾ ਹੋਵੇ ਤਾਂ। ਇਹ ਖੇਡ ਐਸੀ ਅਗੰਮੀ ਹੈ, ਪਰ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਜੇ ਤੇਰਾ ਅੰਦਰੋਂ ਪਿਆਰ ਨਹੀਂ, ਤੇਰਾ ਆਚਰਣ ਉੱਚਾ ਨਹੀਂ ਹੋਇਆ, ਅਤੇ ਮਹਾਰਾਜ ਜੀ ਕਹਿੰਦੇ ਸਾਵਣ ਆਇਆ ਹੇ ਸਖੀ ਕੰਤੈ ਚਿੱਤ ਕਰੇ ਹੋ ਨਾਨਕ ਝੂਰ ਮਰੋ ਦੁਹਾਗਣੀ ਜਿਨ ਅਵਰੀ ਲੱਗਾ ਨਹੀਂ। ਇਹਨਾਂ ਕੋਲ ਅਸਲ 'ਚ ਦੋ ਸਲੋਕ ਹੋਇਆ, ਉਹ ਹੈ ਉਨਵ ਉਨਵ ਆਇਆ ਬਰਸੈ ਨੀਰ ਨਿਪੰਗ, ਨਾਨਕ ਦੁੱਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਉ ਮਨ ਭੰਗ। ਅਤੇ ਅਗਲਾ ਸਲੋਕ ਮਹਾਰਾਜ ਜੀ ਕਹਿੰਦੇ ਉਨਵ ਉਨਵ ਆਇਆ ਬਰਸੈ ਲਾਏ ਝੜੀ, ਨਾਨਕ ਭਾਣੈ ਚੱਲੈ ਕੰਤਕ ਮਾਣੈ ਸਦਾ ਰਲੀ। ਸਦਾ ਕਹਿੰਦੇ ਆਨੰਦ ਮਾਣੇਗੀ ਜੇ ਕਿਤੇ ਕੰਤ ਦੇ ਹੁਕਮ 'ਚ ਚੱਲੇ। ਅਤੇ ਆਪਾਂ ਹੁਣ ਵੇਖ ਲਈਏ, ਕਿਉਂਕਿ ਅੱਜ ਜੇ ਬੰਦਾ ਕਹਿੰਦਾ ਅੰਮ੍ਰਿਤ ਛਕਣ ਨੂੰ, ਬੀਬੀ ਕਹਿੰਦੀ ਨਾ ਅਜੇ ਨਹੀਂ ਛਕਣਾ, ਅਜੇ ਤਾਂ ਕਿਉਂਕਿ ਮੇਰੇ ਧੌਲੇ ਆ ਗਏ ਅਤੇ ਉਹ ਅਸਲ 'ਚ ਕਾਲੇ ਕਰਨੇ ਆ। ਜੇ ਬੰਦਾ ਆਖਦਾ ਭਈ ਤੂੰ ਅੰਮ੍ਰਿਤ ਛਕ ਲਾ, ਕਹਿੰਦੀ ਨਹੀਂ ਅਜੇ ਮੇਰੇ ਭਰਵੱਟੇ ਜਿਹੜੇ ਠੀਕ ਨਹੀਂ। ਅਤੇ ਜੇ ਕਿਤੇ ਚੰਗੇ ਭਾਗਾਂ ਨਾਲ ਬੀਬੀ ਆਖਦੀ ਹੈ ਬੰਦੇ ਨੂੰ, ਅਤੇ ਬੰਦਾ ਕਹਿੰਦਾ ਨਾ ਮੈਂ ਕੀ ਲੈਣਾ ਅੰਮ੍ਰਿਤ ਛੱਕੇ, ਅਜੇ ਤਾਂ ਖਾਣ ਪੀਣ ਦੀ ਉਮਰ ਹੈ, ਅਜੇ ਅੰਮ੍ਰਿਤ ਤੋਂ ਕੀ ਲੈਣਾ। ਅਤੇ ਰਤਾਕੂ ਮਹਾਰਾਜ ਦੀ ਕਿਰਪਾਲਤਾ ਕਰਨ ਸਮਾਪਤੀ ਵਾਲੇ ਪਾਸੇ ਤੁਰੀਏ, ਲੰਬਾ ਪਤਾ ਹੈ ਅਤੇ ਪਰ ਕਿਉਂਕਿ ਅਸਲ 'ਚ ਇਹ ਥੋੜ੍ਹਾ ਕੁ ਭਰੋਸਾ ਭਰੋਸੇ ਤੋਂ ਛੁੱਟ ਗਏ ਹਾਂ, ਭਰੋਸੇ ਤੋਂ ਦੂਰ ਚਲ ਗਏ ਹਾਂ। ਗੁਰੂ ਪ੍ਰਤੱਖ ਨਹੀਂ ਦੀਦਾ, ਗੁਰੂ ਪ੍ਰਤੱਖ ਹੈ। ਗੁਰੂ ਪ੍ਰਤੱਖ ਜਿਨ੍ਹਾਂ ਨੇ ਵੇਖਿਆ ਆਪਾਂ ਨੂੰ ਪਤਾ ਹੈ। ਅੱਜ ਵੀ ਆਪਾਂ ਵੇਖਦੇ ਹਾਂ ਜਦੋਂ ਆਪਾਂ ਜਾਂਦੇ ਹਾਂ ਨਾ, ਇੱਕ ਸਥਾਨ 'ਤੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ, ਬਾਕੀਆਂ 'ਤੇ ਭਾਵੇਂ ਕਰੋ ਭਾਵੇਂ ਨਾ, ਕਰਨੇ ਚਾਹੀਦੇ ਸਾਰਿਆਂ 'ਤੇ, ਉਵੇਂ ਭਰੋਸਾ ਤਾਂ ਬਣਦਾ। ਹਜ਼ੂਰ ਸਾਹਿਬ ਇੱਕ ਲੰਗਰ ਚੱਲ ਰਿਹਾ ਅਤੇ ਆਪਾਂ ਸਭ ਨੂੰ ਪਤਾ ਹੈ ਕਿ ਉਸ ਦਾ ਨਾਮ ਲੰਗਰ ਸਾਹਿਬ ਹੈ। ਚਾਰ ਪਾਸੇ ਤੋਂ ਉਸ ਵੇਲੇ ਹੁਣ ਟ੍ਰੇਨ ਆ ਰਹੀ ਹੈ ਉੱਥੇ ਚਾਰ ਪਾਸੇ ਤੋਂ, ਅਤੇ ਆਪਣੇ ਸਾਧਨਾਂ ਤੋਂ ਪਤਾ ਨਹੀਂ ਕਿੰਨੇ ਲੋਕ ਜਾ ਰਹੇ ਹੈ। ਪਰ ਮੈਂ ਹੈਰਾਨ ਹੋ ਗਿਆ ਉਹਨਾਂ ਦਾ ਪ੍ਰਬੰਧ ਵੇਖ ਕੇ। ਮੈਂ ਬਾਹਰ ਖੜੋ ਕੇ ਵੇਖਿਆ ਕਿ ਚਾਰ ਪਾਸੇ ਨੂੰ ਟ੍ਰੇਨ ਰੋਜ਼ ਜਾਂਦੀ ਹੈ, ਚਾਰ ਪਾਸੇ ਤੋਂ ਰੋਜ਼ ਆ ਰਹੀ ਹੈ, ਚਾਰ ਪਾਸੇ ਤੋਂ ਜਾਣ ਵਾਲੀ ਟ੍ਰੇਨ ਆ ਕੇ ਜਿਹੜਾ ਮਰਜ਼ੀ ਆ ਕੇ ਪ੍ਰਸ਼ਾਦਾ ਮੰਗ ਲੈ, ਅਸੀਂ ਚੱਲੇ ਹਾਂ ਜੀ ਪ੍ਰਸ਼ਾਦਾ ਦਿਓ, ਪੈਕ ਮਿਲੇਗਾ। ਆਪਾਂ ਵੇਖੀਏ ਕਿਤੇ ਛੋਟੇ ਜਿਹੇ ਗੁਰੂ ਘਰ ਵਿੱਚ ਚਾਰ ਕੁ ਸਰੀਰ ਜ਼ਿਆਦਾ ਆ ਜਾਣ ਅਤੇ ਕਈ ਵਾਰ ਲੰਗਰ ਦੀ ਥੋੜ ਆ ਜਾਂਦੀ, ਉਵੇਂ ਮਹਾਰਾਜ ਕਿਰਪਾ ਕਰਦੇ ਆ। ਉੱਥੇ ਇੱਕ ਹੋਰ ਕਲਾ ਵਰਤ ਰਹੀ ਹੈ, ਕਿਉਂਕਿ ਕਲਾ ਤੋਂ ਸਾਨੂੰ ਅਸਲ 'ਚ ਅੱਜ ਜਿਹੜਾ ਨਾ ਐਲਰਜੀ ਬਹੁਤ ਹੈ। ਜੇ ਕਲਾ ਦੀ ਕਿਤੇ ਗੱਲ ਕਰਦੇ ਨਾ ਗੁਰੂ ਦੀ ਕਲਾ, ਕਹਿੰਦੇ ਨਾ ਜੀ ਇਹ ਤਾਂ ਬ੍ਰਾਹਮਣਵਾਦ ਹੈ। ਉੱਥੇ ਇੱਕ ਕੁੱਤਾ ਹੈ, ਉਹਦੀ ਮੈਂ ਫੋਟੋ ਖਿੱਚ ਕੇ ਲਿਆਇਆ ਸੀ। ਭਰੋਸੇ ਦੀ ਗੱਲ ਮੈਂ ਦੱਸਣ ਲੱਗਾ, ਪਸ਼ੂ ਪ੍ਰੇਤ ਮੁਗਧ ਕੋ ਉਤਾਰੈ ਪਾਹਨ ਪਾਰ ਉਤਾਰੈ। ਆਪਾਂ ਨੂੰ ਅਸਲ 'ਚ ਕਈ ਵਾਰੀ ਪਤਾ ਨਹੀਂ ਹੁੰਦਾ, ਫਿਰ ਕੁਝ ਪੰਗਤੀਆਂ ਅਸਲ 'ਚ ਸਾਨੂੰ ਸੁਣਾ ਦਿੱਤੀਆਂ ਜਾਂਦੀਆਂ ਜਿੱਥੇ ਮਹਾਰਾਜ ਜੀ ਨੇ ਪਖੰਡ ਦਾ ਖੰਡਨ ਕੀਤਾ।
ਉਹ ਪਖੰਡ ਦਾ ਖੰਡਨ ਕਰਦਿਆਂ ਕਰਦਿਆਂ ਸਾਰਾ ਕੁਛ ਹੀ ਕਈ ਵਾਰੀ ਖੰਡਨ ਕਰ ਜਾਂਦੇ ਹਾਂ। ਅਤੇ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ, ਉਹ ਕੁੱਤੇ ਦੀਆਂ ਅੱਖਾਂ ਹੈ ਨਹੀਂ, ਹੈ ਸੀ ਪਹਿਲਾਂ, ਪਰ ਕਿਸੇ ਨੇ ਐਸੀ ਗੁਰਮੁਖਤਾਈ ਵਿਖਾਲੀ ਉਹਦੀਆਂ ਅੱਖਾਂ 'ਚ ਤੇਜ਼ਾਬ ਪਾ ਦਿੱਤੀ। ਉਹ ਹੁਣ ਹੁੰਦਾ ਕੀ ਹੈ ਵੀ ਜਿੱਥੋਂ ਆਪਾਂ ਲੰਗਰ ਸਾਹਿਬ ਅੰਦਰ ਵੜਦੇ ਹਾਂ ਉੱਥੇ ਉਹ ਕੁੱਤਾ ਲੰਮਾ ਪਿਆ ਹੋਇਆ, ਉੱਥੇ ਰਹਿੰਦਾ, ਉਹਨੂੰ ਉਹ ਪ੍ਰਸ਼ਾਦਾ ਪਾ ਦਿੰਦੇ ਉੱਥੇ ਹੀ। ਕਰਦਾ ਕੀ ਹੈ, ਜਦੋਂ ਗਾਗਰ ਗੋਦਾਵਰੀ 'ਚੋਂ ਸਵੇਰੇ ਸਿੰਘ ਲੈਣ ਜਾਂਦੇ ਆ, ਉਹ ਕੁੱਤਾ ਅੱਗੇ ਜਾਂਦਾ, ਅੱਗੇ ਜਾ ਕਰਕੇ ਉੱਥੇ ਬੈਠ ਜਾਂਦਾ, ਜਦੋਂ ਗਾਗਰ ਭਰ ਕੇ ਤੁਰਦੇ ਫਿਰ ਅੱਗੇ ਤੁਰ ਪੈਂਦਾ, ਦਿਸਦਾ ਉਹਨੂੰ ਹੈ ਨਹੀਂ। ਕੁਦਰਤੀ ਕਈ ਵਾਰ ਤਾਂ ਮਹਾਰਾਜ ਕਿਰਪਾ ਕਰਦੇ ਉੱਥੇ ਆ ਕਰਕੇ ਉੱਥੇ ਅੰਦਰ ਵੜ ਜਾਂਦਾ, ਫਿਰ ਉੱਥੇ ਬੈਠ ਜਾਂਦਾ, ਗੰਦਗੀ ਵੀ ਕੋਈ ਨਹੀਂ ਪਾਉਂਦਾ, ਜਾਂ ਫਿਰ ਉਹ ਉੱਥੋਂ ਸੱਚਖੰਡ ਤੱਕ ਜਾਂਦਾ, ਉੱਥੋਂ ਫਿਰ ਕਈ ਵਾਰੀ ਮੈਂ ਉਹਨਾਂ ਸਿੰਘਾਂ ਨੂੰ ਪੁੱਛ ਹੀ ਲਿਆ, ਫਿਰ ਕਹਿੰਦੇ ਜੀ ਕਈ ਵਾਰੀ ਦੋ ਦੋ ਦਿਨ ਉੱਥੋਂ ਵੀ ਨਹੀਂ ਮੁੜਦਾ, ਫਿਰ ਉੱਥੇ ਰਹਿੰਦਾ, ਉੱਥੋਂ ਆਉਂਦਾ ਗਾਗਰ ਨਾਲ ਉੱਥੇ ਫੇਚਰਿਆ ਜਾਂਦਾ, ਉੱਥੇ ਵੀ ਜਦੋਂ ਗਾਗਰ ਜਾਂਦੀ ਅੰਦਰ ਤੱਕ ਜਾਂਦਾ ਅਤੇ ਉੱਥੋਂ ਬਾਅਦ 'ਚ ਗੇਟ 'ਤੇ ਬਾਹਰ ਆ ਜਾਂਦਾ। ਇਹ ਗੁਰੂ ਦਾ ਭਰੋਸਾ ਕਿਉਂ, ਜਿਨ੍ਹਾਂ ਨੇ ਪ੍ਰਤੱਖ ਵੇਖਿਆ ਗੁਰੂ ਨੇ, ਉਹਨਾਂ ਨੇ ਆਖਤੇ ਨਾ ਬਚਨ ਕੇ ਹੱਥ ਤੇਰਾ ਅਤੇ ਖੀਸਾ ਮੇਰਾ। ਇਸ ਪ੍ਰਕਾਰ ਦਾ ਅਸਲ 'ਚ ਜਦੋਂ ਸਾਡਾ ਭਰੋਸਾ ਹੋਵੇਗਾ ਨਾ ਗੁਰੂ 'ਤੇ, ਉਦੋਂ ਕੋਈ ਸਾਡਾ ਅੰਦਰੋਂ ਬਣੇਗੀ ਖੇਡ, ਨਹੀਂ ਤਾਂ ਬਣਨੀ ਨਹੀਂ। ਗੁਰੂ ਕਿਸੇ ਪੈਸੇ ਦਾ ਮੁਹਤਾਜ ਨਹੀਂ, ਗੁਰੂ ਕਿਸੇ ਦੀ ਚਲਾਕੀ ਦਾ ਮੁਹਤਾਜ ਨਹੀਂ, ਗੁਰੂ ਕਿਸੇ ਦੀ ਦਿੱਤੀ ਹੋਈ ਮਾਇਆ ਦੇ ਅਧੀਨ ਨਹੀਂ। ਗੁਰੂ ਨੂੰ ਬੰਨਿਆ ਜਾ ਸਕਦਾ ਕੇਵਲ ਪਿਆਰ ਨਾਲ। ਆਪਾਂ ਬਚਨ ਪੜ੍ਹੇ ਨਾ ਰਾਗੀ ਸਿੰਘਾਂ ਨੇ, ਬਹੁਤ ਕਮਾਲ ਆਨੰਦ ਆਇਆ, ਜਿਹੜਾ ਪਹਿਲਾ ਸ਼ਬਦ ਪੜ੍ਹਿਆ ਭਗਤ ਨਾਮਦੇਵ ਜੀ ਦਾ, ਭਗਤ ਨਾਮਦੇਵ ਜੀ ਨੇ ਇਹੀ ਬਚਨ ਆਖੇ ਨਾ, ਉਹ ਅਸਲ 'ਚ ਕਹਿੰਦੇ ਨਾਮ ਦੇ ਅਧੀਨ ਹੈ, ਉਹਨੂੰ ਪਿਆਰ ਨਾਲ ਜਿੱਤਿਆ ਜਾ ਸਕਦਾ। ਆਪਾਂ ਵੀ ਵੇਖੀਏ, ਜੇ ਸੰਸਾਰ 'ਤੇ ਆਪਾਂ ਆਪਣਾ ਇਹ ਘਰ ਜਿਹੜਾ ਆਪਾਂ ਚਲਾ ਰਹੇ ਨਾ, ਜੇ ਇਹਨੂੰ ਆਨੰਦ 'ਚ ਰੱਖਣਾ ਅਤੇ ਪਿਆਰ ਨਾਲ ਤਾਂ ਚੱਲ ਸਕਦਾ, ਉੱਦਾਂ ਨਹੀਂ। ਬੇਵਿਸ਼ਵਾਸੀ ਨਾਲ ਤਾਂ ਕੁਝ ਨਹੀਂ ਚੱਲਦਾ, ਅਤੇ ਇਹਦਾ ਤਾਂ ਹੈ ਹੀ ਸਾਰਾ ਕੁਛ ਉੱਤਮ ਹੈ। ਇੱਥੇ ਤਾਂ 100% ਜਿੱਦਣ ਅੰਦਰ ਵਿਸ਼ਵਾਸ ਆਵੇਗਾ ਨਾ, ਉੱਦਣ ਕਿਤੇ ਮਾੜਾ ਜਿਹਾ ਗੱਲ ਚੱਲੇਗੀ ਅੱਗੇ, ਪ੍ਰਾਪਤੀ ਉੱਦਣ ਨਹੀਂ ਹੋ ਜਾਣੀ। ਜਿੱਦਣ ਇਹ ਭਰੋਸਾ ਆ ਜਾਵੇਗਾ ਕਿ ਇੱਕੋ ਅਹੰਕਾਰ ਤੋਂ ਲੈ ਕੇ 18, 10, 20 ਤੱਕ ਅੱਖਰ ਅੱਖਰ ਭਾਵਨਾ ਗੁਰੂ ਭਾਵਨਾ ਹੋ ਜਾਏ, ਉੱਦਣ ਕਿਤੇ ਖੇਡ ਚੱਲੇਗੀ ਰਤਾਕੂ, ਪ੍ਰਾਪਤੀ ਨਹੀਂ ਹੋ ਜਾਣੀ। ਮਹਾਰਾਜ ਜੀ ਕਹਿੰਦੇ ਫਿਰ ਅਸਲ 'ਚ ਜੇ ਤੂੰ ਉਹਨੂੰ ਪ੍ਰਾਪਤ ਕਰਨਾ, ਫਿਰ ਅਸਲ 'ਚ ਉਹ ਜਿਸ ਪ੍ਰਕਾਰ ਉਹਨੂੰ ਪਾਉਂਦਾ ਉਸ ਪ੍ਰਕਾਰ ਦਾ ਹੋ ਜਾ, ਤਾਂ ਪ੍ਰਾਪਤੀ ਹੋਵੇਗੀ। ਆਪਾਂ ਇੱਥੇ ਕੁ ਸਮਾਪਤੀ ਕਰ ਲਈਏ ਜੀ, ਕੱਲ੍ਹ ਨੂੰ ਇਸੇ ਬਚਨ ਦੀ ਫਿਰ ਵਿਚਾਰ ਕਰ ਲਾਂਗੇ, ਕਿਉਂਕਿ ਰਤਾਕੂ ਐਸਾ ਬਚਨ ਇਹ ਮਹਾਰਾਜ ਜੀ ਦਾ ਸਾਹਮਣੇ ਆ ਗਿਆ, ਜਿਹਦੇ ਕਰਕੇ ਅੱਜ ਸਾਡਾ ਵਿਸ਼ਵਾਸ ਜਿਹੜਾ ਗੁਰੂ ਤੋਂ ਹਟਦਾ ਜਾਂਦਾ, ਟੁੱਟਦਾ ਜਾਂਦਾ, ਅਤੇ ਟੁੱਟਣ ਕਰਕੇ ਅਸੀਂ ਟੁੱਟ ਜਾਵਾਂਗੇ। ਜਿਹਨੇ ਗੁਰੂ 'ਤੇ ਵਿਸ਼ਵਾਸ ਕੀਤਾ ਉਹਦੇ ਬਚਨ ਨਾਲ ਕੀ ਹੋ ਜਾਂਦਾ, ਇੱਕ ਬਚਨ ਸੰਤਾਂ ਦਾ ਸੁਣਾ ਕੇ ਮੈਂ ਸਮਾਪਤੀ ਕਰਦਾ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਵਿਸ਼ਵਾਸ ਸੀ ਤਾਂ ਜੋ ਬਚਨ ਆਖ ਦਿੱਤਾ ਪੂਰਾ ਹੋ ਗਿਆ। ਸੰਤਾਂ ਨੂੰ ਮੈਂ ਪੁੱਛਿਆ ਸੀ, ਲੋਕਾਂ ਨੇ ਬਹੁਤਿਆਂ ਨੇ ਸਵਾਲ ਕੀਤਾ ਜੀ ਤੁਸੀਂ ਭਰੋਸਾ, ਸੰਤਾਂ ਨੇ ਆਖਿਆ ਸੀ ਸਾਰੀ ਦੁਨੀਆ ਇੱਕ ਪਾਸੇ ਹੋ ਜਾਏ ਅਤੇ ਮੈਨੂੰ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਕੋਈ ਥੜਕਾਉਣ ਦਾ ਯਤਨ ਕਰੇ ਨਾ, ਮੈਂ ਥੜਕਦਾ ਨਹੀਂ। ਫਿਰ ਸੰਤਾਂ ਨੇ ਐਸੇ ਬਚਨ ਆਖੇ ਕਿ ਮੇਰਾ ਭਰੋਸਾ, ਮੈਂ ਇਹ ਚਾਹੁੰਦਾ ਮੇਰੇ ਅੰਦਰ ਦੀ ਇਹ ਭਾਵਨਾ ਗੁਰੂ ਸਾਹਿਬ ਕਿਰਪਾਲਤਾ ਕਰਨ ਕਿ ਮੈਂ ਬੈਠਾ ਹੋਵਾਂ ਅਤੇ ਮੇਰਾ ਬੰਦ ਕੱਟਿਆ ਜਾਵੇ, ਸਾਰਾ ਜਥਾ ਮੇਰਾ ਬਹਿ ਕੇ ਵੇਖੇ। ਦੂਸਰਾ ਬਚਨ ਸੰਤਾਂ ਨੇ ਆਖਿਆ ਕਿ ਮੇਰੇ ਸਿਰ 'ਤੇ ਆਰਾ ਚੱਲਦਾ ਹੋਵੇ ਅਤੇ ਮੇਰੇ ਮੁੱਖ ਤੋਂ ਜਪਜੀ ਸਾਹਿਬ ਪੜ੍ਹ ਹੁੰਦਾ ਹੋਵੇ ਅਤੇ ਸਾਰੇ ਲੋਕ ਵੇਖਣ, ਇਹ ਅਸਲ 'ਚ ਮੇਰੀ ਭਾਵਨਾ ਹੈ। ਇੰਨਾ ਵਿਸ਼ਵਾਸ ਸੀ ਗੁਰੂ ਸਾਹਿਬ 'ਤੇ, ਅਤੇ ਵਿਸ਼ਵਾਸ ਪੂਰਾ ਫਿਰ ਉਹਨਾਂ ਦਾ ਹੁੰਦਾ ਕਿਵੇਂ। ਇੱਕ ਘਟਨਾ ਬਹੁਤ ਆਪਾਂ ਨੂੰ ਸਾਹਮਣੇ, ਹੁਣ ਤਾਂ ਕਿਉਂਕਿ ਨੈੱਟ 'ਤੇ ਰੋਜ਼ ਹੀ ਕੁਝ ਨਾ ਕੁਝ ਨਵਾਂ ਪਾਇਆ ਜਾਂਦਾ, ਐਸਾ ਇੱਕ ਬਚਨ ਮਿਲਦਾ ਕਿ ਬਾਬਾ ਖੜਕ ਸਿੰਘ ਜੀ ਆਏ, ਬਿਰਧ ਅਵਸਥਾ ਸੀ ਉਹਨਾਂ ਦੀ, ਅਤੇ ਸੰਤ ਉਸ ਵੇਲੇ ਲੰਗਰ ਹਾਲ ਦੀ ਛੱਤ 'ਤੇ ਬੋਲ ਰਹੇ ਸੀ। ਜਦੋਂ ਬੋਲ ਰਹੇ ਸੀ ਅਤੇ ਬੋਲਦਿਆਂ ਬਾਬਾ ਖੜਕ ਸਿੰਘ ਜੀ ਨੇ ਦੂਰੋਂ ਦਰਵਾਜ਼ੇ ਤੋਂ ਵੜਦਿਆਂ ਹੀ ਦੂਰੋਂ ਆਖਿਆ ਕਿ ਜਰਨੈਲ ਸਿੰਘ ਗੱਲ ਸੁਣ। ਸੰਤਾਂ ਨੇ ਕਿਹਾ ਬਾਬਾ ਜੀ ਆ ਜਾਓ ਅੱਗੇ, ਦੱਸੋ ਕੀ ਬਚਨ ਆ, ਕੀ ਹੁਕਮ, ਆਓ ਬੈਠੋ ਇੱਥੇ। ਕਹਿੰਦੇ ਨੇ ਮੈਂ ਬਹਿਣ ਨਹੀਂ ਆਇਆ, ਤੇਰੇ ਨਾਲ ਕੋਈ ਗੱਲ ਕਰਨ ਆਇਆ, ਮੇਰੇ ਪਹਿਲਾਂ ਮੇਰੇ ਗੱਲ 'ਚ ਖਿਆਲ ਕਰ। ਸੰਤਾਂ ਨੇ ਉੱਧਰੋਂ ਬੋਲਣਾ ਛੱਡ ਕੇ ਬਾਬਾ ਜੀ ਨੂੰ ਕਹਿੰਦੇ ਦੱਸੋ ਬਾਬਾ ਜੀ ਕੀ ਗੱਲ ਹੈ, ਕੀ ਹੁਕਮ। ਕਹਿੰਦੇ ਬਾਹਰ ਇੱਕ ਰੋਗੀ ਲਿਆਂਦਾ ਮੁੰਡਾ, ਨੌਜਵਾਨ ਹੈ, ਅਤੇ ਉਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ, ਤੂੰ ਦੱਸ ਕੀ ਕਰੀਏ।
ਅਤੇ ਸੰਤ ਕਹਿੰਦੇ ਵੀ ਬਾਬਾ ਜੀ ਤੁਸੀਂ ਵੱਡੇ ਗੁਰਮੁਖ ਹੈ, ਤੁਹਾਨੂੰ ਪਤਾ ਕੀ ਕਰਨਾ ਚਾਹੀਦਾ, ਕਿਸੇ ਚੰਗੇ ਡਾਕਟਰ ਨੂੰ ਵਿਖਾਉਣਾ ਚਾਹੀਦਾ। ਕਹਿੰਦੇ ਤੈਨੂੰ ਆਖਿਆ ਕਿ ਡਾਕਟਰਾਂ ਨੇ ਜਵਾਬ ਦਿੱਤਾ ਤਾਂ ਤੂੰ ਦੱਸ ਕੀ ਕਰਨਾ ਚਾਹੀਦਾ। ਕਹਿੰਦੇ ਜੀ ਮਹਾਰਾਜ ਜੀ ਦੇ ਚਰਨਾਂ 'ਚ ਆ ਗਏ, ਮੈਂ ਤਾਂ ਇਹ ਬੇਨਤੀ ਕਰੂੰਗਾ ਤੁਸੀਂ ਉਵੇਂ ਵੱਡੇ ਹੋ, ਇਹਨੂੰ ਦੁੱਖ ਭੰਜਣੀ ਬੇਰੀ ਥੱਲੇ ਲੈ ਜਾਓ, ਇਸ਼ਨਾਨ ਕਰਾਓ। ਉੱਥੋਂ ਬਾਬੇ ਖੱਟਾ ਖੜਕ ਸੋਹਣੀ ਪਿੱਛੇ ਮੁੜ ਗਏ, ਕਹਿੰਦੇ ਬਸ ਇੰਨੀ ਗੱਲ ਕਹਾਉਣੀ ਸੀ ਤੇਰੇ ਕੋਲੋਂ। ਕਿਉਂ ਧਨ ਸੇਜਿਆ ਜਾਏ? ਉਹ ਤਾਂ ਅਸਲ 'ਚ ਉਹਨਾਂ ਨੂੰ ਕੰਤ ਪ੍ਰਾਪਤ ਹੁੰਦਾ ਜਿਨ੍ਹਾਂ ਦਾ ਅੰਦਰ ਅਤੇ ਬਾਹਰ ਇੱਕ ਹੋ ਗਿਆ, ਜਿਨ੍ਹਾਂ ਨੇ ਚਤਰਾਈ ਅਤੇ ਚਲਾਕੀ ਛੱਡ ਦਿੱਤੀ, ਜਿਨ੍ਹਾਂ ਨੇ ਗੁਰੂ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣਿਆ, ਜਿਨ੍ਹਾਂ ਨੇ ਫਿਰ ਜਾਣਿਆ ਉਹਨਾਂ ਦੀਆਂ ਬਾਤਾਂ ਸਾਰਾ ਸੰਸਾਰ ਪਾਉਂਦਾ ਰਹੇਗਾ, ਉਹਨਾਂ ਦਾ ਨਾਂ ਸੰਸਾਰ 'ਤੇ ਰੋਸ਼ਨ ਹੋਵੇਗਾ। ਉਹਨਾਂ ਨੂੰ ਮਹਾਰਾਜ ਜੀ ਨੇ ਕਿਹਾ ਨਾ, ਆਪਾਂ ਬਚਨ ਪੜਿਆ ਕਿ ਲਾਲ ਚੋਲਨਾ ਤੈ ਤਨ ਸੋਹਿਆ, ਸੁਰਜਨ ਭਾਨੀ ਤਾਂ ਮਨ ਮੋਹਿਆ, ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਉਹਨਾਂ ਦੇ ਅੰਦਰ ਅਸਲ 'ਚ ਫਿਰ ਲਾਲ ਰੰਗ ਚੜ੍ਹਿਆ, ਲਾਲ ਰੰਗ ਤਿਸਕੋ ਲੱਗਾ, ਜਿਸ ਕਹਿ ਵਡਭਾਗਾ, ਮੈਲਾ ਕਦੇ ਨਾ ਹੋਵੇ, ਨਹਿ ਲਾਗੈ ਦਾਗਾ। ਨਾ ਉਹਨੂੰ ਫਿਰ ਦਾਗ ਲੱਗਦਾ ਕੋਈ, ਨਾ ਉਹ ਮੈਲਾ ਹੁੰਦਾ। ਐਸੇ ਅਸਲ 'ਚ ਗੁਰੂ ਸਾਹਿਬ ਜੀ ਦੀ ਸ਼ਰਨ 'ਚ ਆ ਕਰਕੇ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਸਾਡੀ ਪ੍ਰੀਤ ਭਾਵਨਾ ਬਣ ਜਾਵੇ, ਅਤੇ ਰੋਜ਼ ਬਚਨ ਪੜ੍ਹਦਿਆਂ ਕਿਤੇ ਉੱਚੀ ਦੇਣੀ ਇਹ ਕਿਹਾ ਕਰੀਏ ਨਾ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਕਿਤੇ ਮਹਾਰਾਜ ਜੀ ਨੇ ਲਿਖਿਆ ਗੁਰਬਾਣੀ 'ਚ ਕਿ ਜਿਨ੍ਹਾਂ ਨੇ ਬਹੁਤ ਮਾਇਆ ਦੇ ਦਿੱਤੀ, ਜਿਨ੍ਹਾਂ ਨੇ ਬੜਾ ਕੁਝ ਚੜ੍ਹਾਇਆ, ਜਿਨ੍ਹਾਂ ਨੇ ਕਰੋੜਾਂ ਰੁਪਈਆ ਦੇ ਦਿੱਤਾ, ਜਿਨ੍ਹਾਂ ਨੇ ਚਲਾਕੀ ਕੀਤੀ, ਜਿਨ੍ਹਾਂ ਨੇ ਝਗੜੇ ਕੀਤੇ, ਉਹਨਾਂ ਨੂੰ ਮਿਲ ਗਿਆ? ਮਿਲਿਆ ਤਾਂ ਫਿਰ ਉਹਨਾਂ ਨੂੰ ਜਿਨ੍ਹਾਂ ਨੇ ਪ੍ਰੇਮ ਕੀਤਾ, ਅਤੇ ਪ੍ਰੇਮ ਜਿਨ੍ਹਾਂ ਨੇ ਕੀਤਾ ਉਹ ਆਪਾਂ ਕਿੰਨਾ ਕੁ ਕਥਨ ਕਰਕੇ ਦੱਸੀਏ, ਜੇ ਹੋਰ 2-4 ਘੰਟੇ ਲਗਾਤਾਰ ਵੀ ਦੱਸੀ ਜਾਈਏ ਕੀ ਦੱਸ ਸਕਾਂਗੇ ਕੀ ਪ੍ਰੇਮ ਕਿੰਨਾ ਨੇ ਕੀਤਾ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ 'ਚੋਂ ਇੱਕ ਭਾਈ ਗੋਂਦਾ ਜੀ ਦਾ ਇੱਕ ਦਿਨ ਮਨਾਇਆ ਜਾਂਦਾ, ਕਾਬਲ ਦੀ ਉਹ ਸੰਗਤ ਅਤੇ ਇੰਗਲੈਂਡ 'ਚ ਵੀ ਮਨਾਉਂਦੇ ਆ ਉਹ ਦਿਨ ਨੂੰ। ਜੇ ਇਸ ਦਿਨ ਉਹਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨ ਫੜ ਲਏ, ਅਤੇ ਹੁਣ ਆਪਾਂ ਸੋਚ ਕੇ ਵੇਖੀਏ ਕਿ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਬੈਠੇ ਹੈ ਅਤੇ ਭਾਈ ਗੋਂਦਾ ਬੈਠਾ ਕਾਬਲ। ਮਹਾਰਾਜ ਜੀ ਨੂੰ ਸਿੱਖ ਕੇ ਆਖਣੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਲੰਗਰ ਦਾ ਸਮਾਂ ਹੋਇਆ, ਆਓ ਲੰਗਰ ਛਕੋ। ਮਹਾਰਾਜ ਜੀ ਕਹਿੰਦੇ ਅਜੇ ਨਹੀਂ ਆ ਸਕਦੇ ਗੁਰਮੁਖ, ਅਜੇ ਲੰਗਰ ਦਾ ਸਮਾਂ ਨਹੀਂ। ਪਰ ਸ਼ਾਮ ਪੈ ਗਈ, ਸ਼ਾਮ ਤੱਕ ਵੀ ਮਹਾਰਾਜ ਜੀ ਨਾਲ ਉੱਥੇ ਜਿੱਥੇ ਬੈਠੇ ਉੱਥੇ ਬੈਠੇ ਰਹੇ। ਉਸ ਦਿਨ ਨੂੰ ਇੱਕ ਗੁਰਮੁਖ ਇੱਥੇ ਆਏ ਇੰਗਲੈਂਡ ਤੋਂ, ਦੱਸ ਕੇ ਗਏ ਇਹ ਬਚਨ, ਕਹਿੰਦੇ ਉਸ ਦਿਨ ਨੂੰ ਉਹ ਮਨਾਉਂਦੇ ਹੈ ਕਿ ਇਸ ਦਿਨ ਭਾਈ ਗੋਂਦਾ ਜੀ ਨੇ ਚਰਨ ਪਕੜੇ ਗੁਰੂ ਹਰਿਰਾਇ ਸਾਹਿਬ ਜੀ ਦੇ, ਅਤੇ ਜਦੋਂ ਫੜ ਕੇ ਬੈਠਾ ਰਿਹਾ ਸਾਰਾ ਦਿਨ, ਸ਼ਾਮ ਪੈ ਗਈ, ਸ਼ਾਮ ਨੂੰ ਮਹਾਰਾਜ ਜੀ ਉੱਠੇ। ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਸਾਰਾ ਦਿਨ ਆਪ ਜੀ ਨੇ ਕੁਝ ਨਹੀਂ ਛਕਿਆ, ਆਸਣ ਤੋਂ ਆਪ ਜੀ ਉੱਠੇ ਨਹੀਂ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਕੋਈ ਚਰਨ ਸਾਡੇ ਫੜ ਕੇ ਬੈਠਾ ਸੀ, ਉਹ ਛੱਡ ਨਹੀਂ ਰਿਹਾ ਸੀ। ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਜੀ ਕੋਈ ਨਹੀਂ ਸੀ? ਕਹਿੰਦੇ ਕੋਈ ਨਹੀਂ ਭਾਈ, ਸਮਾਂ ਇਹ ਚੇਤੇ ਰੱਖਿਓ, ਅੱਜ ਦਾ ਕਦੇ ਸੰਗਤ ਆਵੇਗੀ ਤੁਹਾਨੂੰ ਫਿਰ ਦੱਸ ਦਿਆਂਗੇ। ਮਹਾਰਾਜ ਜੀ ਉੱਠੇ, ਲੰਗਰ ਛਕਿਆ। ਕੁਝ ਦਿਨਾਂ ਬਾਅਦ ਸੰਗਤ ਚੱਲ ਕੇ ਆਈ ਅਤੇ ਭਾਈ ਗੋਂਦੇ ਨੂੰ ਮਹਾਰਾਜ ਨੇ ਕਿਹਾ, ਭਾਈ ਗੋਂਦਾ ਜੀ ਕੀ ਖੇਡ ਵਰਤੀ ਸੀ ਇਸ ਦਿਨ? ਕਹਿੰਦਾ ਮਹਾਰਾਜ ਜੀ ਮੈਂ ਸਵੇਰ ਤੋਂ ਬਹਿ ਗਿਆ ਸੀ ਤੁਹਾਡੇ ਚਰਨਾਂ ਦਾ ਧਿਆਨ ਫੜ ਕੇ, ਅਤੇ ਮੇਰਾ ਧਿਆਨ ਤੁਹਾਡੇ ਚਰਨਾਂ ਤੋਂ ਉੱਠਿਆ ਨਹੀਂ, ਟੁੱਟਾ ਨਹੀਂ। ਆਸ਼ਾ ਸ਼ਕਾਰ ਉੱਠੀ ਸੰਗਤ। ਆਪਾਂ ਨੂੰ ਪਤਾ ਦੇਵੀ ਚੰਦ ਵਜ਼ੀਰ ਹੈ ਭੀਮ ਚੰਦ ਦਾ, ਅਤੇ ਜਿਸ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ ਦੇ ਖਿਲਾਫ ਭੀਮ ਚੰਦ ਦੀ ਸਭਾ 'ਚ ਸ਼ੜਯੰਤਰ ਰਚਿਆ ਜਾ ਰਿਹਾ, ਅਤੇ ਦੇਵੀ ਚੰਦ ਨੇ ਉੱਠ ਕਰਕੇ ਬਚਨ ਕਹਿ ਦਿੱਤਾ, ਕਹਿੰਦੇ ਮੈਂ ਤੇਰੇ ਦਰ ਦਾ ਇੱਥੇ ਤੇਰੇ ਇਸ ਰਾਜ ਦਾ ਵਜ਼ੀਰ ਹਾਂ, ਮੈਨੂੰ ਕੁਛ ਕਹਿਣ ਦਾ ਹੱਕ ਹੈ। ਕਹਿੰਦਾ ਕਹਿ। ਕਹਿੰਦੇ ਜਿਸ ਗੁਰੂ ਸਾਹਿਬ ਜੀ ਦੇ ਖਿਲਾਫ ਤੁਸੀਂ ਸ਼ੜਯੰਤਰ ਰਚ ਕੇ ਇਹ ਕੁਤਰਕਾਂ ਕਰਦੇ ਹੋ ਕਿ ਗੁਰੂ ਸਾਹਿਬ ਜੀ ਨੇ ਤੁਹਾਡਾ ਰਾਜ ਖੋਹ ਲੈਣਾ, ਉਹ ਰਾਜ ਖੋਹਣ ਨਹੀਂ ਆਏ, ਉਹ ਤਾਂ ਰਾਜ ਦੇਣ ਆਏ ਹੈ, ਤੁਸੀਂ ਉਹਨਾਂ ਦੇ ਚਰਨ ਫੜੋ, ਚਰਨ ਫੜ ਕੇ ਤੁਹਾਡਾ ਭਲਾ ਹੋਵੇਗਾ, ਇਹ ਕਰਮ ਨਾ ਕਰੋ। ਗੁਰੂ ਸਾਹਿਬ ਜੀ ਜੋ ਕਹਿੰਦੇ ਹੈ ਉਹ ਸੱਤ ਹੈ। 2 ਮਿੰਟਾਂ 'ਚ ਸਮਾਪਤੀ ਕਰਦੇ ਹਾਂ, ਅਤੇ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ, ਦੇਵੀ ਚੰਦ ਨੇ ਜਿਹੜਾ ਬਚਨ ਆਖਿਆ ਨਾ, ਉਹ ਕਹਿੰਦਾ ਵੀ ਭੀਮ ਚੰਦ ਨੂੰ ਰਾਜੇ ਨੂੰ ਕਹਿੰਦਾ ਰਾਜਨ, ਕਈ ਵਾਰ ਕੰਨਾਂ ਨਾਲ ਸੁਣਿਆ ਅਤੇ ਅੱਖਾਂ ਨਾਲ ਵੇਖੇ 'ਚ ਫਰਕ ਹੋ ਜਾਂਦਾ। ਕੰਨਾਂ ਨਾਲ ਸੁਣੀ ਗੱਲ ਕੋਈ ਹੋਰ ਹੈ, ਕੋਈ ਕੋਈ ਵੱਧ ਘੱਟ ਵੀ ਕਹਿ ਕੇ ਦੱਸੀ ਜਾ ਸਕਦੀ ਹੈ, ਪਰ ਜੇ ਅੱਖਾਂ ਨਾਲ ਵੀ ਵੇਖੀ ਹੋਵੇ ਤਾਂ ਫਿਰ ਯਕੀਨ ਹੋ ਜਾਂਦਾ ਇੱਦਾਂ ਹੀ ਹੈ ਬਿਲਕੁਲ। ਫਰਕ ਕਹਿੰਦਾ ਸਿਰਫ 2 ਉਂਗਲਾਂ ਦਾ, ਕੰਨਾਂ ਦਾ ਅਤੇ ਅੱਖਾਂ ਦਾ, ਪਰ ਫਰਕ ਬਹੁਤ ਪੈ ਜਾਂਦਾ, ਗੱਲ ਸੁਣੀ ਦਾ ਬਹੁਤਾ ਫਰਕ। ਕਿਉਂਕਿ ਕਿਸੇ ਨੂੰ ਚੱਕਣਾ ਹੋਵੇ ਜਾ ਕੇ ਆਖ ਦੇਣਾ ਆਪਾਂ ਤੁਹਾਡੇ ਖਿਲਾਫ਼ ਜੀ ਉਹ ਬੋਲਦਾ ਸੀ, ਅੱਜ ਇੰਨੀ ਗੱਲ ਹੀ ਆਖ ਦੇਣੀ ਨਾ ਬਸ,
ਇਹਨੇ ਆਪਣੇ ਅੰਦਰ 'ਚੋਂ ਵਿਸ਼ਵਾਸ ਉੱਠ ਜਾਣਾ। ਜਦੋਂ ਇਹਨਾਂ ਬੱਚਿਆਂ ਦਾ ਆਖਿਆ ਤਾਂ ਭੀਮ ਚੰਦ ਕਹਿੰਦਾ ਤੈਨੂੰ ਆਪਣੀਆਂ ਅੱਖਾਂ 'ਤੇ ਬਹੁਤ ਵਿਸ਼ਵਾਸ ਹੈ ਨਾ, ਇਹ ਤੇਰੀਆਂ ਅੱਖਾਂ ਨਹੀਂ ਰਹਿਣ ਦੇਣੀਆਂ। ਉਸ ਵੇਲੇ ਸਿਪਾਹੀਆਂ ਨੂੰ ਆਖ ਕਰਕੇ ਦੇਵੀ ਚੰਦ ਨੂੰ ਗ੍ਰਿਫਤਾਰ ਕਰ ਲਿਆ, ਪਹਾੜੀ 'ਤੇ ਲੈ ਗਏ, ਤਤੀਆਂ ਕਰਕੇ ਸਲਾਈਆਂ ਅੱਖਾਂ ਦੇ ਵਿੱਚ ਮਾਰ ਦਿੱਤੀਆਂ, ਉੱਤੋਂ ਰੋੜ ਦਿੱਤਾ। ਪਰ ਦੇਵੀ ਚੰਦ ਦਾ ਧਿਆਨ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨਾਲ ਲੱਗ ਗਿਆ। ਜਦੋਂ ਦੇਵੀ ਚੰਦ ਦੀਆਂ ਅੱਖਾਂ ਨੂੰ ਤਾਂ ਕੁਝ ਨਾ ਹੋਇਆ, ਪਹਾੜੀ ਤੋਂ ਨਹੀਂ ਰੋੜ ਦਿੱਤਾ, ਉੱਥੋਂ ਰਿੜਦਾ ਅਨੰਦਪੁਰ ਸਾਹਿਬ ਪਹੁੰਚਿਆ। ਜਦੋਂ ਪਹੁੰਚਿਆ, ਮਹਾਰਾਜ ਜੀ ਦੇ ਪੈਰਾਂ ਨੂੰ ਪੱਟੀਆਂ ਵਧੀਆਂ। ਜਦੋਂ ਆਇਆ ਤਾਂ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਮਹਾਰਾਜ ਜੀ ਕਹਿੰਦੇ, ਚਰਨਾਂ ਨੂੰ ਮਹਾਰਾਜ ਜੀ ਕੀ ਗੱਲ ਹੋਈ? ਕਹਿੰਦੇ, ਤੇਰੀਆਂ ਸਲਾਈਆਂ ਝੱਲਣੀਆਂ ਪਈਆਂ ਸਾਨੂੰ। ਅਤੇ ਮਹਾਰਾਜ ਜੀ ਕਹਿੰਦੇ, ਜੇ ਸਾਡੀਆਂ ਕਿਤੇ ਅੱਖਾਂ ਦਾ ਧਿਆਨ ਕਰ ਲੈਂਦਾ ਨਾ ਤੂੰ, ਸਾਨੂੰ ਆਪਣੀਆਂ ਅੱਖਾਂ ਵਿੱਚ ਸਲਾਈਆਂ ਝੱਲਣੀਆਂ ਪੈ ਜਾਣੀਆਂ ਸੀ। ਇਹ ਤਾਂ ਹੁਣ ਭਰੋਸੇ ਦੀ ਅਤੇ ਵਿਸ਼ਵਾਸ ਦੀ ਗੱਲ ਹੈ, ਪਰ ਭਰੋਸਾ ਆਵੇਗਾ ਤਾਂ ਜਾ ਕੇ ਰਿਹਾ। ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਇੰਨੀਆਂ ਬੇਨਤੀਆਂ ਕਰਦਾ ਹੋਇਆ ਖੇਮਾ ਦਾ ਜਾਚਕ ਹਾਂ, ਗੁਰੂ ਸਾਹਿਬ ਕਿਰਪਾਲਤਾ ਕਰਨ। ਬਚਨ ਆਪਾਂ ਜਿਹੜੇ ਆਰੰਭ ਕੀਤੇ ਆ ਸਵੇਰੇ, ਇਹਨਾਂ ਨੂੰ ਵਿਚਾਰਾਂਗੇ ਅੱਗੇ ਕਿ ਸਾਨੂੰ ਮਹਾਰਾਜ ਜੀ ਕੀ ਕਿਰਪਾ ਕਰਦੇ ਹੈ, ਕਿੰਨਾ ਕੁ ਮਹਾਰਾਜ ਜੀ ਨੇ ਪਿਆਰ ਅਤੇ ਭਾਵਨਾ ਸਿਖਾ ਲਈ, ਇਹ ਜਿਹੜੀ ਮਾਇਆ ਤੋਂ ਸਾਡਾ ਜਿਹੜਾ ਸੰਬੰਧ ਕਿਸ ਪ੍ਰਕਾਰ ਟੁੱਟ ਜਾਵੇਗਾ, ਕਿਵੇਂ ਮਾਇਆ ਚੰਬੜੀ ਹੋਈ ਹੈ, ਇਹ ਰਤਕ ਅੱਗੇ ਹੋਰ ਵਿਚਾਰਾਂਗੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਖੇਮਾ ਦਾ ਜਾਚਕ ਹਾਂ, ਇਹ ਵਾਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ ਜੀ। ਇਹੋ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲਬ ਜਾਏ, ਮੇਰੇ ਕੰਤ ਨਾ ਭਾਵੇ ਚੁਦੜਾ ਪਿਆਰੇ, ਕਿਉਂ ਧਨ ਸਿਜੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸਾਹਿਬ ਜੀ।